ਵੀ ਬਹੁਤੇ ਲੋਕਾਂ ਨੂੰ ਲੱਗਦਾ ਹੁੰਦਾ ਕੁੜੀਆਂ ਬਿਜ਼ਨਸ ਨਹੀਂ ਕਰ ਸਕਦੀ, ਮਤਲਬ ਵੀ ਕੁੜੀ ਜੀ 1 ਲੱਖ ਰੁਪਏ ਲਾਉਣ ਤੇ ਵੀ ਡੋਲ ਜਾਂਦੀ ਆ, ਹਨਾ, ਕਿ ਹਾਏ ਮੈਂ 1 ਲੱਖ ਰੁਪਏ ਦਾ ਕੰਮ ਕਰ ਰਹੀ ਆ, ਚ ਪਤਾ ਨਹੀਂ ਮੈਨੂੰ ਆਊਗਾ ਕੁਛ ਜਾਂ ਨਹੀਂ। ਤੇ ਤੁਹਾਨੂੰ ਵੀ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਕੁੜੀਆਂ ਦਾ ਦਿਲ ਆ ਜਿਹੜਾ ਸ਼ਾਇਦ ਬਿਜ਼ਨਸ ਵਾਲੀ ਚੀਜ਼ ਚ ਔਖਾ? ਚਲੋ ਜ਼ਰੂਰੀ ਨਹੀਂ ਆ ਕਿ ਹਰ ਬੰਦਾ ਬਿਜ਼ਨਸ 'ਤੇ ਇੰਨੇ ਹੀ ਪੈਸੇ ਲਾਵੇ, ਤਾਂ ਆਪਾਂ ਸਟਾਰਟਿੰਗ ਜੀਰੋ ਤੋਂ ਵੀ ਕਰ ਸਕਦੇ ਹਾਂ। ਜਿਵੇਂ ਮੈਂ ਪਹਿਲਾਂ 3 ਸਾਲ ਕੁਛ ਵੀ ਇਨਵੈਸਟਮੈਂਟ ਤਾਂ ਮੈਂ ਕੋਈ ਕੀਤੀ ਨਹੀਂ, ਮੈਂ ਇੱਦਾਂ ਆਰਡਰ 'ਤੇ ਹੀ ਕਰਦੀ ਸੀ, ਜੋ ਵੀ ਆਪਣਾ ਮਾਰਜਨ ਹੁੰਦਾ ਸੀ ਆਪਾਂ ਰੱਖਦੇ ਸੀ, ਹੈ ਨਾ। ਜਦ ਅਸੀਂ ਕੋਈ 4 ਲੱਖ ਰੁਪਏ ਵੀ ਆਪਣੇ ਕਿਸੇ ਕਿੱਤੇ 'ਤੇ ਲਵਾਉਂਦੇ, ਸਾਡੇ ਦਿਮਾਗ ਇਹੀ ਹੁੰਦਾ ਤਾਂ ਆਏ ਮੈਂ ਤਾਂ ਸਹੁਰਿਆਂ ਦੇ ਪੈਸੇ ਲਵਾਉਣੀ ਪਈ ਆ, ਮਤਲਬ ਪੇਕਿਆਂ ਦੇ ਪੈਸੇ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਜ਼ਿੰਦਗੀ 'ਚ ਮਹਿਸੂਸ ਕਰਨਾ ਵੀ ਤੁਹਾਡਾ ਕੋਈ ਆਪਣਾ ਵੀ ਪੈਸਾ, ਤਾਂ ਤੁਹਾਡੇ ਕੋਲ ਕੋਈ ਕਿੱਤਾ ਜਾਂ ਨੌਕਰੀ ਹੋਣੀ ਲਾਜ਼ਮੀ ਹੈ। ਇਹ ਨਾ ਸੋਚੋ ਕਿ ਸਹੁਰੇ ਬੜੇ ਅਮੀਰ ਨੇ ਤਾਂ ਮੈਂ ਕੁਛ ਨਹੀਂ। ਲੋਕੀ ਕਹਿਣਗੇ ਅੱਛਾ ਇਹਨੂੰ ਕੀ ਲੋੜ ਪੈ ਗਈ ਕੰਮ ਕਰਨ ਦੀ, ਹੈ ਨਾ। ਪਤਾ ਇਹ ਬਹੁਤ ਸੁਣਨਾ ਪੈਂਦਾ, ਲੋਕੀ ਕਹਿ ਦਿੰਦੇ ਤੇ ਇਹ ਕਿਹੜੀ ਭੁੱਖੀ ਮਰਦੀ ਬਈ। ਪਰ ਨਹੀਂ, ਮੈਨੂੰ ਨਹੀਂ ਲੱਗਦਾ ਸਿਰਫ ਆਪਾਂ ਪੈਸੇ ਕਰਕੇ ਕੰਮ ਕਰਦੇ ਹਾਂ, ਆਪਣੇ ਸ਼ੌਂਕ ਵੀ ਹੁੰਦੇ ਨੇ, ਹੈ ਨਾ। ਆਪਾਂ ਨੇ ਆਪਣੇ ਆਪ ਨੂੰ ਵੀ ਕੋਈ ਜਵਾਬ ਦੇਣਾ ਹੁੰਦਾ ਗਾ ਕਿ ਮੈਂ ਕੀ ਕਰ ਰਹੀ ਹਾਂ। ਸ਼ੋਪ ਵਾਲੇ ਜਿਹੜੇ ਸੂਟ ਹੁੰਦੇ ਨੇ ਤਾਂ ਆਪਾਂ ਬੁਟੀਕ ਤੋਂ ਬਣਾਉਂਦੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ, ਹੈ ਨਾ। ਆਪਣੇ ਜਿੱਦਾਂ ਕੋਟਨ 'ਚ ਆਪਾਂ ਕਰੀਏ ਤਾਂ ਅਸੀਂ ਕੋਟਨ ਦਾ ਵੈਸੇ ਜ਼ਿਆਦਾ ਜਿੱਦਾਂ ਸੀਜ਼ਨ ਵਾਲਾ ਨਹੀਂ ਆਪਾਂ ਜ਼ਿਆਦਾ ਕੀਤਾ, ਵੈਸੇ ਆਪਣੇ 600 ਤੋਂ ਸਟਾਰਟਿੰਗ ਆ। ਅੱਛਾ ਜੀ, ਇੰਨਾ ਰੀਜ਼ਨੇਬਲ ਕਿਵੇਂ ਚੱਲ ਸਕਦਾ ਬੰਦਾ? ਆਪਾਂ ਨੂੰ ਹੁੰਦਾ ਕੋਈ ਪਿੰਡ ਵਾਲਾ ਬੰਦਾ ਆ ਰਿਹਾ ਤਾਂ ਉਹਨੂੰ ਇਹ ਨਾ ਫੀਲ ਹੋਵੇ, ਹੈ ਨਾ, ਕਿ ਮੈਂ ਕੁਛ ਲੈ ਨਹੀਂ ਸਕਦਾ ਇੱਥੋਂ। ਜਦੋਂ ਮੈਂ ਔਨਲਾਈਨ ਸਟਾਰਟ ਕੀਤਾ ਸੀ, ਮੈਨੂੰ ਇਹ ਲੱਗਦਾ ਮੈਨੂੰ ਇੰਨੀ ਜ਼ਿਆਦਾ ਕੋਈ ਨੌਲੇਜ ਵੀ ਨਹੀਂ ਸੀਗੀ। ਮੈਂ ਸਟਾਰਟ ਕੀਤਾ ਸੀ, ਮੈਨੂੰ ਕੰਮ ਦਾ ਪਤਾ ਸੀਗਾ, ਮੈਨੂੰ ਇਹ ਪਤਾ ਸੀ ਕਾਰੀਗਰ ਤੋਂ ਕਿੱਦਾਂ ਕੰਮ ਕਰਾਉਣਾ। ਬਟ ਜੇ ਮੈਂ ਐਵੇਂ ਕਹਾਂ ਕਿ ਹਾਂ ਮੈਨੂੰ ਕਿਹੜਾ ਕੰਮ ਕਿੱਦਾਂ ਹੁੰਦਾ ਗਾ, ਹੈ ਨਾ, ਮੈਨੂੰ ਉਹਦਾ ਨਹੀਂ ਸੀ ਪਤਾ। ਆਪਾਂ ਨੂੰ ਸਟਾਰਟਿੰਗ ਕਰਨੀ ਚਾਹੀਦੀ ਆ, ਅਤੇ ਕੰਮ ਤਾਂ ਆਪਣੇ ਆਪ ਜਦੋਂ ਆਪਾਂ ਕਿਸੇ ਵਧੀਆ ਉਹਦੇ ਨਾਲ ਨੀਤ ਨਾਲ ਕੰਮ ਕਰਦੇ ਹਾਂ ਤਾਂ ਉਹ ਸਫਲ ਹੁੰਦਾ ਹੀ ਹੁੰਦਾ। ਜਿਹੜਾ ਕੰਮ ਵਾਲਾ ਸਟ੍ਰੈਸ ਆ ਨਾ ਉਹ ਬਹੁਤ ਵਧੀਆ। ਅੱਛਾ, ਹਾਂ, ਜਿਹੜਾ ਵਿਹਲਿਆਂ ਵਾਲਾ ਸਟ੍ਰੈਸ ਆ ਨਾ ਉਹ ਤਾਂ ਆਪਣਾ ਹੁੰਦਾ ਗਾ, ਜਿੱਦਾਂ ਕਿਸੇ ਚੋਂ ਟੈਨਸ਼ਨ ਕੱਢ ਲਈ। ਜੀ 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 ਜੀ, ਨਹੀਂ ਵਿਹਲੇ ਤਾਂ ਇੱਕ ਰਿਸ਼ਤੇਦਾਰ ਨੂੰ ਲਾ ਕੇ ਦੂਸਰੇ ਰਿਸ਼ਤੇਦਾਰ ਕਰ ਲੈਣਾ, ਉਹਦੇ ਤੋਂ ਪੁੱਛ ਲਾ ਉਹਨੇ ਮੇਰੇ ਬਾਰੇ ਕੀ ਕਿਹਾ। ਜੀ ਜੀ ਜੀ, ਤਾਂ ਜਦੋਂ ਆਪਾਂ ਵਿਹਲੇ ਹੁੰਦੇ ਹਾਂ ਆਪਣਾ ਇਸ ਸਾਈਡ ਦਿਮਾਗ ਬਹੁਤ ਜਾਂਦਾ, ਪਰ ਜਦੋਂ ਆਪਾਂ ਨੂੰ ਕੰਮ ਹੁੰਦਾ ਨਾ ਤਾਂ ਫਿਰ ਆਪਾਂ ਨੂੰ ਹੁੰਦਾ ਗਾ ਵੀ ਨਹੀਂ, ਆਪਾਂ ਨੂੰ ਆਪਣੇ ਕੰਮ ਦਾ ਹੀ ਸਟ੍ਰੈਸ ਬਹੁਤ ਆ ਜਾ, ਹੈ ਨਾ, ਆਪਾਂ ਨੇ ਆਪਣੇ ਕੰਮ ਵੱਲ ਹੀ ਦੇਖਣਾ, ਆਪਾਂ ਉੱਧਰ ਬਿਜ਼ੀ ਹੋ ਜਾਂਦੇ ਹਾਂ। ਅਤੇ ਤਾਂ ਮੈਨੂੰ ਲੱਗਦਾ ਵੀ ਇਹ ਸਟ੍ਰੈਸ ਜ਼ਿਆਦਾ ਵਧੀਆ ਕੰਮ ਵਾਲਾ, ਤਾਂ ਆਪਾਂ ਨੂੰ ਕੰਮ ਵਾਲਾ ਸਟ੍ਰੈਸ ਹੀ ਰੱਖਣਾ ਚਾਹੀਦਾ, ਹੈ ਨਾ। ਬੜੇ ਲੋਕ ਜਿਵੇਂ ਹੁਣ ਸਵੇਰ ਦਾ ਕੰਮ ਕੀਤਾ ਤੇ ਦੁਪਹਿਰ 'ਚ ਸੌਂਲੇ, ਉੱਠ ਕੇ ਸ਼ਾਮ ਦਾ ਕੰਮ ਕੀਤਾ, ਸ਼ਾਮ ਨੂੰ ਫਿਰ ਸੌਂਲੇ, ਤੇ ਰਾਤ ਨੂੰ ਮੇਰੇ ਵਰਗਾ ਪਾਸੇ ਮਾਰੀ ਜਾਂਦਾ ਹੁੰਦਾ ਵੀ ਹੁਣ ਕੀ ਕਰਨੀ ਨੀਂਦ ਨਹੀਂ, ਟੈਨਸ਼ਨ ਕੱਢ ਲਿਆਈਦੀ ਹੈ ਕਿਤੋਂ। ਮਤਲਬ ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਵੱਧ ਖੁਸ਼ੀ ਕੋਈ ਹੋ ਸਕਦੀ ਹੈ ਕਿ ਆਪਾਂ ਆਪਣੇ ਹਿਸਾਬ ਨਾਲ ਆਪਣਾ ਕੰਮ ਕਰ ਰਹੇ ਹਾਂ, ਜੋ ਮਤਲਬ ਆਪਣੇ ਸ਼ੌਂਕ ਨੇ, ਹੈ ਨਾ, ਆਪਣੇ ਸ਼ੌਂਕ ਆਪਣੇ ਹਿਸਾਬ ਨਾਲ ਪੂਰੇ ਕਰ ਰਹੇ ਹਾਂ, ਤਾਂ ਮੈਂ ਤਾਂ ਬਹੁਤ ਖੁਸ਼ ਹਾਂ। ਉੱਦਾਂ ਜਿਵੇਂ ਹੁਣ ਕੋਈ ਜੋਬ ਨਹੀਂ ਕਰ ਰਿਹਾ, ਚਲੋ ਕੁਛ ਵੀ ਨਹੀਂ ਕਰ ਰਹੇ ਤੁਸੀਂ, ਚਾਹੇ ਤੁਸੀਂ ਕਲਾਊਡ ਬੁਟੀਕ ਕਰ ਰਹੇ ਹੋ, ਚਾਹੇ ਤੁਸੀਂ ਆਪਣਾ ਮਤਲਬ ਸੈਟਅਪ ਰੱਖ ਕੇ ਕਰ ਰਹੇ ਹੋ, ਤੇ ਵਧੀਆ ਕੀਤਾ, ਚੰਗੇ ਪੈਸੇ ਹੈਗੇ ਆ ਜੀ, ਬਹੁਤ ਵਧੀਆ। ਆਪਣੇ ਛੋਣਾ ਚਾਹੀਦਾ ਕਿ ਹਾਂ ਮੈਂ ਕੰਮ ਕਰਨਾ, ਤਾਂ ਕੋਈ ਵੀ ਕੰਮ ਕਰ ਸਕਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ।
ਆਮ ਘਰਾਂ ਦੀਆਂ ਕੁੜੀਆਂ ਐਪੀਸੋਡ ਦੇਖ ਰਹੇ ਹੋ ਤੁਸੀਂ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਦਾ ਨਾਂ ਹੈ ਰਿਪਨ ਕੌਰ ਮਾਨ, ਤੇ ਉਹਨਾਂ ਨੇ ਇੱਕ ਬੁਟੀਕ ਖੋਲਿਆ ਹੋਇਆ ਜਰਦੋਜ਼ੀ ਨਾਂ ਦਾ, ਜਿਹੜਾ ਕਿ ਪਟਿਆਲੇ ਸ਼ਹਿਰ 'ਚ ਆ। ਤੇ ਇਹ ਕਹਾਣੀ ਤੁਹਾਨੂੰ ਦਿਖਾਉਣ ਦਾ ਜਿਹੜਾ ਮੇਰਾ ਪਰਪਸ ਆ ਉਹ ਇਹੀ ਹੈ ਕਿ ਕਈ ਵਾਰੀ ਨਾ ਅਸੀਂ ਬਹੁਤ ਪੜ੍ਹੇ ਲਿਖੇ ਹੋ ਕੇ ਵੀ ਸਾਨੂੰ ਲੱਗਦਾ ਹੁੰਦਾ ਹੈ ਕਿ ਅਸੀਂ ਨੌਕਰੀ ਕਰੀਏ ਜ਼ਿੰਦਗੀ ਦੇ ਵਿੱਚ, ਪਰ ਜਦੋਂ ਤੁਸੀਂ ਕਿਸੇ ਐਵੇਂ ਦੇ ਬੰਦੇ ਨੂੰ ਮਿਲਦੇ ਹੋ ਨਾ ਜਿਹੜਾ ਆਪਣਾ ਕਾਰੋਬਾਰ ਕਰ ਰਿਹਾ ਹੁੰਦਾ, ਤਾਂ ਉਹਨੂੰ ਲੱਗਦਾ ਹੁੰਦਾ ਕਿ ਨੌਕਰੀ ਤੋਂ ਕਈ ਗੁਣਾ ਜ਼ਿਆਦਾ ਚੰਗਾ ਹੁੰਦਾ ਆਪਣਾ ਕਾਰੋਬਾਰ ਕਰਨਾ। ਤੇ ਇਹਦੇ 'ਚ ਸਭ ਤੋਂ ਵੱਡੀ ਜਿਹੜੀ ਇੱਕ ਚੰਗੀ ਚੀਜ਼ ਸਾਰਿਆਂ ਨੂੰ ਮਹਿਸੂਸ ਹੁੰਦੀ ਹੁੰਦੀ ਹੈ ਉਹ ਇਹੀ ਹੈ ਕਿ ਫਰੀਡਮ ਹੁੰਦੀ ਆ, ਮਤਲਬ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਦੇ ਢੰਗ ਦਾ ਕੰਮ ਕਰ ਸਕਦੇ ਹੁੰਦੇ ਹੋ। ਤੇ ਅੱਜ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਉਹਨਾਂ ਤੋਂ ਜਾਣਾਂਗੇ ਕਿ ਇਸ ਜਿਹੜਾ ਕਿੱਤਾ ਹੈ ਬੁਟੀਕ ਦਾ, ਇਹਦੇ ਵਿੱਚ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਜੀ ਅੱਜ ਕੱਲ੍ਹ ਬੁਟੀਕ ਮਹਿੰਗੇ ਬਹੁਤ ਨੇ, ਵਾਕਈ ਬੁਟੀਕਾਂ ਤੇ ਸੂਟ ਬਹੁਤ ਮਹਿੰਗੇ ਬਣਦੇ ਆ, ਪਰ ਉਹਦੇ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਜਿਹੜੀਆਂ ਜਦੋਂ ਅਸੀਂ ਐਵੇਂ ਦੇ ਕਿੱਤੇ ਵਾਲੇ ਬੰਦੇ ਨੂੰ ਮਿਲਦੇ ਆ ਨਾ, ਫਿਰ ਜਾ ਕੇ ਸਾਨੂੰ ਪਤਾ ਲੱਗਦੀਆਂ ਨੇ ਕਿ ਅੱਜ ਕੱਲ੍ਹ ਸੂਟ ਬਣਾਉਣੇ ਇੰਨੇ ਮਹਿੰਗੇ ਕਿਉਂ ਨੇ। ਤੇ ਆਪਾਂ ਰਿਪਨ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਰਿਪਨ, ਕਿਵੇਂ ਹੋ? ਵਧੀਆ ਵਧੀਆ, ਤੁਸੀਂ ਦੱਸੋ। ਵਧੀਆ। ਵੈਸੇ ਕੁੜੀਆਂ ਨੂੰ ਉਮਰ ਨਹੀਂ ਪੁੱਛਣੀ ਚਾਹੀਦੀ, ਪਰ ਤੁਹਾਡੀ ਕਿੰਨੀ ਉਮਰ ਹੈ? ਮੇਰੀ 27 ਸਾਲ। ਅੱਛਾ ਜੀ, ਤੇ ਤੁਸੀਂ, ਤੁਹਾਡੀ ਕੁਆਲੀਫਿਕੇਸ਼ਨ ਕੀ ਆ? ਕੀ ਮੈਂ ਗ੍ਰੈਜੂਏਸ਼ਨ ਕੀਤੀ ਆ ਇੱਥੇ GCG ਕਾਲਜ ਤੋਂ। ਹਾਂਜੀ ਜੀ। ਤੇ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਹੋਏ? ਮੇਰੇ ਵਿਆਹ ਨੂੰ 5 ਸਾਲ ਹੋ ਗਏ। ਹਾਂਜੀ, ਬੇਟਾ ਮੇਰਾ 4 ਸਾਲ ਦਾ। ਤੇ ਰਿਪਨ, ਹੁਣ ਤਾਂ ਚਲੋ ਤੁਹਾਡਾ ਕੰਮ ਬਹੁਤ ਤੁਸੀਂ ਵੱਡੇ ਲੈਵਲ ਤੇ ਕੀਤਾ ਜੀ, ਪਰ ਆਪਾਂ ਪਹਿਲਾਂ ਤੋਂ ਗੱਲਾਂ ਕਰਦੇ ਹਾਂ। ਹਾਂਜੀ, ਵੀ ਜਿਵੇਂ ਹੁਣ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੁੰਦਾ ਕਿ ਕੁੜੀਆਂ ਨੂੰ ਖਾਸ ਕਰਕੇ ਨਾ, ਇਹ ਐਪੀਸੋਡ ਮੇਰਾ ਕਰਨ ਦਾ ਮਕਸਦ ਇਹ ਸੀ ਵੀ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਘਰਾਂ 'ਚ ਬੈਠੀਆਂ ਨੇ, ਉਹ ਨਾ ਤਾਂ ਜੋਬ ਕਰ ਸਕਦੀਆਂ ਨੇ ਨਾ, ਜਾਂ ਤਾਂ ਸਾਡੇ ਕੋਲ ਜੋਬ ਜਿੰਨੀ ਕੁਆਲੀਫਿਕੇਸ਼ਨ ਨਹੀਂ ਹੁੰਦੀ, ਜਾਂ ਫਿਰ ਕਈ ਵਾਰੀ ਨੌਕਰੀ ਮਿਲਦੀ ਵੀ ਨਹੀਂ ਅੱਜ ਕੱਲ੍ਹ। ਤੇ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀ ਕੀ ਸੋਚਦੇ ਹੁੰਦੇ ਸੀਗੇ ਵੀ ਮੈਂ ਨੌਕਰੀ ਕਰਾਂ? ਨਹੀਂ, ਮੈਂ ਇੱਦਾਂ ਕੁਛ ਨਹੀਂ ਸੀ ਸੋਚਿਆ ਹੈ ਨਾ ਵੀ ਨੌਕਰੀ ਕਰਾਂ ਜਾਂ ਕੁਛ ਵੀ, ਮਤਲਬ ਮੈਨੂੰ ਉੱਦਾਂ ਹੀ ਸੀਗਾ ਵੀ, ਪਰ ਮੈਨੂੰ ਸਟਾਰਟਿੰਗ ਤੋਂ ਸੀਗਾ ਵੀ ਮੈਂ ਆਪਣਾ ਕੋਈ ਕੰਮ ਕਰਾਂ, ਹੈ ਨਾ, ਕੋਈ ਵੀ ਕੰਮ ਕਰਾਂ, ਬਸ ਮੈਂ ਆਪਣਾ ਕਰਾਂ, ਮਤਲਬ ਮੈਨੂੰ ਸਟਾਰਟਿੰਗ ਤੋਂ ਹੀ ਐਵੇਂ ਸੀਗਾ। ਪਰ ਇੰਨਾ ਜਿੰਨਾ ਮਤਲਬ ਕੰਮ ਇਹ ਅੱਗੇ ਤੱਕ ਗਿਆ ਮੈਂ ਲੈ ਕੇ ਗਈ, ਹੈ ਨਾ, ਪਰ ਮੈਂ ਇੰਨਾ ਵੀ ਨਹੀਂ ਸੀ ਕਦੇ ਸੋਚਿਆ ਵੀ ਮੈਂ ਇੰਨੀ ਅੱਗੇ ਤੱਕ ਲੈ ਕੇ ਜਾਵਾਂਗੀ। ਪਰ ਜਿੱਦਾਂ ਪਰਮਾਤਮਾ ਨੇ ਜਿੱਦਾਂ ਸਾਰਾ ਕੁਛ ਕਰਨਾ ਹੁੰਦਾ ਹੈ ਨਾ, ਆਪਣੇ ਆਪ ਆਪਣੇ ਰਸਤੇ ਬਣਦੇ ਨੇ ਅਤੇ ਸਾਰਾ ਕੁਛ ਹੁੰਦਾ ਰਹਿੰਦਾ ਹੈ ਨਾ, ਇੱਦਾਂ ਹੀ ਮੇਰੇ ਨਾਲ ਹੋਇਆ। ਅਤੇ ਮੈਂ 3 ਸਾਲ ਪਹਿਲਾਂ ਸਟਾਰਟ ਕੀਤਾ, ਮੈਂ ਔਨਲਾਈਨ ਸਟਾਰਟ ਕੀਤਾ, ਅਤੇ ਮੈਂ ਬਸ ਜਿੱਦਾਂ ਉੱਦਾਂ ਹੀ ਆਪਾਂ ਨੂੰ ਆਰਡਰ ਆਉਂਦੇ ਨੇ, ਕੋਈ ਰਿਸ਼ਤੇਦਾਰ, ਕੋਈ ਕੋਈ ਵੀ, ਹੈ ਨਾ, ਆਪਾਂ ਨੂੰ ਕਹਿੰਦੇ ਆ ਵੀ ਕਿ ਤੁਸੀਂ ਸਾਨੂੰ ਸੂਟ ਬਣਾ ਕੇ ਦੇ ਦਿਓ ਜਾਂ ਆਪਾਂ ਆਪਣੇ ਸੂਟ ਡਿਜ਼ਾਈਨ ਕਰਕੇ। ਜੀ ਜੀ, ਤਾਂ ਬਸ ਮੈਂ ਇੱਦਾਂ ਹੀ ਸਟਾਰਟ ਕੀਤਾ, ਅਤੇ ਮੈਂ ਪਹਿਲਾਂ ਰਿਸ਼ਤੇਦਾਰਾਂ ਦੇ ਸੂਟ ਬਣਾਏ, ਆਪਣੇ ਸੂਟ ਬਣਾਉਣੇ, ਹੈ ਨਾ, ਮੇਰੀ ਸਿਸਟਰ ਆ ਉਹਦੇ ਸੂਟ ਬਣਾਉਣੇ, ਅਤੇ ਬਸ ਹੌਲੀ ਹੌਲੀ ਫਿਰ ਸਟਾਰਟ ਹੁੰਦਾ ਗਿਆ। ਜਿੱਦਾਂ ਫਿਰ ਫਰੈਂਡਸ ਸੀਗੇ ਨਾਲ, ਉਹ ਮਤਲਬ ਉਹਨਾਂ ਨੂੰ ਬਾਹਰ ਚੱਲ ਗਏ ਜਿਹੜੇ ਵੀ ਤੁਸੀਂ ਸਾਨੂੰ ਸੂਟ ਬਣਾ ਕੇ ਭੇਜ ਦਿਓ ਇੱਦਾਂ, ਹੈ ਨਾ, ਤਾਂ ਮੈਂ ਇੱਦਾਂ ਹੀ ਸਟਾਰਟ ਕੀਤਾ। ਅਤੇ ਫਿਰ ਹੌਲੀ ਹੌਲੀ ਚੱਲਦਾ ਗਿਆ, ਮੈਂ 3 ਸਾਲ, ਹੈ ਨਾ, ਮੈਨੂੰ ਐਕਸਪੀਰੀਅੰਸ ਹੁੰਦਾ ਗਿਆ, ਮੈਂ ਕਰਦੀ ਗਈ, ਪਰ ਫਿਰ ਮੈਨੂੰ ਲੱਗਿਆ ਵੀ ਨਹੀਂ ਮੈਨੂੰ ਕਰਨਾ ਚਾਹੀਦਾ, ਹੈ ਨਾ, ਫਿਰ ਤਾਂ ਹੀ ਮੈਂ ਆਪਣਾ ਇਹ ਸੋਚਿਆ ਕਿ ਹਾਂ ਆਪਾਂ ਇੱਕ ਮਤਲਬ ਬੁਟੀਕ ਬਣਾਉਣੇ ਆ, ਹੈ ਨਾ, ਆਪਣਾ ਇੱਕ ਸੈਟਅਪ ਹੋਣਾ ਚਾਹੀਦਾ ਇੱਕ ਵਧੀਆ, ਹੈ ਨਾ, ਜਿੱਥੇ ਆਪਾਂ ਮਤਲਬ ਆਪਣਾ ਸਾਰਾ ਜੋ ਵੀ ਆਪਾਂ ਕੰਮ ਕਰਦੇ ਹਾਂ, ਆਪਣੇ ਕਾਰੀਗਰ ਜਿਹੜੇ ਵੀ ਹੁੰਦੇ ਨੇ, ਹੈ ਨਾ, ਉਹ ਇੱਕ ਸੈਟਅਪ 'ਤੇ ਹੋਣ ਆਪਣੇ ਨਾਲ, ਹੈ ਨਾ, ਅਤੇ ਆਪਾਂ ਕੰਮ ਕਰੀਏ ਇੱਦਾਂ। ਤਾਂ ਫਿਰ ਮੈਂ ਨਾ ਕੁਛ ਕੁ ਦਿਨ ਪਹਿਲਾਂ ਇੱਕ ਬੜਾ ਫੇਮਸ ਬੁਟੀਕ ਆ ਨੀਨੂ ਸਿੱਖੋ, ਹੈ ਨਾ,
ਉਹ ਗੁੱਗੂ ਗਿੱਲ ਹੋਣਾ ਦੇ ਮੈਨੂੰ ਲੱਗਦਾ ਭਾਣਜੀ ਲੱਗ ਰਹੇ। ਹਾਂਜੀ ਹਾਂਜੀ, ਉਹਨਾਂ ਦਾ ਮੈਂ ਇੱਕ ਇੰਟਰਵਿਊ ਸੁਣਿਆ ਸੀ, ਉਹ ਕਹਿੰਦੇ ਸੀਗੇ ਵੀ ਮੈਂ ਅੱਜ ਉਹਨਾਂ ਦਾ ਮਤਲਬ ਬ੍ਰਾਂਡ ਆ ਇੱਕ, ਹਨਾ, ਬੜੇ ਮਤਲਬ ਉਹਨਾਂ ਕੋਲ ਬਹੁਤ ਚੰਗੇ ਚੰਗੇ ਕਲਾਇੰਟ ਹੈ। ਤਾਂ ਉਹ ਕਹਿੰਦੇ ਵੀ ਮੈਂ ਏਦਾਂ ਨੀ ਸੀ ਵੀ ਜਿਵੇਂ ਦੀ ਤੁਸੀਂ ਮੈਨੂੰ ਅੱਜ ਦੇਖਦੇ ਹੋ, ਵੀ ਮੈਂ ਉੱਥੋਂ ਕੰਮ ਸ਼ੁਰੂ ਕੀਤਾ ਜਿੱਥੇ ਮੈਂ ਆਪਣੀ ਸੂਈ ਮਤਲਬ ਆਪ ਲੈ ਕੇ ਕਾਰੀਗਰਾਂ ਕੋਲ ਬੈਠਦੀ ਸੀ। ਤਾਂ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਨਾ ਕਿਸੇ ਦੀ ਉਹ ਜਰਨੀ ਨੀ ਪਤਾ ਹੁੰਦੀ ਵੀ ਕਿੱਥੋਂ ਸ਼ੁਰੂ ਹੋਈ ਆ। ਜੀ ਜੀ ਜੀ, ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਰਿਸ਼ਤੇਦਾਰਾਂ ਤੋਂ ਸ਼ੁਰੂ ਕੀਤਾ ਸੀ, ਹਨਾ। ਰਿਸ਼ਤੇਦਾਰਾਂ ਤੋਂ ਸ਼ੁਰੂ ਕਰਨ ਦਾ ਮਤਲਬ ਇਹੀ ਹੁੰਦਾ, ਜਿਵੇਂ ਤੁਹਾਡਾ ਤੇ ਮੇਰਾ ਐਕਸਪੀਰੀਅੰਸ ਕਈ ਗੱਲਾਂ ਚ ਸੇਮ ਆ, ਵੀ ਜਦੋਂ ਆਪਣੇ ਜੀ ਨੂੰ ਪਤਾ ਲੱਗ ਜਾਵੇ ਵੀ ਫਲਾਣਾ ਰਿਸ਼ਤੇਦਾਰ ਪਟਿਆਲੇ ਰਹਿੰਦਾ, ਤਾਂ ਉਹ ਪਟਿਆਲੇ ਵਾਲੇ ਤੋਂ ਕੱਪੜੇ ਜ਼ਰੂਰ ਮੰਗਾਊਗਾ ਬੰਦਾ। ਤੇ ਉਦੋਂ ਵੀ ਹੁੰਦਾ ਕਿ ਜਦੋਂ ਅਸੀਂ ਪਹਿਲੀ ਵਾਰ ਪਹਿਲਾ ਸੂਟ ਲੈਣ ਜਾਂਦੇ ਹਾਂ ਕਿ ਹਾਂ ਮੈਂ ਇੱਕੋ ਹੀ ਕਿਸੇ ਨੇ ਕਿਹਾ ਮੈਂ ਇੱਕੋ ਹੀ ਬਣਾਉਣਾ। ਹਾਂਜੀ, ਤੇ ਏਦਾਂ ਤੁਸੀਂ ਵੀ ਏਦਾਂ ਹੀ ਸ਼ੁਰੂ ਕੀਤਾ ਸੀ ਕਿ ਅੱਜ ਕਿਸੇ ਨੇ ਸਿਰਫ ਪਹਿਲਾ ਸੂਟ ਹੀ ਮੰਗਿਆ? ਜੀ ਜੀ, ਮੈਂ 3 ਸਾਲ ਏਦਾਂ ਹੀ ਕੰਮ ਕੀਤਾ, ਮਤਲਬ ਜੋ ਵੀ ਆਰਡਰ ਦਾ ਹੀ ਆਉਂਦਾ ਸੀਗਾ, ਕਿਸੇ ਦਾ 1 ਸੂਟ ਆਉਣਾ, ਕਿਸੇ ਦੇ 2 ਸੂਟ ਆਉਣੇ, ਹੈ ਨਾ, ਤਾਂ ਮੈਂ ਏਦਾਂ ਹੀ ਬਣਾ ਕੇ ਭੇਜਦੀ ਸੀ। ਤਾਂ ਮੈਨੂੰ ਕਦੇ ਵੀ ਨਹੀਂ ਸੀ ਐਵੇਂ ਲੱਗਿਆ ਵੀ, ਹੈ ਨਾ, ਮੇਰੀ ਸਿਰ ਦਰਦੀ ਹੈ ਜਾਂ ਕੁਛ ਵੀ। ਤਾਂ ਮੈਨੂੰ ਇੱਕ ਸ਼ੌਂਕ ਸੀਗਾ, ਹੈ ਨਾ, ਆਪਾਂ ਨੂੰ ਹੁੰਦਾ ਸੀ ਵੀ ਕਿਸੇ ਨੇ ਆਪਾਂ ਨੂੰ ਕਿਹਾ ਤਾਂ ਆਪਾਂ ਉਹਦੀ ਵਧੀਆ ਹੀ ਚੀਜ਼ ਬਣਾ ਕੇ ਦੇਣੀ ਹੈ ਨਾ, ਆਪਾਂ ਨੂੰ ਵੀ ਕਿ ਬੰਦਾ ਪਾਵੇ ਅਤੇ ਉਹਨੂੰ ਫੀਲ ਹੋਵੇ ਠੀਕ ਆ ਵੀ ਹਾਂ ਵੀ ਮੈਂ ਉਹਨੂੰ ਕਿਹਾ ਸੀਗਾ ਤਾਂ ਉਹਨੇ ਮੈਨੂੰ ਵਧੀਆ ਬਣਾ ਕੇ ਭੇਜਿਆ, ਹੈ ਨਾ। ਤਾਂ ਮੈਂ ਇੱਦਾਂ ਹੀ ਸਟਾਰਟ ਕੀਤਾ ਸੀਗਾ 1 ਸੂਟ ਤੋਂ ਹੀ। ਫਿਰ ਕਈ ਵਾਰ ਕਿਸੇ ਦੇ ਜਿੰਨਾ ਵੀ ਆਉਣਾ, ਤਾਂ ਮੈਂ ਆਰਡਰ ਦਾ ਹੀ ਕੰਮ ਕਰਦੀ ਸੀ ਪਹਿਲਾਂ 3 ਸਾਲ ਤੇ, ਹੁਣ ਤੇ ਚਲੋ ਸਟੋਰ ਕਰਕੇ ਆਪਾਂ ਨੂੰ ਉੱਥੇ ਆਪਣੀ ਕਲੈਕਸ਼ਨ ਵੀ ਰੱਖਣੀ ਪੈਂਦੀ ਹੈ ਨਾ, ਅਤੇ ਨਿਊ ਕਲੈਕਸ਼ਨ ਆਪਾਂ ਨੂੰ ਲਾਂਚ ਵੀ ਕਰਨੀ ਵੀ ਸੀਜ਼ਨ ਦੇ ਅਕੋਰਡਿੰਗ ਆਪਾਂ ਨੂੰ, ਹੈ ਨਾ, ਸਭ ਕੁਛ ਕਰਨਾ ਪੈਂਦਾ। ਅਤੇ ਸਟਾਰਟਿੰਗ ਮੈਂ ਇੱਦਾਂ ਹੀ ਕੀਤੀ ਸੀਗੀ। ਜੀ, ਜਿਵੇਂ ਤੁਸੀਂ ਚੰਗੇ ਪਰਿਵਾਰ ਚੋਂ, ਚੰਗੀ ਜਾਇਦਾਦ ਜ਼ਮੀਨ ਹੈ ਨਾ, ਤੇ ਘਰ ਦੇ ਇਦਾਂ ਅਲਾਓ ਕਰਦੇ ਨੇ ਵੀ ਪਹਿਲਾਂ ਜਦੋਂ ਆਪਾਂ ਕਹਿੰਦੇ ਵੀ ਮੈਂ ਫਲਾਣੇ ਨੇ ਮੈਨੂੰ ਕਿਹਾ 1 ਸੂਟ, ਮੈਂ ਅੱਛਾ ਮੈਂ ਸ਼ੁਰੂ ਕਰ ਲਿਆ, ਮੈਂ ਕਲਾਊਡ ਬੁਟੀਕ ਸ਼ੁਰੂ ਕਰ ਲਿਆ ਜੀ, ਨਾ ਤਾਂ ਮੇਰੇ ਕੋਲ ਕੋਈ ਕਾਰੀਗਰ ਮੈਂ ਘਰੇ ਬਿਠਾਉਣਾ, ਨਾ ਮੈਂ ਕੋਈ ਹਲੇ ਤੱਕ ਟੇਲਰ, ਹੈ ਨਾ, ਵੀ ਮੈਂ ਜਿੰਨਾ ਕੁ ਮੈਨੂੰ ਕਿਸੇ ਨੇ ਆਰਡਰ ਦਿੱਤਾ ਮੈਂ ਕੱਪੜਾ ਖਰੀਦਣਾ, ਕਾਰੀਗਰਾਂ ਨੂੰ ਦੇ ਕੇ ਆਉਣਾ, ਫਿਰ ਸਟਿਚ ਕਰਵਾ ਕੇ ਭੇਜ ਦਿਓ, ਹੈ ਨਾ। ਹਾਂਜੀ, ਤੇ ਇੱਦਾਂ ਕਰਦੇ ਸੀਗੇ ਘਰਦੇ ਅਲਾਓ ਵੀ ਕਿ ਐਵੇਂ 2-2 ਸੂਟਾਂ ਪਿੱਛੇ ਤੁਰੇ ਫਿਰਦੇ ਹੋ? ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਝਿੜਕਾਂ ਪੈ ਜਾਂਦੀਆਂ ਨੇ ਕਈ ਵਾਰੀ। ਨਹੀਂ, ਐਵੇਂ ਤਾਂ ਨਹੀਂ, ਮੇਰੇ ਮਤਲਬ ਫਾਦਰ ਇਨ ਲਾਅ ਤਾਂ ਪਹਿਲਾਂ ਹੀ ਨਹੀਂ ਸੀਗੇ, ਮਦਰ ਇਨ ਲਾਅ ਤੋਂ ਬਾਅਦ ਮੈਂ ਉਹਨਾਂ ਦੀ ਡੈਥ ਹੋ ਗਈ ਸੀ, ਉਹ ਤੋਂ ਬਾਅਦ ਕੰਮ ਮੈਂ ਆਪਣੇ ਬੇਟੇ ਦੇ ਬਰਥ ਤੋਂ ਬਾਅਦ ਕੰਮ ਸਟਾਰਟ ਕੀਤਾ ਸੀਗਾ। ਅਤੇ ਹਸਬੈਂਡ ਨੇ ਮੈਨੂੰ ਬਹੁਤ ਸਪੋਰਟ ਕੀਤੀ ਆ, ਅਤੇ ਮਤਲਬ ਉਹਨਾਂ ਨੇ ਹਮੇਸ਼ਾ ਹੀ ਮੈਨੂੰ ਕਿਹਾ, ਹੈ ਨਾ, ਵੀ ਤੈਨੂੰ ਮਤਲਬ ਕਰਨਾ ਚਾਹੀਦਾ ਕੋਈ ਵੀ ਕੰਮ, ਉਹ ਹਰ ਵਾਰੀ ਮਤਲਬ ਜਿਵੇਂ ਕੁਛ ਵੀ ਕੋਈ ਵੀ ਕੰਮ ਆ, ਹਰੇਕ ਚੀਜ਼ ਸਪੋਰਟ ਕਰਦੇ ਨੇ, ਹੈ ਨਾ, ਵੀ ਕਰਨਾ ਚਾਹੀਦਾ ਇੱਦਾਂ ਇੱਦਾਂ। ਅਤੇ ਫਿਰ ਮੈਂ ਉਹ ਤੋਂ ਬਾਅਦ ਹੀ ਮੈਨੂੰ ਉਹਨਾਂ ਨੇ ਕਦੀ ਨਹੀਂ ਸੀ ਕਿਹਾ, ਅਤੇ ਮੈਂ ਬਸ ਇੱਦਾਂ ਹੀ ਸਟਾਰਟ ਕੀਤਾ, ਅਤੇ ਮੈਂ ਹੌਲੀ ਹੌਲੀ ਬਸ ਕਰਦੀ ਗਈ। ਅਤੇ ਹੁਣ ਵੀ ਮੈਨੇ ਜਦੋਂ ਸਟੋਰ ਓਪਨ ਕੀਤਾ, ਹੈ ਨਾ, ਸਭ ਤੋਂ ਵੱਧ ਉਹਨਾਂ ਨੇ ਸਪੋਰਟ ਕੀਤੀ ਮੈਨੂੰ, ਹੈ ਨਾ, ਕਿ ਨਹੀਂ ਆਪਾਂ ਨੂੰ ਇੱਦਾਂ ਕਰਨਾ ਚਾਹੀਦਾ। ਬਟ ਹਾਂ, ਕੁਛ ਹੁੰਦੇ ਨੇ ਆਪਣੇ ਜਿੱਦਾਂ ਰਿਸ਼ਤੇਦਾਰ, ਹੈ ਨਾ, ਵੀ ਕਰਦੇ ਆ, ਬੋਲਦੇ ਆ, ਜਿਵੇਂ ਮੈਂ ਸਟਾਰਟ ਕੀਤਾ, ਬੜਿਆਂ ਨੇ ਮੈਨੂੰ ਕਿਹਾ ਵੀ, ਹੈ ਨਾ, ਇਕੱਲੀ ਆ, ਇੰਨੀ ਵੱਡੀ ਜ਼ਿੰਮੇਵਾਰੀ ਆ, ਬੱਚੇ ਨੂੰ ਸਾਂਭ ਲਏ, ਹੈ ਨਾ, ਆਪਣਾ ਘਰ ਹੀ ਸਾਂਭ ਲਏ, ਹੈ ਨਾ, ਉਹੀ ਬਹੁਤ ਆ। ਤਾਂ ਬਹੁਤ ਕੁਛ ਹੁੰਦਾ, ਚਲੋ ਆਪਾਂ, ਹੈ ਨਾ, ਸੁਣਦੇ ਹਾਂ, ਅਤੇ ਪਰ ਸਭ ਕੁਛ ਮੈਂ ਇਗਨੋਰ ਕੀਤਾ। ਮੈਂ ਕਈ ਵਾਰ ਹੁੰਦਾ ਸੀਗਾ ਆਪਾਂ ਨੈਗੇਟਿਵ ਵੀ ਹੋ ਜਾਂਦੇ ਹਾਂ, ਹੈ ਨਾ, ਮੈਂ ਹਸਬੈਂਡ ਨਾਲ ਗੱਲ ਕਰਦੀ ਵੀ ਇੱਦਾਂ ਇੱਦਾਂ ਕਰਕੇ, ਹੈ ਨਾ, ਵੀ ਆਹ ਬੰਦਾ ਇਹ ਗੱਲ ਕਹਿ ਰਿਹਾ, ਹੈ ਨਾ, ਤਾਂ ਉਹ ਕਹਿੰਦੇ ਵੀ ਨਹੀਂ ਨਹੀਂ ਵੀ ਆਦਤ ਹੀ ਹੁੰਦੀ ਆ ਨਾ ਸਭ ਦੀ, ਹੈ ਨਾ, ਬੋਲਣ ਦੀ ਵੀ, ਤਾਂ ਕਿਸੇ ਬਾਰੇ ਨਹੀਂ ਸੋਚੀਦਾ, ਵੀ ਜੋ ਕਰਨਾ ਤੁਸੀਂ ਆਪਣੇ ਹਿਸਾਬ ਨਾਲ ਕਰੋ, ਤਾਂ ਮਤਲਬ ਕਿਸੇ ਦੀ ਆਪਾਂ ਕਿਉਂ ਟੈਨਸ਼ਨ ਲੈਣੀ, ਹੈ ਨਾ, ਜਦੋਂ ਮੈਂ ਤੈਨੂੰ ਸਪੋਰਟ ਕਰ ਰਿਹਾ। ਤਾਂ ਇੱਦਾਂ ਦਾ ਮੈਨੂੰ ਕਦੀ ਨਹੀਂ ਹੋਇਆ। ਨਾਲੇ ਵੈਸੇ ਵੀ ਕਹਿੰਦੇ ਹੁੰਦੇ ਆ ਮਿਹਨਤ ਕੀ ਤੇ ਮਿਹਣਾ ਕੀ। ਹਾਂਜੀ, ਵੀ ਲੋਕਾਂ ਦਾ ਤਾਂ ਕੰਮ ਹੈ ਤੁਹਾਨੂੰ ਗੱਲਾਂ ਕਰਨੀਆਂ, ਜੇ ਤੁਸੀਂ ਮਿਹਨਤ ਕਰਦੇ ਹੋ ਕਿਤੇ ਨਾ ਕਿਤੇ ਤਾਂ ਪਹੁੰਚੋਗੇ, ਉਹਨੂੰ ਕੋਈ ਮਿਹਣਾ ਨਹੀਂ ਹੋਣਾ ਚਾਹੀਦਾ। ਜੀ, ਨਾਲੇ ਪਤਾ ਕੀ ਆ, ਜਦੋਂ ਮੈਂ ਕੰਮ ਸਟਾਰਟ ਕੀਤਾ ਸੀ ਮੈਨੂੰ ਬਹੁਤ ਪ੍ਰੋਬਲਮਸ ਆਈਆਂ, ਜਿੱਦਾਂ ਬੇਟਾ ਛੋਟਾ ਸੀਗਾ,
ਤਾਂ ਘਰ ਵੀ ਦੇਖਣਾ ਜਿੱਦਾਂ ਹੁੰਦਾ ਹੀ ਸੀਗਾ ਹਨਾ। ਹੁਣ ਕਹਿਣ ਵਾਲਾ ਬੰਦਾ ਕਹਿ ਦਿੰਦਾ ਸੀਗਾ ਵੀ ਠੀਕ ਹੈ ਉਹ ਆਪਣਾ ਘਰ ਦੇਖੇ ਜਾਂ ਬੱਚਾ ਦੇਖੇ। ਹੁਣ ਮੈਨੂੰ ਇੱਕ ਸ਼ੌਂਕ ਵੀ ਸੀਗਾ ਹਨਾ ਵੀ ਉਹ ਮੈਂ ਕੰਮ ਕਰਾਂ, ਤਾਂ ਮੈਂ ਆਪਣੇ ਬੱਚੇ ਦਾ ਵੀ ਧਿਆਨ ਰੱਖਦੀ ਸੀ। ਅਤੇ ਮੇਰਾ ਬੱਚਾ ਤਾਂ ਬੇਟਾ ਮੇਰਾ ਇੱਦਾਂ ਦਾ ਸੀਗਾ, ਉਹ ਕਈ ਕਈ ਵਾਰ ਨਾ ਸਾਰੀ ਸਾਰੀ ਰਾਤ ਸੌਂਦਾ ਹੀ ਨਹੀਂ ਸੀਗਾ, ਮੈਨੂੰ ਐਵੇਂ ਬੈੱਡ 'ਤੇ ਮਤਲਬ ਉਹਨੂੰ ਗੋਦੀ 'ਚ ਪਾ ਕੇ ਜਿੱਦਾਂ ਮੈਂ ਐਵੇਂ ਬੈਠੀ ਰਹਿਣਾ ਸਾਰੀ ਰਾਤ ਹਨਾ। ਉਹ ਬਹੁਤ ਮਤਲਬ ਜਿਵੇਂ ਡਰ ਕੇ ਉੱਠਣਾ ਬੱਚੇ ਹਨਾ, ਉਹ ਇੱਦਾਂ ਬਹੁਤ ਕਰਦਾ ਸੀਗਾ। 3-4 ਸਾਲ ਤੋਂ ਬਾਅਦ ਉਹ ਹੁਣ ਤੱਕ ਠੀਕ ਹੋਇਆ। ਅਤੇ ਫਿਰ ਮੈਨੂੰ ਹੁੰਦਾ ਸੀਗਾ ਮੈਂ ਆਪਣੇ ਘਰ ਦਾ ਵੀ ਦੇਖਣਾ ਹੁੰਦਾ ਸੀਗਾ, ਫੈਮਿਲੀ ਦਾ ਵੀ ਦੇਖਣਾ ਹੁੰਦਾ ਆਪਾਂ, ਅਤੇ ਮੈਨੂੰ ਉਹਦਾ ਕੰਮ ਦਾ ਵੀ ਆਪਣੇ ਟਾਈਮ 'ਤੇ ਕੰਮ ਵੀ ਦੇਣਾ ਹੁੰਦਾ ਹੈ ਨਾ। ਅਤੇ ਮੈਨੂੰ ਉਹ ਕੀ ਮਤਲਬ ਪ੍ਰੋਬਲਮ ਸੀ, ਉਹ ਮਤਲਬ ਕਿੱਦਾਂ ਹੁੰਦਾ ਸੀ, ਉਹ ਤਾਂ ਮੈਂ ਹੀ ਹੈਂਡਲ ਕਰਦੀ ਸੀ ਹੈ ਨਾ। ਮਤਲਬ ਕਹਿਣ ਵਾਲਾ ਬੰਦਾ ਤਾਂ ਕਹਿ ਦਿੰਦਾ ਵੀ ਹਾਂ ਠੀਕ ਆ, ਜਾਂ ਹੁਣ ਆਪਾਂ ਕੰਮ ਕਰ ਰਹੇ ਹਾਂ, ਹੁਣ ਅਗਲਾ ਕਹਿ ਦਿੰਦਾ ਹੈ ਨਾ ਵੀ ਬਹੁਤ ਸੌਖਾ, ਠੀਕ ਆ ਪੈਸੇ ਲਾਏ ਅਤੇ ਬੁਟੀਕ ਬਣਾ ਲਿਆ, ਬੁਟੀਕ ਬਣਾ ਲਿਆ ਵੱਡੇ ਲੈਵਲ 'ਤੇ। ਜੀ ਜੀ ਜੀ। ਤੇ ਰਿਪਨ ਜਿੱਦਾਂ ਤੁਸੀਂ 3 ਕੁ ਸਾਲ 'ਚ ਇੰਨੀ ਕਮਾਈ ਹੋ ਗਈ ਵੀ ਬੰਦਾ ਕਹੇ ਵੀ ਮੈਂ ਹੁਣ ਬਹੁਤ ਵੱਡੇ ਬਜਟ 'ਤੇ ਕੰਮ ਸ਼ੁਰੂ ਕਰ ਲਾਂ? ਨਹੀਂ, ਆਪਾਂ ਕਹਿ ਸਕਦੇ ਹਾਂ ਕਿ ਕਮਾਈ ਤਾਂ ਨਹੀਂ ਉਨੀ, ਕਿਉਂਕਿ ਆਪਾਂ ਸਿਰਫ ਇੱਕ ਆਪਾਂ ਨੂੰ ਇਹ ਵੀ ਹੁੰਦਾ ਕਿ ਆਪਾਂ ਜਿਸ ਹਿਸਾਬ ਨਾਲ ਬੰਦਾ ਆਪਾਂ ਨੂੰ ਪੇ ਕਰ ਰਿਹਾ ਆਪਾਂ ਉਹਨੂੰ ਕੰਮ ਵੀ ਉਸ ਹਿਸਾਬ ਨਾਲ ਦੇਈਏ ਹੈ ਨਾ। ਤਾਂ ਅਸੀਂ ਕੰਮ 'ਚ ਕਦੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਵੀ ਹੈ ਨਾ, ਆਪਾਂ ਅਗਲੇ ਤੋਂ ਪੇ ਕਰਾ ਲਿਆ ਤਾਂ ਆਪਾਂ ਅਗਲੇ ਨੂੰ ਉਸ ਦੇ ਅਕੋਰਡਿੰਗ ਹੈ ਨਾ ਕੰਮ ਨਾ ਕਰਕੇ ਦੇਈਏ ਹੈ ਨਾ, ਅਗਲੇ ਦਾ ਕੰਮ ਖਰਾਬ ਹੋ ਰਿਹਾ। ਉੱਦਾਂ ਦਾ ਆਪਾਂ ਕਦੀ ਕੁਛ ਨਹੀਂ ਕੀਤਾ। ਅਤੇ ਇੰਨੀ ਜ਼ਿਆਦਾ ਇਨਕਮ ਵੀ ਤੁਹਾਨੂੰ ਪਤਾ ਹੀ ਆ ਹੈ ਨਾ, ਕਿਉਂਕਿ ਖਰਚੇ ਵੀ ਓਨੇ ਹੀ ਹੁੰਦੇ ਆ ਹੈ ਨਾ। ਦੇਖਣ ਵਾਲੇ ਨੂੰ ਮਤਲਬ ਤੁਸੀਂ ਦੇਖੋ, ਆਪਾਂ ਆਪਣੀ ਫੈਮਿਲੀ ਜਾਂ ਆਪਣੇ ਬੱਚੇ ਨੂੰ ਛੱਡ ਕੇ ਸਾਰਾ ਆਪਾਂ ਟਾਈਮ ਕੰਮ ਨੂੰ ਦੇ ਰਹੇ ਹਾਂ, ਆਪਾਂ ਸਾਰਾ ਦਿਨ ਫਿਰ ਰਹੇ ਹਾਂ, ਤਾਂ ਉਹ ਵੀ ਆਪਣਾ ਇੱਕ ਹੈਗਾ ਹੀ ਆ ਹੈ ਨਾ। ਸਿਰਫ ਆਪਾਂ ਉਹਨਾਂ ਕੁ ਮਾਰਜਨ ਤਾਂ ਰੱਖਦੇ ਹੀ ਹਾਂ ਦੇਖੋ ਹੈ ਨਾ, ਉਹ ਤਾਂ ਹਰ ਬੰਦੇ ਹੀ ਰੱਖਦਾ ਆਪਣੇ ਹੈ ਨਾ। ਜੇ ਆਪਾਂ ਨੂੰ ਕਿਸੇ ਕੰਮ ਤੋਂ ਪ੍ਰੋਫਿਟ ਹੋਏਗਾ ਆਪਾਂ ਤਾਂ ਹੀ ਅੱਗੇ ਕੰਮ ਕਰਾਂਗੇ। ਅਤੇ ਬਟ ਇੰਨਾ ਜ਼ਿਆਦਾ ਤਾਂ ਨਹੀਂ ਕਿ ਮੈਂ ਹਾਂ ਸਟੋਰ ਬਣਾ ਲਿਆ ਹੈ ਨਾ, ਉਹਦੇ ਕਰਕੇ ਸਟੋਰ ਬਣਾ ਲਿਆ। ਉਹ ਤਾਂ ਚਲੋ ਵੀ ਸੀਗਾ, ਮੇਰੇ ਹਸਬੈਂਡ ਦਾ ਸੀਗਾ ਵੀ ਹੈ ਨਾ, ਉਹਨਾਂ ਨੇ ਮਤਲਬ ਮੈਨੂੰ ਕੀਤਾ ਕਿ ਹਾਂ ਨਹੀਂ ਆਪਾਂ ਨੂੰ ਸਟੋਰ ਹੈ ਨਾ ਆਪਾਂ ਵਧੀਆ ਲੈਵਲ 'ਤੇ ਹੀ ਕਰਦੇ ਹਾਂ, ਤੈਨੂੰ ਕਰਨਾ ਚਾਹੀਦਾ ਇੱਦਾਂ ਹੈ ਨਾ। ਅਤੇ ਉਹ ਤਾਂ ਹੋਇਆ, ਪਰ ਜੇ ਮੈਂ ਕਹਾਂ ਕਿ ਹਾਂ ਮੈਂ 3 ਸਾਲਾਂ 'ਚ ਬੁਟੀਕ ਤੋਂ ਕਮਾ ਕੇ ਸਟੋਰ ਬਣਾ ਲਿਆ ਤਾਂ ਉਹ ਤਾਂ ਨਹੀਂ ਹੋ ਸਕਦਾ। ਸਹੀ ਗੱਲ ਹੈ। ਤਾਂ ਹੁਣ ਆਪਾਂ ਸ਼ੁਰੂਆਤ ਦੀ ਗੱਲ ਕਰਦੇ ਹਾਂ ਨਾ। ਜੀ, ਜਿਵੇਂ ਆਪਾਂ ਗੱਲ ਕਰਦੇ ਸੀ ਵੀ ਲੋਕਾਂ ਦੇ ਵੀ ਸੂਟ ਮਹਿੰਗੇ ਬਹੁਤ ਬਣਦੇ ਆ, ਵਾਕਈ ਸੂਟ ਬਹੁਤ ਮਹਿੰਗੇ ਬਣਦੇ ਆ ਨਾ। ਇਹ ਤਾਂ ਆਪਾਂ ਮਤਲਬ ਮੰਨ ਕੇ ਚੱਲਦੇ ਹਾਂ ਕਿ ਇੱਕ ਐਵਰੇਜ ਸੂਟ ਵੀ ਜਦੋਂ ਤੁਸੀਂ ਕਿਸੇ ਵਿਆਹ ਸ਼ਾਦੀ ਬਾਰੇ ਸੋਚਦੇ ਹੋ ਕਿ ਕਿਸੇ ਰਿਸ਼ਤੇਦਾਰ ਦਾ ਵੀ ਵਿਆਹ ਆ ਗਿਆ ਨਾ, ਤੇ ਜੇ ਤੁਸੀਂ ਮਤਲਬ ਕਿਸੇ ਬੁਟੀਕ ਤੋਂ ਸੂਟ ਬਣਾਉਣ ਜਾਂਦੇ ਹੋ ਤਾਂ 10,000 ਤੱਕ ਐਵਰੇਜ ਰੇਂਜ ਆ ਨਾ ਕਿ ਬਣੂਗਾ ਹੀ। ਤੇ ਇਹਦੇ ਮਹਿੰਗੇ ਹੋਣ ਦਾ ਕੀ ਰੀਜ਼ਨ ਆ? ਮੈਨੂੰ ਮਤਲਬ ਚਲੋ ਵੈਸੇ ਮੈਨੂੰ ਤਾਂ ਪਤਾ ਹੈ ਨਾ ਕੀ ਆ, ਪਰ ਹੁਣ ਜਿਹੜੇ ਬਹੁਤ ਸਾਰੇ ਲੋਕ ਸੁਣਦੇ ਆ ਉਹ ਕਮੈਂਟ ਵੀ ਕਰਦੇ ਹੁੰਦੇ ਆ ਕਿ ਫਲਾਣੀ ਬੁਟੀਕ ਤੋਂ ਬੜੇ ਮਹਿੰਗੇ ਕੱਪੜੇ ਬਣਾਉਂਦੇ ਨੇ ਨਾ। ਹਾਂ, ਵੀ ਨਜਾਇਜ਼ ਵੱਢਦੇ ਵੀ ਨੇ। ਜਿਵੇਂ ਮੈਂ ਨਾ ਇੱਕ ਵਾਰੀ ਆਪਣੇ ਇੱਥੇ ਪਟਿਆਲੇ ਇੱਕ ਅੰਕਲ ਨੇ, ਤੁਸੀਂ ਵੀ ਜਾਣਦੇ ਹੋਵੋਗੇ ਨਾ ਜਾਰਜ, ਤਾਂ ਮੇਲ ਜਿਹੜੇ ਨੇ ਉਹ ਕੱਪੜੇ ਜੈਂਟਸ ਦੇ ਕੱਪੜੇ ਸੀਂਦੇ। ਮੈਂ ਉਹਨਾਂ ਨੂੰ ਇੱਕ ਵਾਰ ਹਾਸੇ ਹਾਸੇ ਚ ਪੁੱਛਣ ਲੱਗ ਗਈ, ਮੈਂ ਕਿਹਾ ਅੰਕਲ ਵੀ ਆਪਾਂ ਕਿਹੜੇ ਬੁਟੀਕ ਤੇ ਹੈ ਨਾ ਕੱਪੜੇ ਬਣਾ ਸਕਦੇ ਹਾਂ ਲੇਡੀਜ਼ ਦੇ? ਮੈਨੂੰ ਉਹਨਾਂ ਨੇ ਇੱਕ ਬੁਟੀਕ ਦਾ ਨਾਮ ਲਿਆ, ਕਹਿੰਦੇ ਮਤਲਬ ਉਹਨਾਂ ਨੇ ਹਾਸੇ ਚ ਕਿਹਾ, ਕਹਿੰਦੇ ਵੀ ਜੇ ਤਾਂ ਵੱਡਾ ਸਾਮੀ ਹੋ ਨਾ ਤੁਹਾਡੇ ਕੋਲ ਫਿਰ ਫਲਾਣੇ ਕੋਲ ਚਲੇ ਜਾਓ। ਮੈਂ ਕਿਹਾ ਅੰਕਲ ਨਹੀਂ, ਸਾਡੀ ਸਾਮੀ ਠੀਕ ਠੀਕ ਆ। ਕਹਿੰਦੇ ਵੀ ਉੱਥੇ ਐ ਹੁੰਦਾ ਵੀ ਜਿਹੜਾ 10,000 ਵਾਲੀ ਚੀਜ਼ ਆ ਤੁਹਾਨੂੰ 30 ਚ ਮਿਲਦੀ ਆ। ਹਾਂਜੀ, ਹੈ ਨਾ, ਕਰਦੇ ਵੀ ਨੇ ਕਰਦੇ ਵੀ। ਹਾਂਜੀ ਜੀ, ਪਰ ਉਦਾਂ ਸੱਚੀ ਐਕਚੁਅਲ ਚ ਕੱਪੜੇ ਮਹਿੰਗੇ ਹੋਣ ਦਾ ਰੀਜ਼ਨ ਕੀ? ਬਾਕੀ ਦੇਖੋ ਆਪਾਂ ਸਟੱਫ ਤੇ ਵੀ ਕਾਫੀ ਜ਼ਿਆਦਾ ਹੈ ਨਾ ਹੁੰਦਾ ਕਿ ਆਪਾਂ ਸਟੱਫ ਵੀ ਮਹਿੰਗਾ, ਆਪਾਂ ਨੂੰ ਕੰਮ ਵੀ ਵਧੀਆ ਚਾਹੀਦਾ, ਆਪਾਂ ਨੂੰ ਮਟੀਰੀਅਲ ਵੀ ਉਹ ਚਾਹੀਦਾ ਜਿਹੜਾ ਨਹੀਂ ਖਰਾਬ ਹੋਣਾ ਹੈ ਨਾ ਆਪਣਾ। ਮਤਲਬ ਲੋਕੀ ਕਹਿੰਦੇ ਨੇ ਕਿ ਹਾਂ ਅਸੀਂ ਇੱਕ ਵਾਰ ਸੂਟ ਪਾਉਣਾ, ਇੱਕ ਵਾਰ ਤੋਂ ਬਾਅਦ ਜਦੋਂ 5 ਸਾਲਾਂ ਬਾਅਦ ਪਾਉਣ ਤਾਂ ਉਹਨਾਂ ਨੂੰ ਲੱਗੇ ਵੀ ਸਾਨੂੰ ਉਵੇਂ ਦਾ ਉਵੇਂ ਸੂਟ ਚਾਹੀਦਾ ਹੈ ਨਾ, ਉਹਦੇ 'ਤੇ ਮਟੀਰੀਅਲ ਜਿਹੜਾ ਆਪਾਂ ਨੇ ਲਗਾਇਆ ਉਹ ਨਹੀਂ ਖਰਾਬ ਹੋਣਾ ਚਾਹੀਦਾ। ਤਾਂ ਕਾਫੀ ਕੁਛ ਦੇਖਣਾ ਪੈਂਦਾ, ਜਿੱਦਾਂ ਬੁਟੀਕਸ ਤਾਂ ਕਹਿ ਦਿੰਦੇ ਨੇ ਕਾਫੀ ਜ਼ਿਆਦਾ ਮਹਿੰਗੀਆਂ ਨੇ ਹੈ ਨਾ। ਹੁਣ ਉਹਨਾਂ ਨੇ ਡਿਜ਼ਾਈਨਰ ਨੂੰ ਵੀ ਪੇ ਕਰਨਾ ਹੈ ਨਾ, ਤਾਂ ਉਹਨਾਂ ਨੇ ਆਪਣੀ ਡਿਜ਼ਾਈਨਿੰਗ ਵੀ ਲੈ ਕੇ ਆਉਣੀ ਅੱਗੇ, ਤਾਂ ਮਤਲਬ
ਉਸ ਦੇ ਅਕੋਰਡਿੰਗ ਹੀ ਹੁੰਦਾ ਆਪਾਂ ਕਿੱਦਾਂ ਕਿੱਦਾਂ ਮਤਲਬ ਕਿੰਨੇ ਆਪਣੇ ਕੋਲ ਕਾਰੀਗਰ ਨੇ ਹਨਾ, ਉਸ ਹਿਸਾਬ ਨਾਲ ਆਪਾਂ ਨੇ ਉਹਨਾਂ ਨੂੰ ਪੇ ਕਰਨਾ, ਤਾਂ ਉਹਨਾਂ ਦੇ ਡਿਜ਼ਾਈਨ ਆਉਣੇ ਨੇ ਜਿਹੜੇ ਹਨਾ ਉਹ ਵੀ ਨਵੇਂ ਨੇ, ਕੋਈ ਕੋਈ ਬੰਦਾ ਇੱਕ ਆਪਾਂ ਡਿਜ਼ਾਈਨ ਕਾਪੀ ਕਰ ਰਹੇ ਉਹਨੂੰ ਕਾਪੀ ਕਰਨਾ ਬਹੁਤ ਈਜ਼ੀ ਹੁੰਦਾ, ਉਹ ਡਿਜ਼ਾਈਨ ਤੇ ਬੰਨ ਨੂੰ ਮਤਲਬ ਉਹਨਾਂ ਨੇ ਹੁਣ ਉਹਨਾਂ ਦੇ ਕਾਰੀਗਰ ਨੂੰ 4 ਦਿਨ ਲੱਗੇ ਨੇ, ਉਹਨਾਂ ਨੇ ਤਾਂ ਆਪਣੇ ਕਾਰੀਗਰ ਨੂੰ ਪੇ ਕਰਨਾ ਨਾ, ਦੂਸਰੀ ਬੁਟੀਕ ਉਹਨੂੰ ਕਾਪੀ ਕਰ ਰਹੀ ਹੈਗੀ ਤਾਂ ਉਹਨੂੰ ਤਾਂ ਉਹਦੇ ਤਾਂ ਉਹ 4 ਦਿਨ ਬਚ ਗਏ ਨਾ, ਤਾਂ ਮਤਲਬ ਮਤਲਬ ਅਲੱਗ ਅਲੱਗ ਹੁੰਦਾ। ਕਈ ਬੁਟੀਕਸ ਹੈਗੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਚਲੋ ਕੋਸਟਲੀ ਨੇ, ਬਟ ਸਾਡਾ ਹੁੰਦਾ ਕਿ ਆਪਾਂ ਚਲੋ ਜਿੰਨਾ ਕੁ ਵੀ ਆਪਾਂ ਸਾਡਾ ਬਹੁਤ ਜ਼ਿਆਦਾ ਮਾਰਜਨ ਨਹੀਂ ਹੁੰਦਾ ਵੀ ਚਲੋ ਆਪਣਾ ਹੁੰਦਾ ਗਾ, ਕਿਉਂਕਿ ਸਟੱਫ ਦਾ ਵੀ ਆਪਾਂ ਨੇ ਦੇਖਣਾ, ਕੱਪੜਾ ਵੀ ਬਹੁਤ ਮਹਿੰਗਾ ਮਿਲਦਾ, ਆਪਾਂ ਇਹ ਵੀ ਨਹੀਂ ਹੈਗਾ ਕਿ ਘੱਟ ਪ੍ਰਾਈਸ ਤੇ ਲੈ ਕੇ ਹਨਾ ਆਪਾਂ ਅਗਲੇ ਨੂੰ ਕੱਪੜਾ ਘਟੀਆ ਲਾ ਕੇ ਦੇ ਦਿਓ ਹਨਾ, ਤੇ ਅਗਲੇ ਦਾ 2 ਵਾਰ 'ਚ ਖਰਾਬ ਹੋ ਜੇ, ਉਹ ਵੀ ਕੋਈ ਨਹੀਂ। ਤੁਸੀਂ ਲਾਓ ਵੀ ਅੱਜ ਕੱਲ੍ਹ ਸਟੱਫ ਵੀ ਮਹਿੰਗਾ, ਮਟੀਰੀਅਲ ਵੀ ਮਹਿੰਗਾ, ਕਾਰੀਗਰਾਂ ਦੇ ਰੇਟ ਵੀ ਮਹਿੰਗੇ, ਕੋਈ ਕੰਮ ਆਪਾਂ ਆਪ ਤਾਂ ਆਪਣੇ ਹੱਥੀਂ ਕਰ ਨਹੀਂ ਰਹੇ, ਆਪਾਂ ਵੀ ਕਾਰੀਗਰ ਨੂੰ ਪੇ ਹੀ ਕਰ ਰਹੇ ਹਾਂ ਹਨਾ, ਫਿਰ ਆਪਾਂ ਮਾਸਟਰ ਨੂੰ ਵੀ ਪੇ ਕਰਨਾ ਹਨਾ, ਤੇ ਤਾਂ ਕਰਕੇ ਬਹੁਤ ਸਾਰੇ ਰੀਜ਼ਨ ਨੇ ਹਨਾ। ਤਾਂ ਮਤਲਬ ਕਹਿਣਾ ਆਪਾਂ ਨੂੰ ਲੱਗਦਾ ਹੁੰਦਾ ਕਿ ਹਾਂ ਸੌਖਾ ਹਨਾ, ਬੜੇ ਸਾਰੇ ਲੋਕ ਹੁੰਦੇ ਨੇ ਜਿਵੇਂ ਕਹਿ ਦਿੰਦੇ ਨੇ ਕਿ ਆਹ ਸ਼ੋਪ 'ਤੇ, ਸ਼ੋਪ ਵਾਲੇ ਜਿਹੜੇ ਸੂਟ ਹੁੰਦੇ ਨੇ ਤਾਂ ਆਪਾਂ ਬੁਟੀਕ ਤੋਂ ਬਣਾਉਂਦੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹਨਾ, ਆਪਾਂ ਨੂੰ ਕਲਰ ਕੋਂਬੀਨੇਸ਼ਨ ਵੀ ਆਪਣੇ ਅਕੋਰਡਿੰਗ ਚਾਹੀਦਾ, ਆਪਾਂ ਨੂੰ ਕੰਮ ਵੀ ਆਪਣੀ ਪਸੰਦ ਦਾ ਚਾਹੀਦਾ ਹਨਾ, ਆਪਾਂ ਉਹਦੇ ਵਿੱਚ ਮਟੀਰੀਅਲ ਘੱਟ ਵੱਧ ਐਡ ਕਰਾਉਣਾ, ਉਹ ਵੀ ਆਪਣੇ ਕੀ ਸਿੱਪੀ ਲੱਗੀ ਹੋਈ ਹੈ ਨਹੀਂ ਸਾਨੂੰ ਦਬਕਾ ਐਡ ਕਰਕੇ ਦਿਓ, ਉਹ ਵੀ ਆਪਾਂ ਨੇ ਆਪਣੀ ਪਸੰਦ ਦਾ ਲਗਵਾਉਣਾ, ਅਤੇ ਫਿਰ ਕਹਿਣਗੇ ਵੀ ਨਹੀਂ ਸ਼ੋਪ 'ਤੇ ਤਾਂ ਇਹ ਸੂਟ ਇੰਨੇ ਦਾ ਮਿਲ ਰਿਹਾ, ਤੁਸੀਂ ਸਾਨੂੰ ਇੰਨੇ 'ਚ ਕਿਵੇਂ ਬਣਾ ਕੇ ਦੇ ਰਹੇ ਹੋ, ਤਾਂ ਉਹ ਚੀਜ਼ ਦਾ ਫਰਕ ਤਾਂ ਹੋਊਗਾ ਹੀ ਨਾ। ਇੱਕ ਚੀਜ਼ ਆਪਾਂ ਆਪਣੀ ਪਸੰਦ ਨਾਲ ਕਰਾ ਰਹੇ ਹਾਂ ਹਨਾ, ਇੱਕ ਆਪਾਂ ਨੂੰ ਰੈਡੀਮੇਡ ਬਣੀ ਬਣਾਈ ਮਤਲਬ ਮਿਲ ਰਹੀ ਆ ਹਨਾ, ਉਹ ਆਪਾਂ ਉੱਥੋਂ ਲੈ ਰਹੇ ਹਾਂਗੇ, ਤਾਂ ਕਰਕੇ ਬਹੁਤ ਜ਼ਿਆਦਾ ਫਰਕ ਪੈਂਦਾ ਹਨਾ ਇਹ ਚੀਜ਼ ਦਾ। ਤੇ ਸਟ੍ਰੈਸ ਕਿੰਨਾ ਕੁ ਹੁੰਦਾ ਇਸ ਕਿੱਤੇ ਦੇ ਵਿੱਚ? ਸਟ੍ਰੈਸ ਮੈਨੂੰ ਤਾਂ ਲੱਗਦਾ ਵੀ ਡਾਕਟਰ ਦਾ ਤੇ ਬੁਟੀਕਾਂ ਵਾਲਿਆਂ ਦਾ ਇੱਕੋ ਜਿੰਨਾ ਸਟ੍ਰੈਸ ਹੋ, ਕਿਉਂਕਿ ਮੇਰੇ ਵਰਗੇ ਨੂੰ ਜਦੋਂ ਸੂਟ ਕੱਲ੍ਹ ਨੂੰ ਚਾਹੀਦਾ ਮੈਂ ਅੱਧੀ ਰਾਤ ਵੀ ਸਿਰ ਖਾਊਂਗੀ ਵੀ ਮੈਂ ਨਹੀਂ ਮੈਨੂੰ ਕੱਲ੍ਹ ਚਾਹੀਦਾ, ਮਤਲਬ ਕੱਲ੍ਹ ਹੀ ਚਾਹੀਦਾ। ਜੀ ਜੀ, ਇਹਦੇ ਵਿੱਚ ਇਹੀ ਹੁੰਦਾ, ਹੁਣ ਦੇਖੋ ਆਪਾਂ ਨੂੰ ਕਿਸੇ ਬੰਦੇ ਨੇ ਕਹਿ ਤਾ ਹਨਾ ਕਿ ਆਪਣਾ ਸਾਨੂੰ ਸੂਟ ਆਹ ਡੇਟ ਨੂੰ ਚਾਹੀਦਾ ਹਨਾ, ਕੋਈ ਕਲਾਇੰਟ ਆਪਣਾ ਚਲੋ ਕਹਿ ਰਿਹਾ ਆਪਾਂ ਨੂੰ ਡੇਟ ਦੇ ਤੀ ਹੋਣੀ, ਤਾਂ ਉਹ ਆਪਣੀ ਸਟ੍ਰੈਸ ਹੋ ਜਾਂਦੀ ਆ ਹਨਾ, ਆਪਣੀ ਸਿਰਦਰਦੀ ਆ, ਕੋਈ ਕਾਰੀਗਰ ਕਿਉਂਕਿ ਉਹ ਉਹਨਾਂ ਨੂੰ ਨਹੀਂ ਪਤਾ ਨਾ, ਆਪਾਂ ਨੇ ਤਾਂ ਉਹਨਾਂ ਨੂੰ ਟਾਈਮ 'ਤੇ ਦੇਣਾ, ਮਤਲਬ ਬੜੀਆਂ ਲੋਕਾਂ ਨੂੰ ਐਵੇਂ ਲੱਗਦਾ ਕਿ ਹਾਂ ਮਤਲਬ ਇੰਨੇ ਦਿਨ ਕਿਉਂ ਹਨਾ ਵੀ ਸਾਨੂੰ ਛੇਤੀ ਕਿਉਂ ਨਹੀਂ ਮਿਲ ਰਿਹਾ ਜਾਂ ਇੱਦਾਂ ਇੱਦਾਂ ਤੁਸੀਂ ਟਾਈਮਿੰਗ ਇੰਨੀ ਕਿਉਂ ਲਾ ਰਹੇ ਹੋ ਹਨਾ, ਕਿਉਂਕਿ ਆਪਾਂ ਨੇ ਕਾਰੀਗਰ ਦਾ ਵੀ ਦੇਖਣਾ, ਹੁਣ ਕਾਰੀਗਰ ਨਹੀਂ ਆਇਆ ਤਾਂ ਉਹ 'ਤੇ ਆਪਾਂ ਤਾਂ ਕੰਮ ਕਰ ਨਹੀਂ ਸਕਦੇ ਹਨਾ, ਆਪਾਂ ਤਾਂ ਕਾਰੀਗਰ ਨੂੰ ਹੀ ਕੰਮ ਦੇਣਾ, ਅਤੇ ਆਪਾਂ ਨੇ ਅੱਗੇ ਅੱਗੇ ਵਾਲਿਆਂ ਦਾ ਵੀ ਵੇਖਣਾ ਹਨਾ, ਅਤੇ ਮਾਸਟਰ ਨੂੰ ਵੀ ਦੇਖਣਾ ਕਿ ਉਹਦੇ ਕੋਲ ਅੱਗੇ ਵੀ ਕੰਮ ਹੁੰਦਾ ਹਨਾ, ਅਤੇ ਤਾਂ ਕਰਕੇ ਫਿਰ ਟਾਈਮ ਤਾਂ ਲੱਗਦਾ ਹੀ ਆ ਹਨਾ। ਤੇ ਲੋਕੀ ਉਦਾਂ ਭਰੋਸਾ ਕਰ ਲੈਂਦੇ ਇੱਦਾਂ, ਜਿਵੇਂ ਅੱਜ ਕੱਲ੍ਹ ਤਾਂ ਵੀ ਹੁਣ ਆਹ ਸਾਰਾ ਸਿਸਟਮ ਔਨਲਾਈਨ ਹੋ ਗਿਆ ਹਨਾ, ਇੰਸਟਾਗ੍ਰਾਮ 'ਤੇ ਤੁਸੀਂ ਇੱਕ ਬੁਟੀਕ ਸਰਚ ਕਰ ਲਓ, ਅੱਗੇ ਤੁਹਾਨੂੰ ਮਤਲਬ ਇੰਨੇ ਬੁਟੀਕ ਨੇ ਕਿ ਪਤਾ ਹੀ ਨਹੀਂ ਕਿਹੜਾ ਕਿੱਥੇ ਆ ਹਨਾ, ਵੀ ਇੰਨੇ ਜ਼ਿਆਦਾ ਇਹਦੇ 'ਤੇ ਲੋਕੀ ਖਰਚਾ ਕਰਨ ਲੱਗ ਗਏ ਕਿ ਉਹ ਮਾਡਲਸ ਲੈ ਕੇ ਆਪਣੇ ਕੱਪੜੇ ਪਵਾ ਕੇ ਫਿਰ ਪੇਡ ਮੇਕਅਪ ਕਰਵਾ ਕੇ ਹਨਾ ਉਹਦੇ ਤੋਂ ਰੀਲਸ ਬਣਾਉਂਦੇ ਆ, ਉਹ ਵੀ ਮੈਨੂੰ ਲੱਗਦਾ ਬਹੁਤ ਖਰਚੇ ਵਾਲੇ ਕੰਮ ਨੇ ਹਨਾ। ਤੇ ਹੁਣ ਕੋਈ ਅੱਗੇ ਤਾਂ ਹੁੰਦਾ ਸੀਗਾ ਕਿ ਕੋਈ ਤੁਹਾਡੇ ਤੱਕ ਪਹੁੰਚ ਗਿਆ, ਉਹਨੇ ਤੁਹਾਡੇ ਤੋਂ ਕੰਮ ਕਰਵਾ ਲਿਆ, ਹੁਣ ਬਾਹਰੋਂ ਵੀ ਸਾਨੂੰ ਕਾਲਸ ਆ ਰਹੇ ਨੇ ਹਨਾ, ਲੋਕੀ ਪੇਮੈਂਟ ਕਰਦੇ ਆ, ਤੇ ਇੱਦਾਂ ਲੋਕ ਭਰੋਸਾ ਕਰ ਲੈਂਦੇ ਆ ਵੀ ਮੈਂ ਕਿਸੇ ਨੂੰ ਇੰਨੀ ਹਾਫ ਪੇਮੈਂਟ 50,000 ਕਰਦਾ ਜੀ, ਲੱਖ ਕਰਦਾ, ਫਿਰ ਮੇਰੇ ਕੱਪੜੇ ਬਣ ਕੇ ਆ ਜਾਣਗੇ। ਤੇ ਤੁਸੀਂ ਵੀ ਜਿਵੇਂ ਚਲੋ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਬੁਟੀਕ ਵਾਲੇ ਵੀ ਇਹੀ ਕਰਦੇ ਆ ਕਿ
ਤੁਸੀਂ ਜੀ ਹਾਫ ਪੇਮੈਂਟ ਪਾ ਦੋ, ਹਾਫ ਤੁਹਾਡੇ ਕੱਪੜੇ ਰੈਡੀ ਹੋਇਆਂ ਤੋਂ, ਹਨਾ ਜੀ, ਤੇ ਤੁਹਾਨੂੰ ਵੀ ਭਰੋਸਾ ਕਰਨਾ ਪੈਂਦਾ ਤੇ ਇਹ ਤਾਲਮੇਲ ਸਹੀ ਬੈਠਦਾ। ਹਾਂਜੀ, ਬੜੀ ਜਗ੍ਹਾ ਤੇ ਤਾਂ ਹੁੰਦਾ, ਬੜੀ ਜਗ੍ਹਾ ਤੇ ਕੁਛ ਮਤਲਬ ਇਦਾਂ ਦੇ ਹੁੰਦੇ ਨੇ ਲੋਕੀ ਜਿੱਦਾਂ ਆਪਣੇ ਅਕੋਰਡਿੰਗ ਉਹਨਾਂ ਨੂੰ ਅਸੀਂ ਸਭ ਕੁਛ ਬਣਾ ਕੇ ਦੇਤਾ, ਹਨਾ, ਜਦੋਂ ਆਪਾਂ ਨੇ ਪੇਮੈਂਟ ਦੇਣੀ ਆ, ਹਨਾ, ਲਾਸਟ ਤੇ ਪੇਮੈਂਟ ਕਰਨੀ ਆ, ਤਾਂ ਫਿਰ ਉਹਨਾਂ ਨੇ ਕਹਿਣਾ ਵੀ ਨਹੀਂ ਤੁਸੀਂ ਅੱਜ ਇੱਦਾਂ ਕਰਨਾ ਸੀਗਾ, ਅਸੀਂ ਇੱਦਾਂ ਕਰਾਉਣਾ ਸੀਗਾ, ਤੁਸੀਂ ਇੱਦਾਂ ਕਰ ਲਓ, ਇੱਦਾਂ ਕਰ ਲਓ, ਤਾਂ ਪੇਮੈਂਟ ਤਾਂ ਬਾਅਦ 'ਚ ਵੀ ਮਤਲਬ ਬੜੇ ਲੋਕੀ ਹੁੰਦੇ ਆ, ਬੜੇ ਲੋਕੀ ਤਾਂ ਹੁੰਦੇ ਆ ਵੀ ਬਹੁਤ ਵਧੀਆ ਹੁੰਦੇ ਆ, ਉਹ ਵੀ ਸਮਝਦੇ ਹੈਗੇ, ਹਨਾ, ਕਿ ਆਪਾਂ ਕਿ ਉਹਨਾਂ ਨੂੰ ਵੀ ਆਪਾਂ ਕਿਸੇ ਚੀਜ਼ ਨੂੰ ਆਰਡਰ, ਕਿਉਂਕਿ ਅਸੀਂ ਵੀ ਕਾਰੀਗਰਾਂ ਨੂੰ ਪੇ ਕਰਨੇ ਨੇ, ਹਨਾ, ਤਾਂ ਬੜੇ ਲੋਕੀ ਤਾਂ ਸਮਝਦੇ ਆ ਉਹ ਚੀਜ਼ ਨੂੰ, ਬੜੇ ਲੋਕੀ ਉਹ ਚੀਜ਼ ਨੂੰ ਨਹੀਂ ਸਮਝਦੇ, ਉਹ ਕਹਿੰਦੇ ਨੇ ਵੀ ਨਹੀਂ ਤੁਸੀਂ ਸਾਨੂੰ ਬਣਾ ਕੇ ਦੇ ਦਿਓ, ਸਾਨੂੰ ਪਸੰਦ ਆਏਗਾ, ਹਨਾ, ਅਤੇ ਫਿਰ ਅਸੀਂ ਬਾਕੀ ਦੀ ਪੇਮੈਂਟ ਫੇਰ ਕਰਾਂਗੇ, ਅਸੀਂ ਹਾਫ ਪੇਮੈਂਟ ਕਰਦੇ ਹਾਂ, ਇੱਦਾਂ ਇੱਦਾਂ ਤਾਂ ਹੁੰਦੇ ਨੇ ਬੜੇ ਲੋਕੀ, ਆਪਦੇ ਪੈਸੇ ਲੈਣ ਲਈ ਤਰਲੇ ਕੱਢਣੇ ਪੈਂਦੇ ਆ। ਜੀ ਜੀ ਜੀ, ਬਹੁਤ ਮਤਲਬ ਫਿਰ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਅਗਲੇ ਨੂੰ ਕਹਿ ਨਹੀਂ ਸਕਦੇ, ਮੇਰੀ ਤਾਂ ਇਹ ਖਾਸ ਕਰਕੇ ਹੈ ਨਾ ਆਦਤ ਆ, ਮੈਂ ਕਿਸੇ ਨੂੰ ਮਤਲਬ ਇਹ ਕਹਿੰਦੀ ਨਹੀਂ ਹੁੰਦੀ ਵੀ ਨਹੀਂ ਵੀ ਮੇਰਾ ਇੰਨਾ ਖਰਚਾ ਆ ਗਿਆ ਜਾਂ ਵੱਧ ਆ ਗਿਆ ਜਾਂ ਘੱਟ ਆ ਗਿਆ, ਮੈਨੂੰ ਤਾਂ ਮੇਨ ਫੋਕਸ ਆਪਾਂ ਕਰ ਦਿਆਂਗੇ ਕਿ ਆਪਾਂ ਚੀਜ਼ ਵਧੀਆ ਬਣਾ ਕੇ ਦੇਈਏ, ਹੈ ਨਾ, ਤਾਂ ਕਿ ਅਗਲੇ ਨੇ ਆਪਣੇ 'ਤੇ ਭਰੋਸਾ ਕੀਤਾ ਤਾਂ ਆਪਾਂ ਅਗਲੇ ਨੂੰ ਵਧੀਆ ਚੀਜ਼ ਬਣਾ ਕੇ ਦੇਈਏ। ਬਟ ਕਈ ਹੁੰਦੇ ਨੇ, ਕਈ ਤਾਂ ਦੇਖਦੇ ਨੇ ਵੀ ਹਾਂ ਚੀਜ਼ 'ਚ ਹੈ, ਹੈ ਨਾ, ਤਾਂ ਆਪਾਂ ਨੂੰ ਪੇ ਕਰਨਾ ਚਾਹੀਦਾ, ਕਈ ਤਾਂ ਕਰਦੇ ਨੇ ਪੇ, ਬਟ ਕਈ ਤੁਹਾਨੂੰ ਪਤਾ ਹੀ ਆ ਹੁੰਦੇ ਨੇ ਵੀ ਨਹੀਂ ਨਹੀਂ ਅਸੀਂ ਤਾਂ ਇੰਨਾ ਹੀ ਪੇ ਕਰ ਸਕਦੇ ਹਾਂ, ਇੱਦਾਂ ਨਹੀਂ ਸੀ, ਇੱਦਾਂ ਨਹੀਂ ਸੀ, ਤੁਸੀਂ ਬਜਟ ਪਹਿਲਾਂ ਉਹ ਕਹਿ ਦੇਣਗੇ ਕਿ ਹਾਂ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਸਾਨੂੰ ਚੀਜ਼ ਵਧੀਆ ਚਾਹੀਦੀ ਆ, ਤੁਸੀਂ ਹੈ ਨਾ ਬਣਾ ਦਿਓ, ਬਟ ਫਿਰ ਜਦੋਂ ਪੇਮੈਂਟ ਦਾ ਹੁੰਦਾ ਫਿਰ ਤੁਹਾਨੂੰ ਪਤਾ ਹੀ ਆ। ਸਹੀ ਗੱਲ ਆ। ਤੇ ਹੁਣ ਜਿਵੇਂ ਆਪੇ ਕਲਾਊਡ ਬੁਟੀਕ ਹੁੰਦਾ ਨਾ, ਜਦੋਂ ਵੀ ਤੁਹਾਡੇ ਕੋਲ ਕੋਈ ਕਾਰੀਗਰ ਨਹੀਂ ਬੈਠਾ, ਤੁਸੀਂ ਕਿਸੇ ਜਗ੍ਹਾ ਦਾ ਰੈਂਟ ਨਹੀਂ ਦਿੰਦੇ ਪਏ, ਹੈ ਨਾ, ਕੋਈ ਤੁਹਾਡੇ ਏਸੀ ਨਹੀਂ ਚੱਲਦੇ ਪਏ, ਲਾਈਟਾਂ ਨਹੀਂ ਚੱਲਦੀਆਂ ਪਈਆਂ, ਤੇ ਕੋਈ ਵਰਕਰ ਨਹੀਂ ਹੈਗੇ ਜਿਹਨੂੰ ਤੁਸੀਂ ਤਨਖਾਹ ਦੇਣੀ ਹੈ ਕਿ ਹਾਂਜੀ ਤੁਸੀਂ ਸਟੋਰ ਮੈਨੇਜ ਕਰ ਰਹੇ ਹੋ, ਹੈ ਨਾ, ਤੇ ਉਹ ਮੈਨੂੰ ਲੱਗਦਾ ਕਿ ਜ਼ਿਆਦਾ ਪ੍ਰੋਫਿਟੇਬਲ ਨਹੀਂ ਹੈਗਾ ਕਿ ਉੱਥੋਂ ਤੋਂ ਤੁਸੀਂ ਜਿੰਨਾ ਤੁਹਾਨੂੰ ਆਰਡਰ ਆਇਆ ਤੁਸੀਂ ਸੂਟ ਬਣਾ ਲਿਆ ਤੇ ਦੇ ਲਿਆ, ਹੈ ਨਾ ਜੀ। ਤੇ ਸਟੋਰ ਜਦੋਂ ਆਪਾਂ ਜਾਂ ਕੋਈ ਵੀ ਜਗ੍ਹਾ ਇੱਦਾਂ ਦੀ ਜਗ੍ਹਾ ਐਸਟੈਬਲਿਸ਼ ਕਰਦੇ ਹੋ ਤੇ ਖਰਚੇ ਬਹੁਤ ਹੋ ਜਾਂਦੇ ਆ, ਫਿਰ ਉਹ ਮਾਰਜਨ ਵੀ ਮੈਨੂੰ ਲੱਗਦਾ ਵਧਾਉਣਾ ਪੈਂਦਾ ਹੋਣਾ। ਹਾਂ ਨਹੀਂ, ਖਰਚੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਵੱਧਦੇ ਹੀ ਨੇ, ਕਿਉਂਕਿ ਆਪਾਂ ਕਾਰੀਗਰ ਨੂੰ ਇੱਕ ਆਪਣੇ ਕੋਲ ਬਿਠਾ ਕੇ ਵੀ ਦੇਖੋ, ਜਿੱਦਾਂ ਮੈਂ ਵੀ ਪਹਿਲਾਂ ਆਨਲਾਈਨ ਕੰਮ ਕਰ ਰਹੀ ਸੀ, ਹੈ ਨਾ, ਤਾਂ ਮੇਰੇ ਕਾਰੀਗਰ ਬਾਹਰ ਹੀ ਸੀ, ਮੈਨੂੰ ਕਿਸੇ ਚੀਜ਼ ਦਾ ਇੰਨਾ ਸਟ੍ਰੈਸ ਨਹੀਂ ਸੀਗਾ, ਬਟ ਉਹਦੇ 'ਚ ਇੱਕ ਹੁੰਦਾ ਵੀ ਆ ਸੀਜ਼ਨ 'ਚ ਆ ਕੇ ਨਾ ਹੁੰਦਾ, ਕਾਰੀਗਰ ਵੀ ਥੋੜ੍ਹਾ ਜਿਹਾ ਮਤਲਬ ਅਸੀਂ ਛੇਤੀ ਨਹੀਂ ਕਰ ਸਕਦੇ, ਜੀ ਜੀ ਜੀ, ਆਪਾਂ ਨਹੀਂ ਇੱਦਾਂ ਨਹੀਂ ਕਰ ਸਕਦੇ, ਇੱਦਾਂ ਨਹੀਂ ਕਰ ਸਕਦੇ, ਤਾਂ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਸੀ, ਹੈ ਨਾ, ਤਾਂ ਇਹਦਾ ਰੀਜ਼ਨ ਵੀ ਇਹੀ ਸੀਗਾ ਕਿ ਆਪਾਂ ਮਤਲਬ ਇੱਕ ਹੈ ਨਾ ਸਟੋਰ ਬਣਾ ਰਹੇ ਹਾਂ ਅਤੇ ਆਪਾਂ ਕਾਰੀਗਰ ਵੀ ਆਪਣੇ ਕੋਲ ਹੋਣਗੇ, ਆਪਾਂ ਆਪਣੇ ਅਕੋਰਡਿੰਗ ਸਾਰਾ ਕੁਛ ਕਰ ਸਕਦੇ ਹਾਂ, ਆਪਾਂ ਮੇਨ ਟਾਈਮ ਤੇ ਆਪਾਂ ਚੀਜ਼ ਦੇ ਸਕਦੇ ਹਾਂ, ਹੈ ਨਾ, ਤੇ ਫਿਰ ਇਹਦਾ ਇਹੀ ਸੀਗਾ ਰੀਜ਼ਨ। ਤੇ ਪਰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ, ਖਰਚੇ ਤਾਂ ਵੱਧਦੇ ਹੀ ਨੇ, ਕਿਉਂਕਿ ਆਪਾਂ ਨੇ ਹਰ ਚੀਜ਼ ਦਾ ਪੇ ਕਰਨਾ, ਹੈ ਨਾ, ਆਪਣੇ ਰੈਂਟ ਵੀ ਪੇ ਕਰਨਾ, ਬਿਜਲੀ ਦਾ ਬਿੱਲ ਵੀ ਪੇ ਕਰਨਾ, ਆਪਣੇ ਜੋ ਕਾਰੀਗਰਾਂ ਦਾ ਆਪਣੇ ਕੋਲ ਕੰਮ ਘੱਟ ਆ ਰਿਹਾ ਵੱਧ ਆ ਰਿਹਾ, ਆਪਾਂ ਤਾਂ ਕਾਰੀਗਰਾਂ ਨੂੰ ਪੇ, ਜੀ ਜੀ, ਆਪਾਂ ਨੇ ਪੇ ਕਰਨਾ ਹੀ ਆ, ਤਾਂ ਇਹਦੇ ਵਿੱਚ ਤਾਂ ਸਟ੍ਰੈਸ ਵੀ ਵੱਧਦਾ ਤੇ ਤੁਹਾਨੂੰ ਪਤਾ ਇਨਵੈਸਟਮੈਂਟ ਵੀ ਹੁੰਦੀ ਆ। ਜਿਵੇਂ ਹੁਣ ਤੁਸੀਂ ਸਟੋਰ 'ਚ ਕਿੰਨੇ ਕੱਪੜੇ ਬਣਾ ਕੇ ਰੱਖੇ ਹੋਏ ਨੇ, ਹੈ ਨਾ ਜੀ, ਤੇ ਕੁੜੀਆਂ ਦੇ ਕੱਪੜਿਆਂ ਬਾਰੇ ਮਸ਼ਹੂਰ ਆ ਵੀ ਜੇ 2 ਮਹੀਨੇ ਬਾਅਦ ਟ੍ਰੈਂਡ ਬਦਲ ਜਾਂਦਾ, ਹੈ ਨਾ, ਫੈਸ਼ਨ ਬਦਲ ਜਾਂਦਾ, ਬਦਲ ਜਾਂਦਾ ਜੀ, ਕਢਾਈ ਦੇ ਪੈਟਰਨ ਬਦਲ ਜਾਣਗੇ, ਨਵਾਂ ਫੈਬਰਿਕ ਆ ਜਾਊਗਾ, ਕਲਰ ਚੁਆਇਸ ਹੋ ਜਾਂਦੀ ਹੈ ਜੀ, ਪਿੱਛੇ ਜੇ ਜਿਵੇਂ ਹੁਣ 2 ਸਾਲ ਪੀਚ ਕਲਰ ਬਹੁਤ ਚੱਲਿਆ, ਫਿਰ ਬੋਟਲ ਗ੍ਰੀਨ ਬਹੁਤ ਚੱਲਿਆ, ਹੈ ਨਾ, ਹੁਣ ਆ ਸੀਜ਼ਨ 'ਚ ਕੋਈ ਹੋਰ ਚੁਆਇਸ ਆ ਜਾਊਗੀ ਕਲਰ ਦੀ, ਹਰ ਬੰਦਾ ਕਹਿੰਦਾ ਮੈਨੂੰ ਸੇਮ ਹੋਈ, ਜੀ ਜੀ, ਤੇ ਉਹਦੇ ਨਾਲ ਜਿਹੜਾ ਹੁਣ ਇੰਨਾ ਸਟਾਕ ਬਣਿਆ ਪਿਆ, ਮੰਨ ਲਓ ਕਿ 3-4 ਲੱਖ ਰੁਪਏ ਤਾਂ ਅਸੀਂ ਇੱਕ ਨਵੀਂ ਡਿਜ਼ਾਇਨਿੰਗ ਤੇ ਲਾਤਾ, ਇੱਕ ਬਣਾ ਕੇ ਰੱਖਣਾ, ਕਿਸੇ ਡਿਸਪਲੇ ਕਰਨਾ ਸਾਡੇ ਲਈ ਜ਼ਰੂਰੀ ਆ, ਹੈ ਨਾ, ਤੇ ਉਹ ਫਿਰ ਸਾਰਾ ਅਗਲੇ ਸੀਜ਼ਨ ਵੇਸਟ ਹੈ।
ਨਹੀਂ ਉਹ ਵੇਸਟ ਤਾਂ ਨਹੀਂ, ਆਪਾਂ ਮਤਲਬ ਇੱਕ ਹੁੰਦਾ ਆਪਣੇ ਸਟੋਰ 'ਤੇ ਕੋਈ ਆ ਰਿਹਾ ਤਾਂ ਆਪਾਂ ਨੂੰ ਕੰਮ ਦਿਖਾਉਣਾ ਆਪਣਾ, ਹੈ ਨਾ, ਕਿਉਂਕਿ ਕੰਮ ਆਪਾਂ ਡਿਜ਼ਾਇਨਿੰਗ ਚੇਂਜ ਕਰ ਸਕਦੇ ਹਾਂ, ਸਟੱਫ ਚੇਂਜ ਕਰ ਸਕਦੇ ਹਾਂ, ਉਹ ਤਾਂ ਸਾਰਾ ਕੁਛ ਆਪਾਂ ਕਰ ਹੀ ਸਕਦੇ ਹਾਂ ਚੇਂਜ, ਪਰ ਮੇਨ ਤਾਂ ਇਹ ਹੁੰਦਾ ਗਾ ਕਿ ਕੰਮ 'ਤੇ ਢੰਗ ਕੀ ਆ ਅਤੇ ਆਪਾਂ ਕੀ ਯੂਜ਼ ਕਰ ਰਹੇ ਹਾਂ, ਕਿੰਨੀ ਸਫਾਈ ਆ ਆਪਣੇ ਕੰਮ 'ਤੇ, ਹੈ ਨਾ, ਮੇਨ ਤਾਂ ਆਪਾਂ ਨੇ ਉਹ ਦਿਖਾਉਣਾ ਹੁੰਦਾ ਅਤੇ ਉਹਦੇ 'ਚ ਮੈਨੂੰ ਨਹੀਂ ਲੱਗਦਾ, ਹੈ ਨਾ, ਕੁਛ ਵੀ ਪੁਰਾਣਾ ਹੁੰਦਾ ਗਾ, ਕਿਉਂਕਿ ਮਟੀਰੀਅਲ ਤਾਂ ਉਹੀ ਯੂਜ਼ ਹੋਣਾ ਹੁੰਦਾ, ਉਹਨੂੰ ਆਪਾਂ ਨੇ ਕਿੱਦਾਂ ਯੂਜ਼ ਕੀਤਾ, ਹੈ ਨਾ, ਉਹ ਸਾਰਾ ਕੁਛ ਹੁੰਦਾ। ਜਿਵੇਂ ਹੁਣ ਮੰਨ ਲਓ ਤੁਸੀਂ ਜੇ 40 ਲੱਖ ਵੀ ਲਾਇਆ ਹੋਊਗਾ ਆਪਣੇ ਸਟੋਰ ਤੇ, ਹੈ ਨਾ, ਤੇ ਇਹ ਉਮੀਦਾਂ ਹੁੰਦੀਆਂ ਨੇ ਘਰਦਿਆਂ ਦੀਆਂ ਵੀ ਕੁੜੀ ਦੇ ਬਿਜ਼ਨਸ ਤੇ 40 ਲੱਖ ਰੁਪਇਆ, ਖਾਸ ਕਰਕੇ ਨੌਂ ਦੇ ਬਿਜ਼ਨਸ ਤੇ ਜਦੋਂ ਕੋਈ ਲਾਉਂਦਾ ਨਾ, ਚਲੋ ਹੋ ਸਕਦਾ 10-12 ਲੱਖ ਤੁਸੀਂ ਵੀ ਦਿੱਤਾ ਹੋਵੇ ਜੀ, ਤੇ ਪਰ ਹੁੰਦਾ ਵੀ ਹੁਣ ਮੈਂ, ਮੇਰੇ ਤੇ ਪ੍ਰੈਸ਼ਰ ਆ, ਮੈਂ ਕਮਾ ਕੇ ਵੀ ਦੇਣਾ, ਪਹਿਲਾਂ ਤਾਂ ਮੈਂ ਇਹ ਵੀ ਪੂਰਾ ਕਰਕੇ ਦੇਣਾ ਜੀ। ਉਹ ਆਪਣੇ ਆਪ ਤੇ ਇੱਕ ਪ੍ਰੈਸ਼ਰ ਤਾਂ ਹੁੰਦਾ ਹੀ ਆ, ਹੈ ਨਾ, ਬਟ ਮੈਂ ਜਦੋਂ ਸਟਾਰਟ ਕੀਤਾ ਸੀ, ਮੈਨੂੰ ਹਸਬੈਂਡ ਨੇ ਇੱਕੋ ਹੀ ਗੱਲ ਕਹੀ ਸੀ ਸਟਾਰਟ ਕਰਨ ਤੋਂ ਪਹਿਲਾਂ ਕਿ ਜੇ ਸਟ੍ਰੈਸ ਲੈਣਾ ਤਾਂ ਬਿਜ਼ਨਸ ਨਾ ਕਰ, ਕਿਉਂਕਿ ਬਿਜ਼ਨਸ 'ਚ ਰਿਸਕ ਹੁੰਦਾ, ਹੈ ਨਾ, ਤੂੰ ਅੱਜ ਸਟਾਰਟ ਕਰ ਰਹੀ ਆ ਤੇ ਹੋ ਸਕਦਾ ਇਹਦਾ ਪ੍ਰੋਫਿਟ ਤੈਨੂੰ 10 ਸਾਲ ਨੂੰ ਆਵੇ, ਹੋ ਸਕਦਾ ਇਹਦਾ ਤੈਨੂੰ 15 ਸਾਲ ਨੂੰ ਆਵੇ, ਹੋ ਸਕਦਾ 20 ਸਾਲ ਨੂੰ ਆਵੇ, ਤੇ ਹੋ ਸਕਦਾ ਤੈਨੂੰ 4 ਸਾਲ 'ਚ ਹੀ ਆ ਜੇ, ਹੈ ਨਾ, ਬਟ ਤੂੰ ਸਟ੍ਰੈਸ ਨਹੀਂ ਲੈਣੀ ਇਹ ਚੀਜ਼ ਦੀ, ਜੇ ਤੂੰ ਸਟ੍ਰੈਸ ਲੈਣੀ ਆ ਤਾਂ ਤੂੰ ਬਿਜ਼ਨਸ ਨਾ ਕਰ। ਤਾਂ ਫਿਰ ਮੈਂ ਇਹ ਸੋਚ ਕੇ ਕੀਤਾ ਸੀਗਾ ਕਿ ਕੋਈ ਚੱਕਰ ਨਹੀਂ ਆ, ਆਪਾਂ ਸਟਾਰਟ ਕਰਦੇ ਹਾਂ, ਆਪਾਂ ਕੰਮ ਵਧੀਆ ਦੇਣਾ, ਤਾਂ ਉਹ ਚੀਜ਼ ਦਾ ਮੈਨੂੰ ਕੋਈ ਨਹੀਂ ਕਿ, ਹੈ ਨਾ, ਮੈਨੂੰ ਹੁਣੇ ਹੀ ਮਤਲਬ ਜੋ ਪੈਸਾ ਮੈਂ ਲਾਇਆ ਮੈਨੂੰ 2 ਸਾਲਾਂ 'ਚ ਹੀ ਮੇਰਾ ਵਾਪਸ ਚਾਹੀਦਾ, ਹੈ ਨਾ, ਅਤੇ ਉਹਦਾ ਮੈਨੂੰ ਕੁਛ ਨਹੀਂ ਹੈ ਇੱਦਾਂ। ਅਤੇ ਹੁਣ ਕੀ ਲੱਗਦਾ ਕਿਵੇਂ ਰਿਹਾ ਇਹ ਤਜਰਬਾ, ਜਿਵੇਂ ਜਿੰਨਾ ਵੀ ਸਮਾਂ ਹੋ ਗਿਆ ਜੀ? ਬਹੁਤ ਵਧੀਆ, ਬਹੁਤ ਵਧੀਆ, ਜਿਹੜੇ ਵੀ ਕਲਾਇੰਟਸ ਨੇ ਮੇਰੇ, ਹੈ ਨਾ, ਤਾਂ ਸਾਰੇ ਵਧੀਆ ਨੇ, ਬਾਹਰਲੇ ਨੇ ਜਿਹੜੇ ਵੀ, ਹੈ ਨਾ, ਅਤੇ ਬਟ ਇੱਧਰ ਥੋੜ੍ਹਾ ਜਿਹਾ ਘੱਟ ਹੁੰਦਾ, ਜਿਵੇਂ ਥੋੜ੍ਹਾ ਜਿਹਾ ਲੋਕ ਆਉਂਦੇ ਆ ਅਤੇ ਕਹਿੰਦੇ ਆ, ਹੈ ਨਾ, ਵੀ ਅਤੇ ਬੜੇ ਲੋਕ ਤਾਂ ਮਤਲਬ ਦੇਖ ਕੇ ਹੀ, ਸਟੋਰ ਦੇਖ ਕੇ ਹੀ ਸੋਚਦੇ ਨੇ ਵੀ ਨਹੀਂ ਆਪਾਂ ਪੁੱਛਦੇ ਹੀ ਨਹੀਂ ਪ੍ਰਾਈਸ, ਵੀ ਇਹਨਾਂ ਦੇ ਤਾਂ ਰੇਟ ਮਹਿੰਗੇ ਹੀ ਹੋਣਗੇ। ਹਾਂ ਜੀ ਜੀ, ਮਹਿੰਗੇ ਹੋਣਗੇ, ਪਰ ਇੱਦਾਂ ਦਾ ਕੁਛ ਨਹੀਂ ਆ, ਕਿ ਸਾਨੂੰ ਇਹ ਹੁੰਦਾ ਗਾ ਵੀ ਜਿਹੜਾ ਵੀ ਆਇਆ, ਹੈ ਨਾ, ਆਪਾਂ ਨੂੰ ਇਹ ਬਜਟ 'ਚ ਚੀਜ਼ ਬਣਾ ਕੇ ਦੇਈਏ, ਹੈ ਨਾ, ਤਾਂ ਆਪਾਂ ਉਹਦੇ ਅਕੋਰਡਿੰਗ ਹੀ ਕਸਟਮਾਈਜ਼ ਕਰਕੇ, ਹੈ ਨਾ, ਆਪਾਂ ਚੀਜ਼ ਬਣਾ ਕੇ ਦਿੰਦੇ ਹਾਂ। ਤੁਹਾਡੇ ਕੋਲ ਕੀ ਹੁੰਦਾ ਸਟਾਰਟਿੰਗ ਤੋਂ, ਮਤਲਬ ਸਟਾਰਟਿੰਗ ਤੋਂ ਕਿੰਨੇ ਕੁ ਵਾਲੇ, ਜਿਵੇਂ ਕੁੜੀਆਂ ਨੂੰ ਤਾਂ ਵੀ ਕਿੰਨੇ ਕੁ ਵਾਲੇ ਸੂਟ ਹੁੰਦੇ ਆ ਨਾ ਕੋਲੇ, ਹੈ ਨਾ, ਸ਼ੁਰੂ 'ਚ ਜੀ ਜੀ, ਸ਼ੁਰੂਆਤ ਜੀ ਕਿਵੇਂ ਕਿੱਥੋਂ ਹੁੰਦੀ ਹੁੰਦੀ ਆ ਆਪਣੇ? ਜਿੱਦਾਂ ਕੋਟਨ 'ਚ ਆਪਾਂ ਕਰੀਏ ਤਾਂ ਅਸੀਂ ਕੋਟਨ ਦਾ ਵੈਸੇ ਜ਼ਿਆਦਾ, ਜਿੱਦਾਂ ਸੀਜ਼ਨ ਵਾਲਾ ਨਹੀਂ ਆਪਾਂ ਜ਼ਿਆਦਾ ਕੀਤਾ, ਵੈਸੇ ਆਪਣੇ 600 ਤੋਂ ਸਟਾਰਟਿੰਗ ਆ। ਅੱਛਾ ਜੀ, ਇਸ ਇੰਨਾ ਰੀਜ਼ਨੇਬਲ ਕਿਵੇਂ ਚੱਲ ਸਕਦਾ ਬੰਦਾ ਜੀ? ਬਸ ਆਪਾਂ ਉਹਦੇ 'ਚ ਆਪਾਂ ਕੋਈ ਜ਼ਿਆਦਾ ਮਾਰਜਨ ਹੀ ਨਹੀਂ ਰੱਖਦੇ ਨਾ, ਉਹ ਆਪਾਂ ਸਿਰਫ ਜਿਹੜੇ ਕੋਟਨ ਦੇ ਨੋਰਮਲੀ, ਕਿਉਂਕਿ ਮੇਨ ਮੈਨੂੰ ਇਹ ਹੁੰਦਾ ਸੀਗਾ ਆਪਣਾ ਨਾ ਜਿੱਦਾਂ ਵਿਦਆਊਟ ਸਟਿਚਿੰਗ ਜੀ, ਵਿਦਆਊਟ ਸਟਿਚਿੰਗ ਸਿਰਫ ਸੂਟ, ਹਾਂ, ਉਹ ਸਾਨੂੰ ਉਹਨਾਂ ਦਾ ਰੀਜ਼ਨ ਇਹ ਸੀਗਾ ਰੱਖਣ ਦਾ ਕਿ ਕਿਉਂਕਿ ਆਪਣਾ ਰੋਡ 'ਤੇ ਸੀਗਾ ਬੁਟੀਕ ਅਤੇ ਪਿੰਡ 'ਚ ਹੈ, ਹੈ ਨਾ, ਅਤੇ ਆਪਾਂ ਨੂੰ ਹੁੰਦਾ ਕੋਈ ਪਿੰਡ ਵਾਲਾ ਬੰਦਾ ਆ ਰਿਹਾ ਤਾਂ ਉਹਨੂੰ ਇਹ ਨਾ ਫੀਲ ਹੋਵੇ, ਹੈ ਨਾ, ਕਿ ਮੈਂ ਕੁਛ ਲੈ ਨਹੀਂ ਸਕਦਾ ਇੱਥੋਂ, ਤਾਂ ਮਤਲਬ ਉਹਨਾਂ ਦਾ ਰੀਜ਼ਨ ਇਹ ਸੀਗਾ ਰੱਖਣ ਦਾ। ਬਾਕੀ ਤਾਂ ਜਿੱਦਾਂ ਵੀ ਮਤਲਬ ਤੁਹਾਨੂੰ ਪਤਾ ਹੀ ਆ ਕਿ ਹਾਂ ਆਪਾਂ ਜਿੱਦਾਂ ਦਾ ਵੀ, ਹੈ ਨਾ, ਜਿੰਨਾ ਮਰਜ਼ੀ, ਹਾਂ, ਮੈਕਸੀਮਮ ਜਿੰਨਾ ਮਰਜ਼ੀ ਚੱਲ ਜਾਓ ਆਪਾਂ, ਅਤੇ ਉਹ ਤਾਂ ਸਟੱਫ 'ਤੇ ਹੀ ਆ, ਉਹਦੇ ਅਕੋਰਡਿੰਗ ਆਪਾਂ ਡਿਜ਼ਾਇਨਿੰਗ ਕਰਕੇ ਦੇ ਰਹੇ ਹਾਂ, ਕਿੱਦਾਂ ਸਟਿਚਿੰਗ ਐਡ ਕਰਕੇ ਉਹ 'ਤੇ ਮਾਰਜਨ ਐਡ ਹੋ ਹੀ ਜਾਂਦਾ, ਹੈ ਨਾ। ਬਿਲਕੁਲ ਜੀ। ਅਤੇ ਉਹ ਇੱਕ ਚੀਜ਼ ਹੋਰ ਹੁੰਦੀ ਆ, ਜਿਵੇਂ, ਹੈ ਨਾ, ਵੀ ਇੱਕ ਤਾਂ ਆਪਾਂ ਕਹਿੰਦੇ ਵੀ ਇਸ ਕੰਮ 'ਚ ਸਟ੍ਰੈਸ ਬਹੁਤ ਆ, ਹੈ ਨਾ, ਵੀ ਕਾਰੀਗਰ ਹੈ ਤੁਹਾਡੇ ਕੋਲ ਨਹੀਂ ਹੈ, ਤੁਸੀਂ ਅਗਲੇ ਨੂੰ ਹਰ ਚੀਜ਼ ਟਾਈਮ ਤੇ ਡਿਲੀਵਰ ਕਰਨੀ ਹੈ, ਤੇ ਇੱਕ ਚੀਜ਼ ਇਹ ਚੀਜ਼ ਹੁੰਦੀ ਆ ਵੀ ਲੋਕ ਉਹਨਾਂ ਤੇ ਵੀ ਨਹੀਂ ਭਰੋਸਾ ਕਰਦੇ ਜਿਨ੍ਹਾਂ ਨੇ ਕੋਈ ਫੈਸ਼ਨ ਡਿਜ਼ਾਇਨਿੰਗ ਦੀ ਡਿਗਰੀ ਜਾਂ ਕੁਛ ਐਵੇਂ ਦਾ ਨਹੀਂ ਕੀਤਾ ਹੁੰਦਾ, ਹੈ ਨਾ ਜੀ ਜੀ। ਤੇ ਵੀ ਜੇ ਆਪਾਂ ਕਿਸੇ ਨੂੰ ਕਹੀਏ ਮੈਂ ਸਿਰਫ ਸ਼ੌਂਕ ਵਜੋਂ ਕਰ ਰਿਹਾ, ਹੈ ਨਾ, ਉੱਥੇ ਵੀ ਲੋਕ ਉਹਨੂੰ ਪ੍ਰੈਫਰ ਕਰਨਗੇ ਕਿ ਜਿਹਨੇ ਕੁਛ ਏਦਾਂ ਦੇ ਕੀਤਾ ਹੋਇਆ ਫੈਸ਼ਨ ਡਿਜ਼ਾਇਨ, ਹੈ ਨਾ। ਤੇ ਤੁਹਾਨੂੰ ਵੀ ਏਦਾਂ ਲੋਕੀ ਪੁੱਛਦੇ ਨੇ ਵੀ ਤੁਸੀਂ ਅੱਛਾ ਸ਼ੌਂਕ ਹੀ ਆ ਕਿ ਤੁਸੀਂ ਕੁਛ ਪੜ੍ਹਿਆ ਲਿਖਿਆ ਵੀ ਹੋਇਆ ਇਹਦੇ ਬਾਰੇ ਕੋਈ
ਪਰ ਮੈਨੂੰ ਨੀ ਲੱਗਦਾ, ਮੈਨੂੰ ਲੱਗਦਾ ਵੀ ਬੰਦੇ ਨੂੰ ਕੰਮ ਦਾ ਸ਼ੌਂਕ ਹੋਣਾ ਚਾਹੀਦਾ ਹੈ ਨਾ, ਤਾਂ ਠੀਕ ਆ ਆਪਾਂ ਨੂੰ ਸਿੱਖਣ ਨੂੰ ਤਾਂ ਦੇਖੋ ਬੰਦਾ ਸਾਰੀ ਉਮਰ ਹੀ ਸਿੱਖਦਾ ਹੈ ਨਾ, ਆਪਾਂ ਨਵੇਂ ਨਵੇਂ ਬੰਦਿਆਂ ਨੂੰ ਮਿਲਦੇ ਰਹਿੰਦੇ ਹਾਂ ਤਾਂ ਨਵੇਂ ਨਵੇਂ ਜਦੋਂ ਮੈਂ ਔਨਲਾਈਨ ਸਟਾਰਟ ਕੀਤਾ ਸੀ ਮੈਨੂੰ ਇਹ ਲੱਗਦਾ ਮੈਨੂੰ ਇੰਨੀ ਜ਼ਿਆਦਾ ਕੋਈ ਨੌਲੇਜ ਵੀ ਨਹੀਂ ਸੀਗੀ, ਮੈਂ ਸਟਾਰਟ ਕੀਤਾ ਸੀ ਮੈਨੂੰ ਕੰਮ ਦਾ ਪਤਾ ਸੀਗਾ, ਮੈਨੂੰ ਇਹ ਪਤਾ ਸੀ ਕਾਰੀਗਰ ਤੋਂ ਕਿੱਦਾਂ ਕੰਮ ਕਰਾਉਣਾ, ਬਟ ਜੇ ਮੈਂ ਐਵੇਂ ਕਹਾਂ ਕਿ ਹਾਂ ਮੈਨੂੰ ਕਿਹੜਾ ਕੰਮ ਕਿੱਦਾਂ ਹੁੰਦਾ ਗਾ ਹੈ ਨਾ, ਮੈਨੂੰ ਉਹਦਾ ਨਹੀਂ ਸੀ ਪਤਾ, ਉਹ ਤਜਰਬਾ ਹੌਲੀ ਹੌਲੀ ਜੀ ਜੀ ਉਹ ਹੁਣ ਜਿੱਦਾਂ ਮੈਂ ਕਾਰੀਗਰ ਕੋਲ ਬੈਠਦੀ ਹਾਂ ਮੈਂ 3 ਘੰਟੇ 4 ਘੰਟੇ ਜਦੋਂ ਵੀ ਮਤਲਬ ਟਾਈਮ ਹੁੰਦਾ ਹੈ ਨਾ ਮੈਂ ਕਾਰੀਗਰਾਂ ਕੋਲ ਬੈਠਦੀ ਹਾਂ ਤਾਂ ਮੈਂ ਉਹ ਦੇਖਦੀ ਰਹਿਣੀ ਹਾਂ ਹੈ ਨਾ ਵੀ ਕਿੱਦਾਂ ਕੰਮ ਕਰਦੇ ਨੇ, ਤਾਂ ਮੈਂ ਉਹਨੂੰ ਪੁੱਛਦੀ ਰਹਿਣੀ ਹਾਂ ਵੀ ਇਹ ਕੰਮ ਨੂੰ ਕਿੱਦਾਂ ਕਰੀਦਾ, ਇਹ ਕੰਮ ਨੂੰ ਕਿੱਦਾਂ ਕਰੀਦਾ, ਇਹ ਕੰਮ 'ਤੇ ਕਿੱਦਾਂ ਇੰਨਾ ਟਾਈਮ ਆਉਂਦਾ ਹੈ ਨਾ, ਜਿਵੇਂ ਜ਼ਰਦੋਜ਼ੀ 'ਚ ਹੋ ਗਿਆ ਕੰਮ, ਫਰੀਸ਼ੇ ਦਾ ਕੰਮ ਹੋ ਗਿਆ ਹੈ ਨਾ, ਅਤੇ ਉਹਨਾਂ 'ਤੇ ਟਾਈਮ ਲੱਗਦਾ ਅਤੇ ਉਸ ਦੇ ਅਕੋਰਡਿੰਗ ਹੀ ਜਿਵੇਂ ਫਿਰ ਪ੍ਰਾਈਸ ਮਤਲਬ ਅਪ ਜਾਂਦੇ ਨੇ, ਤਾਂ ਫਿਰ ਲੋਕੀ ਕਈ ਲੋਕੀ ਕਹਿੰਦੇ ਨੇ ਹੈ ਨਾ ਵੀ ਕੰਮ ਤਾਂ ਜੀ ਜੀ ਕੰਮ ਤਾਂ ਇਹੋ ਜਿਹੀ ਆ ਵੀ ਹੈ ਨਾ ਕਿ ਇਹਨਾਂ ਦਾ ਪ੍ਰਾਈਸ ਕਿਵੇਂ ਚੱਲ ਗਿਆ ਇੰਨਾ ਯੇ ਵੋ, ਤਾਂ ਉਹ ਹਰ ਚੀਜ਼ ਨੂੰ ਇੱਕ ਆਪਾਂ ਕੋਈ ਫਲਾਰ ਬਣਾਉਣਾ ਹੈ ਨਾ ਤਾਂ ਉਹਨੂੰ ਇੱਕ ਫਲਾਰ ਨੂੰ 2 ਘੰਟੇ ਵੀ ਲਾ ਸਕਦੇ ਹਾਂ, ਇੱਕ ਨੂੰ ਆਪਾਂ 4 ਘੰਟੇ ਵੀ ਲਾ ਸਕਦੇ ਹਾਂ, ਇੱਕ ਨੂੰ 6 ਘੰਟੇ ਵੀ ਲਾ ਸਕਦੇ ਹਾਂ, ਬਣਨਾ ਤਾਂ ਉਹੀ ਫੁੱਲ ਹੈ ਅਤੇ ਉਹ ਮਤਲਬ ਕੰਮ ਨਹੀਂ ਦੇਖਦੇ ਬੜੇ ਲੋਕੀ, ਬੜੇ ਲੋਕੀ ਸਿਰਫ ਇਹ ਦੇਖਦੇ ਨੇ ਵੀ ਬਸ ਠੀਕ ਆ ਕੀਤਾ ਹੋਇਆ ਤਾਂ ਠੀਕ ਆ, ਤਾਂ ਬਸ ਸਾਨੂੰ ਪ੍ਰਾਈਸ ਇੱਦਾਂ ਚਾਹੀਦੇ ਨੇ ਹੈ ਨਾ, ਤਾਂ ਫਿਰ ਉਹ ਚੀਜ਼ 'ਚ ਕਾਫੀ ਜ਼ਿਆਦਾ ਹੋ ਜਾਂਦਾ ਕਿ ਹੈ ਨਾ ਆਪਾਂ ਨੂੰ ਸਮਝਾਉਣਾ ਕਿਸੇ ਨੂੰ ਹੈ ਨਾ। ਜਿਵੇਂ ਮੈਂ ਨਾ ਸ਼ੁਰੂਆਤ 'ਚ ਆਪਦੇ ਜਿਹੜੀ ਸੂਟਾਂ ਦੀ ਕਲੈਕਸ਼ਨ ਹੁੰਦੀ ਸੀਗੀ, ਮਤਲਬ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਮੈਂ ਪਾਉਂਦੀ ਹੁੰਦੀ ਸੀ ਇੰਸਟਾਗ੍ਰਾਮ 'ਤੇ, ਮੈਂ ਹਟ ਗਈ ਕਿਉਂਕਿ ਬਹੁਤ ਕੁਐਰੀਜ਼ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਥੋੜ੍ਹੇ ਟਾਈਮ ਬਹੁਤ ਲੈਂਦੀਆਂ ਨੇ ਅਤੇ ਉਹਨਾਂ 'ਚ ਕੁਛ ਵੀ ਮਤਲਬ ਹੁੰਦਾ ਨਹੀਂ ਕੱਢਣ ਜੀ ਬਹੁਤ। ਅਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਜੇ ਤੁਹਾਡੇ ਕੋਲ ਇੱਦਾਂ ਹੀ ਆਰਡਰਸ ਆ ਰਹੇ ਨੇ ਤਾਂ ਤੁਹਾਨੂੰ ਇੰਸਟਾਗ੍ਰਾਮ 'ਤੇ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਹੈਗੀ ਹੈ ਨਾ, ਵੀ ਜਿੰਨਾ ਕੁ ਮੈਂ ਆਪਣੇ ਬਿਜ਼ੀ ਸਕੇਜੂਅਲ 'ਚੋਂ ਕਰਨਾ ਹੁੰਦਾ ਉਹ ਮੇਰੇ ਕੋਲ ਆਲਰੇਡੀ ਉਸ ਤੋਂ ਜ਼ਿਆਦਾ ਕੰਮ ਹੁੰਦਾ ਕਰਨ ਲਈ। ਪਰ ਜਿਵੇਂ ਤੁਸੀਂ ਤਾਂ ਹੁਣ ਮਤਲਬ ਤੁਸੀਂ ਕੋਈ ਹੋਰ ਕੰਮ ਨਹੀਂ ਕਰ ਰਹੇ ਤਾਂ ਪੂਰੀ ਤਰ੍ਹਾਂ ਤੁਸੀਂ ਬੁਟੀਕ ਲਈ ਹੋ ਹੈ ਨਾ, ਅਤੇ ਇਹ ਵੀ ਹੁੰਦਾ ਕਿ ਇੰਸਟਾਗ੍ਰਾਮ 'ਤੇ ਵੀ ਕੰਪੀਟੀਸ਼ਨ ਬਣਾ ਕੇ ਰੱਖਣਾ ਵੀ ਜੀ, ਮੈਂ ਤਾਂ ਦੇਖਦੀ ਹਾਂ ਕਿ ਹਰ ਬੰਦਾ ਚਾਹੇ ਉਹਦਾ ਛੋਟੇ ਲੈਵਲ 'ਤੇ ਕੰਮ ਆ ਚਾਹੇ ਉਹਦਾ ਵੱਡੇ ਲੈਵਲ 'ਤੇ ਆ, ਉਹਨੇ ਮਾਡਲਸ ਲਈਆਂ ਹੁੰਦੀਆਂ ਨੇ, ਉਹ ਮੇਕਅਪ ਕਰਾ ਕੇ ਪੂਰੀ ਜਵੈਲਰੀ ਕਿਤੋਂ ਰੈਂਟ ਕਰ ਰਹੇ ਹੁੰਦੇ ਨੇ, ਮਤਲਬ ਉਹ ਸਾਰਾ ਸ਼ੂਟ ਕਰਾਉਣਾ ਤੇ ਉਹ ਪਾਉਣਾ, ਇਹ ਵੀ ਇੱਕ ਮਤਲਬ ਬਹੁਤ ਕੰਪਲਸਰੀ ਚੀਜ਼ ਆ ਵੀ ਤੁਸੀਂ ਇਹਦੇ 'ਚ ਵੀ ਐਕਟਿਵ ਰਹਿਣਾ ਹੀ ਰਹਿਣਾ। ਨਹੀਂ ਫਰਕ ਪੈਂਦਾ ਕੋਈ ਆਰਡਰਸ ਦਾ ਜੀ? ਫਰਕ ਤਾਂ ਪੈਂਦਾ ਦੇਖੋ, ਪਰ ਇਹ ਨਹੀਂ ਆ ਕਿ ਆਪਾਂ ਇੱਕ ਬੰਦੇ ਨੂੰ ਕਿਸੇ ਨੂੰ ਆਪਾਂ ਪੇ ਕਰਕੇ ਹੈ ਨਾ ਸ਼ੂਟ ਕਰ ਰਹੇ ਹਾਂਗੇ, ਅਤੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਆਪਾਂ ਆਪਣੀ ਚੀਜ਼ ਦਿਖਾਉਣੀ ਆ, ਜਿੱਦਾਂ ਹੁਣ ਕੋਈ ਮੇਕਅਪ ਆਰਟਿਸਟ ਆ ਹੈ ਨਾ ਉਹਨੇ ਮਤਲਬ ਮੇਕਅਪ ਦਿਖਾਉਣਾ ਹੈ ਨਾ ਆਪਣਾ, ਅਤੇ ਆਪਾਂ ਆਪਣਾ ਸੂਟ ਜੋ ਵੀ ਹੈ ਨਾ ਡਰੈਸ ਸੂਟ ਜੋ ਵੀ ਆ ਹੈ ਨਾ ਆਪਾਂ ਕਰਨਾ ਉਹ ਦਿਖਾਉਣਾ, ਤਾਂ ਉਹਦੇ 'ਚ ਮਤਲਬ ਇਹ ਹੀ ਹੁੰਦਾ ਗਾ ਕਿ ਜ਼ਰੂਰੀ ਤਾਂ ਹੁੰਦਾ ਹੀ ਆ ਕਿਉਂਕਿ ਅੱਜ ਦੇ ਟਾਈਮ 'ਚ ਇੰਸਟਾਗ੍ਰਾਮ ਸਾਰੇ ਹੈ ਨਾ ਚਲਾਉਂਦੇ ਆ ਕਿ ਇੱਕ ਹੁੰਦਾ ਚਲੋ ਆਪਾਂ ਸ਼ੂਟ ਹਾਂਜੀ ਹਾਂਜੀ ਜੀ ਜੀ ਬਿਜ਼ਨਸ ਆਉਂਦਾ, ਬਟ ਮੈਨੂੰ ਲੱਗਦਾ ਕਿ ਜੇ ਆਪਣਾ ਕੰਮ ਵਧੀਆ ਨਾ ਤਾਂ ਆਪਣੇ ਨਾਲ ਉੱਦਾਂ ਹੀ ਜਿੱਦਾਂ ਹੁੰਦਾ ਗਾ ਮਤਲਬ ਬੜਾ ਸਾਨੂੰ ਵੈਸੇ ਸ਼ੂਟਸ ਦਾ ਅਸੀਂ ਕੋਈ ਮਤਲਬ ਪੇਡ ਨਹੀਂ ਕੀਤਾ ਕਦੀ ਵੀ, ਜਿੱਦਾਂ ਹੁੰਦਾ ਤਾਂ ਕਲੈਬਰੇਸ਼ਨ ਵਾਸਤੇ ਵੀ ਬਹੁਤ ਹੁੰਦਾ ਗਾ ਹੈ ਨਾ ਕਿ ਆਪਾਂ ਕਲੈਬ ਕਰਦੇ ਹਾਂ ਇੱਦਾਂ ਉੱਦਾਂ, ਪਰ ਮੈਨੂੰ ਲੱਗਦਾ ਹੁੰਦਾ ਵੀ ਨਹੀਂ ਵੀ ਆਪਣਾ ਕੰਮ ਆ ਤਾਂ ਬਹੁਤ ਜ਼ਿਆਦਾ ਮਤਲਬ ਆਪਾਂ ਨੂੰ ਕਲੈਬ ਕਰਕੇ ਵੀ ਕੋਈ ਉਹ ਨਹੀਂ ਹੈਗਾ ਨਾ ਕਿ ਆਪਾਂ ਆਪਣੇ ਕੰਮ ਨੂੰ ਇੱਦਾਂ ਹੀ, ਅਤੇ ਮੈਨੂੰ ਹੁੰਦਾ ਗਾ ਵੀ ਕੋਈ ਨਹੀਂ ਆਪਾਂ ਕੰਮ ਕਰੀ ਜਾਂਦੇ ਹਾਂ ਅਤੇ ਜਦੋਂ ਵੀ ਹੋਏਗਾ ਤਾਂ ਆਪਣਾ ਉਹ ਆਪਣੇ ਤਰੀਕੇ ਨਾਲ ਹੋ ਜਾਣਾ ਹੈ ਨਾ।
ਤਾਂ ਮੈਂ ਕਦੀ ਇੰਨਾ ਸਟ੍ਰੈਸ ਨਹੀਂ ਲਿਆ ਇਹ ਚੀਜ਼ ਦਾ ਕਿ ਹਾਂ ਆਪਾਂ ਹੁਣ ਆਹ ਟਾਈਮ 'ਤੇ ਆਪਣੇ ਸ਼ੂਟਸ ਕਰਨੇ ਨੇ ਜਾਂ ਇਹ ਕਰਨਾ ਉਹ ਕਰਨਾ, ਤਾਂ ਮੈਂ ਉਹ ਚੀਜ਼ ਦਾ ਕਦੀ ਇੰਨਾ ਸਟ੍ਰੈਸ ਨਹੀਂ ਲਿਆ। ਕੱਪੜੇ ਸਪੌਂਸਰ ਕਰਨ ਨਾਲ ਜਾਂ ਇੱਦਾਂ ਕੋਲੈਬ ਕਰਨ ਨਾਲ ਲੱਗਦਾ ਕਿ ਬਿਜ਼ਨਸ ਆਉਂਦਾ ਹੋਊਗਾ? ਜੀ ਬਿਜ਼ਨਸ ਆਉਂਦਾ ਤਾਂ ਹੈ, ਬਟ ਤੁਸੀਂ ਨੋਟਿਸ ਜੇ ਹੋ ਜਾਂਦੇ ਹੋ। ਜੀ ਜੀ ਜੀ, ਮੇਨ ਤਾਂ ਇਹ ਵੀ ਹੁੰਦਾ ਨਾ ਕਿ ਜਿੱਦਾਂ ਅਸੀਂ ਜਿਵੇਂ ਹੁਣ ਸਾਡੇ ਕਲਾਇੰਟ ਹੁੰਦੇ ਨੇ, ਜਿਵੇਂ ਕਿਸੇ ਨੇ ਵੀ ਆਪਣਾ ਕੁਛ ਵਿਆਹ ਦਾ ਆਰਡਰ ਕਰਨਾ ਕੁਛ ਵੀ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਪਹਿਲਾਂ ਇੱਕ ਸੂਟ ਬਣਾ ਕੇ ਦੇਖੋ, ਤੁਹਾਨੂੰ ਸਾਡਾ ਕੰਮ ਪਸੰਦ ਆਉਂਦਾ, ਸਟੱਫ ਸਭ ਕੁਛ ਜੇ ਪਸੰਦ ਆਉਂਦਾ ਹੈ ਨਾ, ਤਾਂ ਸਾਨੂੰ ਤਾਂ ਕੰਮ ਦਿਓ ਤੁਸੀਂ, ਹੈ ਨਾ। ਕਿਉਂਕਿ ਨਹੀਂ ਕਿਸੇ ਨੇ ਆਪਣਾ ਬ੍ਰਾਈਡਲ ਦਾ ਹੈ ਨਾ ਲਹਿੰਗਾ ਬਣਵਾਉਣਾ, ਕੋਈ ਕੁਛ ਬਣਵਾਉਣਾ, ਆਪਣੇ ਸੂਟਸ ਬਣਵਾਉਣੇ ਨੇ, ਤਾਂ ਆਪਾਂ ਜਿਸ ਬੰਦੇ ਨੂੰ ਮਤਲਬ ਉਹ ਆਪਾਂ ਨੂੰ ਦੇ ਵੀ ਰਿਹਾ ਕੰਮ, ਉਹਨੂੰ ਆਪਣੇ 'ਤੇ ਟਰੱਸਟ ਵੀ ਨਹੀਂ ਆ, ਫਿਰ ਉਹ ਚੀਜ਼ ਦਾ ਫਾਇਦਾ ਨਹੀਂ ਆ, ਹੈ ਨਾ। ਤਾਂ ਟਰੱਸਟ ਮਤਲਬ ਜੇ ਆਪਾਂ ਕਿਸੇ ਨੂੰ ਕੰਮ ਦੇ ਰਹੇ ਹਾਂ ਤਾਂ ਉਹਤੇ ਟਰੱਸਟ ਵੀ ਕਰੋ, ਤਾਂ ਮਤਲਬ ਮੈਨੂੰ ਤਾਂ ਇਹ ਲੱਗਦਾ ਕਿ ਥੋੜਾ ਜਿਹਾ ਇਹ ਇਸ਼ੂ ਜ਼ਰੂਰ ਆਉਂਦਾ ਹੁੰਦਾ। ਜੀ ਜੀ, ਇੰਸਟਾਗ੍ਰਾਮ ਸਾਹਮਣੇ ਵਾਲਾ ਕੌਣ ਆ ਕਲਾਇੰਟ, ਅਸੀਂ ਉਹਨੂੰ ਜਾਣਦੇ ਨੇ। ਜੀ ਜੀ, ਬੜੇ ਕਲਾਇੰਟਸ ਐਵੇਂ ਦੱਸਦੇ ਨੇ ਵੀ ਸਾਥੋਂ ਇਹ ਪੇਜ ਸੀਗਾ ਇੰਸਟਾਗ੍ਰਾਮ 'ਤੇ ਬੁਟੀਕ ਵਾਲੀ ਨੂੰ, ਅਸੀਂ 50,000 ਪਾਏ ਆ, ਉਹਨੇ ਸਾਨੂੰ ਅੱਡੇ 'ਤੇ ਲਾਏ, ਸੂਟ ਦੀ ਫੋਟੋ ਵੀ ਭੇਜੀ, ਬਾਅਦ 'ਚ ਉਹਨੇ ਸਾਡੇ ਫੋਨ ਹੀ ਨਹੀਂ ਚੱਕੇ, ਉਹਨੇ ਸਾਨੂੰ ਸੂਟ ਹੀ ਨਹੀਂ ਭੇਜੇ, ਵੀ ਇੱਦਾਂ ਦਾ ਕੁਛ ਤਾਂ ਨਹੀਂ। ਤਾਂ ਫਿਰ ਮਤਲਬ ਅਸੀਂ ਉਹ ਚੀਜ਼ ਅਗਲੇ ਨੂੰ ਹੈ ਨਾ, ਆਪਾਂ ਨੂੰ ਉਹ ਵੀ ਕਲੀਅਰ ਕਰਨਾ ਪੈਂਦਾ ਹੀ ਆ ਕਿ ਨਹੀਂ ਇੱਦਾਂ ਦਾ ਕੁਛ ਨਹੀਂ ਆ, ਹੈ ਨਾ। ਤੇ ਇਹਦੇ ਚ ਕਾਫੀ ਕੁਛ ਹੋ ਜਾਂਦਾ, ਸਟ੍ਰੈਸ ਵੀ ਬਹੁਤ ਆ। ਮੈਨੂੰ ਲੱਗਦਾ ਫਿਰ ਇਸੇ ਲਈ ਵੀ ਆਪਣਾ ਇੱਕ ਸੈਟਅਪ ਜ਼ਰੂਰੀ ਹੁੰਦਾ ਹੋਊਗਾ ਕਿ ਤੁਸੀਂ ਅਗਲੇ ਨੂੰ ਦਿਖਾ ਸਕਦੇ ਹੋ ਜੀ ਅਸੀਂ ਫਲਾਣੀ ਲੋਕੇਸ਼ਨ ਤੇ ਆ, ਤੁਸੀਂ ਆ ਕੇ ਸਾਨੂੰ ਮਿਲ ਵੀ ਜੀ। ਇਹਦੇ ਨਾਲ ਕਾਫੀ ਜ਼ਿਆਦਾ ਫਰਕ ਪੈਂਦਾ, ਲੋਕਾਂ ਦਾ ਟਰੱਸਟ ਵੱਧਦਾ, ਹੈ ਨਾ। ਕਿ ਆਪਾਂ ਦੇਖੋ ਕਿਸੇ ਦੇ ਸੂਟ ਪਿੱਛੇ ਜਾਂ ਕਿਸੇ ਦੇ, ਉਹਨਾਂ ਨੂੰ ਇਹ ਹੁੰਦਾ ਹੈਗਾ ਕਿ ਸਾਡੇ ਸੂਟ ਪਿੱਛੇ, ਹੁਣ ਇਹ ਤਾਂ ਨਹੀਂ ਹੈਗਾ ਕਿ ਬੰਦੇ ਨੇ ਆਪਣਾ ਲੋਕੇਸ਼ਨ ਛੱਡ ਕੇ ਭੱਜ ਜਾਣਾ। ਬਿਲਕੁਲ, ਸ਼ਾਇਦ ਅਸੀਂ ਦੁਕਾਨਾਂ ਤੇ ਵੀ ਤਾਂ ਹੀ ਜ਼ਿਆਦਾ ਟਰੱਸਟ ਕਰਦੇ ਹਾਂ। ਜੀ ਜੀ ਜੀ, ਲੋਕੇਸ਼ਨ ਦਾ ਮੇਨ ਤਾਂ ਇਹ ਸੀਗਾ, ਬਾਕੀ ਚਲੋ ਆਪਣੇ ਹਰ ਬੰਦੇ ਨੇ ਜਦੋਂ ਕੋਈ ਬੰਦਾ ਕੰਮ ਸਟਾਰਟ ਕਰਦਾ ਉਹਨੂੰ ਹੁੰਦਾ ਮੈਂ ਆਪਣਾ ਕੰਮ ਵਧਾਵਾਂ, ਹੈ ਨਾ, ਤਾਂ ਆਪਾਂ ਵਧਾਉਣੇ ਤਾਂ ਹੈਗੇ ਹੀ ਆ। ਤੇ ਚਲੋ ਇਹ ਵੀ ਹੁੰਦਾ ਹੀ ਆ ਇੱਕ ਕਿ ਲੋਕ ਜ਼ਿਆਦਾ ਟਰੱਸਟ ਕਰਦੇ ਨੇ ਆਪਣੀ, ਇੱਕ ਲੋਕੇਸ਼ਨ ਹੁੰਦੀ ਹੈ ਨਾ, ਤਾਂ ਉਹਨਾਂ ਨੂੰ ਈਜ਼ੀ ਵੀ ਹੁੰਦਾ ਆ ਕੇ ਉਹ ਦੇਖ ਸਕਦੇ ਨੇ ਆਪਾਂ ਕਿੱਦਾਂ ਦਾ ਕੰਮ ਕਰ ਰਹੇ ਹਾਂ, ਕੀ ਕੰਮ ਕਰ ਰਹੇ ਹਾਂ, ਹੈ ਨਾ। ਤੇ ਉਦਾਂ ਕੁੜੀਆਂ ਲਈ ਇਹ ਪ੍ਰੋਫੈਸ਼ਨ ਵਧੀਆ ਤੁਹਾਨੂੰ ਲੱਗਦਾ? ਵੈਸੇ ਤਾਂ ਚਲੋ ਇਹ ਤਾਂ ਪ੍ਰੋਫੈਸ਼ਨ ਹੀ ਕੁੜੀਆਂ ਦਾ, ਹੈ ਨਾ। ਜੀ ਜੀ, ਪਰ ਉਦਾਂ ਜਿਵੇਂ ਹੁਣ ਕੋਈ ਜੌਬ ਨਹੀਂ ਕਰ ਰਿਹਾ, ਚਲੋ ਕੁਛ ਵੀ ਨਹੀਂ ਕਰ ਰਹੇ ਤੁਸੀਂ, ਚਾਹੇ ਤੁਸੀਂ ਕਲਾਉਡ ਬੁਟੀਕ ਕਰ ਰਹੇ ਹੋ, ਚਾਹੇ ਤੁਸੀਂ ਆਪਣਾ ਮਤਲਬ ਸੈਟਅਪ ਰੱਖ ਕੇ ਕਰ ਰਹੇ ਹੋ, ਤੇ ਵਧੀਆ ਕੀਤਾ, ਮਤਲਬ ਚੰਗੇ ਪੈਸੇ ਹੈਗੇ ਆ। ਜੀ, ਬਹੁਤ ਵਧੀਆ। ਬਟ ਜੇ ਆਪਾਂ ਕਹੀਏ ਠੀਕ ਆ ਵੀ ਆਪਾਂ ਬਹੁਤ ਜ਼ਿਆਦਾ ਪੈਸੇ ਕਮਾ ਸਕਦੇ ਹਾਂ, ਬਹੁਤ ਜ਼ਿਆਦਾ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਜਿਹੜੇ ਬੰਦੇ ਨੂੰ ਕਿਸੇ ਵੀ ਬੰਦੇ ਨੂੰ ਕਿਸੇ ਵੀ ਕੰਮ ਦਾ ਸ਼ੌਂਕ ਆ ਤਾਂ ਉਹ ਕਰ ਸਕਦਾ, ਹੈ ਨਾ। ਜਿੱਦਾਂ ਹੁਣ ਤੁਸੀਂ, ਮੈਂ ਪਿੱਛੇ ਜੇ ਦੇਖਿਆ ਸੀ ਇੱਕ ਇੰਟਰਵਿਊ ਦੇਖੀ ਸੀ ਮੈਂ, ਉਹਨਾਂ ਘਰ ਦੇ ਵਿੱਚ ਹੀ ਮਤਲਬ ਆਂਟੀਆਂ ਸੀ, ਉਹਨਾਂ ਨੇ ਕੰਮ ਸਟਾਰਟ ਕੀਤਾ ਅਚਾਰ ਬਣਾ ਕੇ, ਹੈ ਨਾ। ਜੀ ਜੀ ਹਾਂ, ਉਹ ਅਚਾਰ ਬਣਾ ਕੇ, ਹੈ ਨਾ, ਆਪਣਾ ਉਹ ਕਰ ਰਹੀਆਂ ਨੇ, ਹੈ ਨਾ। ਤਾਂ ਕੰਮ ਦੀ ਕੋਈ ਏਜ ਨਹੀਂ ਆ, ਤਾਂ ਕੋਈ ਇਹ ਨਹੀਂ ਕਿ ਹਾਂ ਮੈਂ ਇਹ ਕਰ ਸਕਦੀ ਹਾਂ ਨਹੀਂ ਕਰ ਸਕਦੀ। ਤਾਂ ਆਪਣਾ ਮਤਲਬ ਹੋਣਾ ਚਾਹੀਦਾ, ਆਪਣੇ 'ਚ ਹੋਣਾ ਚਾਹੀਦਾ ਕਿ ਹਾਂ ਮੈਂ ਕੰਮ ਕਰਨਾ, ਤਾਂ ਕੋਈ ਵੀ ਕੰਮ ਕਰ ਸਕਦੇ ਹਾਂ ਆਪਾਂ। ਕੋਈ ਵੀ ਇਹ ਨਹੀਂ ਆ ਕਿ ਚਲੋ ਠੀਕ ਆ, ਆਪਾਂ ਨੂੰ ਉਸ ਕੰਮ ਦੀ ਨੌਲੇਜ ਨਹੀਂ ਆ, ਉਹ ਕੰਮ ਦੀ ਨੌਲੇਜ ਤਾਂ ਆਪਾਂ ਨੂੰ ਲੈਣੀ ਪੈਣੀ ਆ ਜਦੋਂ ਆਪਾਂ ਉਹ ਕੰਮ ਕਰਨਾ, ਅਤੇ ਪਰ ਆਪਾਂ ਕਰ ਸਕਦੇ ਹਾਂ। ਕੋਈ ਵੀ ਕੰਮ ਇਹ ਨਹੀਂ ਹੈਗਾ ਕਿ ਹਾਂ ਆਪਾਂ ਕਰ ਨਹੀਂ ਸਕਦੇ, ਖਾਸ ਕਰ ਬੁਟੀਕ ਵਾਲਾ ਤਾਂ ਹੁਣ ਬਹੁਤ ਜ਼ਿਆਦਾ, ਹੈ ਨਾ। ਆਪਾਂ ਕੋਈ ਜਿਹਨੂੰ ਕੱਪੜਾ ਪਾਉਣ ਦਾ ਵੱਲ ਆ ਉਹਨੂੰ ਬਣਾਉਣ ਦਾ ਵੱਲ ਵੀ ਹੁੰਦਾ ਹੈ। ਜੀ ਜੀ ਜੀ, ਤੇ ਜਿਵੇਂ ਹੁਣ ਨਾ ਰਿਪਨ, ਆਪਾਂ ਵੀ ਜਿਵੇਂ ਤੁਸੀਂ ਕਿਹਾ ਵੀ ਜੇ ਤੁਹਾਨੂੰ ਕੋਈ ਕੰਮ ਦਾ ਸ਼ੌਂਕ ਆ ਤਾਂ ਤੁਸੀਂ ਕਰ ਸਕਦੇ ਹੋ, ਮੈਨੂੰ ਵੀ ਐਂ ਲੱਗਦਾ ਹੁੰਦਾ ਵੀ ਜੇ ਤੁਹਾਨੂੰ 10 ਕੰਮ ਆਉਂਦੇ ਨੇ ਤੁਸੀਂ 10 ਹੀ ਕਰ ਸਕਦੇ ਹੋ, ਹੈ ਨਾ। ਵੀ ਇਹ ਜ਼ਰੂਰੀ ਨਹੀਂ ਹੈਗਾ ਵੀ ਮੈਂ ਸਿਰਫ ਐਂਕਰਿੰਗ ਹੀ ਕਰੂੰਗੀ ਜਾਂ ਤੁਸੀਂ ਸਿਰਫ ਕੱਪੜੇ ਹੀ ਤਿਆਰ ਕਰੋਗੇ, ਹੈ ਨਾ। ਜੀ ਜੀ, ਮੈਂ ਵੀ ਇਹ ਚੀਜ਼ ਕਰ ਸਕਦੀ ਹਾਂ, ਕੱਲ ਨੂੰ ਤੁਸੀਂ ਵੀ ਇਹ ਚੀਜ਼ ਕਰ ਸਕਦੇ ਹੋ, ਹੈ ਨਾ। ਤੇ ਅਸੀਂ, ਮੈਨੂੰ ਲੱਗਦਾ ਅਸੀਂ ਹੀ ਆਪਣੇ ਆਪ ਨੂੰ ਨਾ ਲਿਮਿਟੇਸ਼ਨ ਜਿਹੀ ਚ ਰੱਖ ਲਿਆ ਵੀ ਨਹੀਂ ਮੈਂ ਜੇ ਇੱਕ ਪ੍ਰੋਫੈਸ਼ਨ ਚ ਮੈਂ ਇੱਕੋ ਹੀ ਕਰੂੰਗਾ, ਹੈ ਨਾ।
ਮੈਂ ਚਲਾ ਜਾਂਦਾ ਵੀ ਕੱਲ ਨੂੰ ਮੈਂ ਕੋਈ ਛੋਟਾ ਜਿਹਾ ਰੈਸਟੋਰੈਂਟ ਵੀ ਖੋਲ ਸਕਦੀ ਹਾਂ, ਮੈਂ ਬੁਟੀਕ ਵੀ ਖੋਲ ਸਕਦੀ ਹਾਂ, ਮੈਂ ਮਤਲਬ ਕੋਈ ਵੀ ਕੰਮ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਨਹੀਂ ਇਹੋ ਜਿਹਾ ਜਿਹੜਾ ਮੈਂ ਨਹੀਂ ਕਰ ਸਕੂੰਗੀ, ਹੈ ਨਾ। ਹਾਂ ਟੈਕਨੀਕਲੀ ਬਹੁਤ ਚੀਜ਼ਾਂ ਨੇ ਸਾਨੂੰ ਨਹੀਂ ਆਉਂਦੀਆਂ, ਮੈਨੂੰ ਹਾਲੇ ਤੱਕ ਵੀ ਇੰਸਟਾਗ੍ਰਾਮ ਤੇ ਸਟੋਰੀ ਪੋਸਟ ਕਰਨ ਤੋਂ ਇਲਾਵਾ ਕੁਛ ਨਹੀਂ ਆਉਂਦਾ, ਹੈ ਨਾ। ਮੈਨੂੰ ਫੇਸਬੁੱਕ ਯੂਟਿਊਬ ਇਹਦੇ ਵੀ ਸਾਰਾ ਕੁਛ ਪਤਾ ਹੁੰਦਾ, ਇੰਸਟਾਗ੍ਰਾਮ ਮੇਰੇ ਬਸ ਦੀ ਗੱਲ ਨਹੀਂ ਹੈਗੀ, ਹੈ ਨਾ। ਪਰ ਕਿੱਤਾ ਮੈਨੂੰ ਲੱਗਦਾ ਕਿ ਜੇ ਤੁਹਾਡੇ 'ਚ ਹੁਨਰ ਹੈ, ਤੁਹਾਡੇ 'ਚ ਪੇਸ਼ੈਂਸ ਨੇ, ਤਾਂ ਤੁਸੀਂ ਕੋਈ ਵੀ ਕਰਕੇ ਦਿਖਾ ਸਕਦੇ ਹੋ ਕਿ ਮੈਂ ਕਰ ਲੂੰ, ਹੈ ਨਾ। ਜੀ ਜੀ। ਤੇ ਇੱਕ ਚੀਜ਼ ਹੋਰ ਮੇਰਾ ਜਿਹੜਾ ਆਖਰੀ ਸਵਾਲ ਆ ਉਹ ਇਹ ਆ ਵੀ ਬਹੁਤੇ ਲੋਕਾਂ ਨੂੰ ਲੱਗਦਾ ਹੁੰਦਾ ਕੁੜੀਆਂ ਬਿਜ਼ਨਸ ਨਹੀਂ ਕਰ ਸਕਦੀਆਂ, ਮਤਲਬ ਵੀ ਕੁੜੀ ਜੀ 1 ਲੱਖ ਰੁਪਏ ਲਾਉਣ ਤੇ ਵੀ ਡੋਲ ਜਾਂਦੀ ਆ, ਹੈ ਨਾ, ਕਿ ਹਾਏ ਮੈਂ 1 ਲੱਖ ਰੁਪਏ ਦਾ ਕੰਮ ਕਰ ਰਹੀ ਹਾਂ, ਚੋ ਪਤਾ ਨਹੀਂ ਮੈਨੂੰ ਆਊਗਾ ਕੁਛ ਜਾਂ ਨਹੀਂ। ਮੈਂ ਖੁਦ ਬਹੁਤ ਕੁੜੀਆਂ ਨੂੰ ਦੇਖਿਆ ਇਹ ਗੱਲਾਂ ਕਰਦੇ, ਹੈ ਨਾ ਜੀ। ਵੀ ਮੇਰੀ ਇੱਕ ਫਰੈਂਡ ਆ, ਅਸੀਂ ਹਾਸੇ ਹਾਸੇ 'ਚ ਗੱਲ ਕਰਦੇ ਨੇ ਵੀ ਉਹ ਇੱਕ ਚੀਜ਼ 'ਤੇ ਨਾ ਥੋੜ੍ਹੇ ਜਿਹੇ ਪੈਸੇ ਲਾ ਕੇ ਵੀ ਡਰ ਜਾਂਦੀ ਆ, ਅੱਛਾ ਮੈਂ ਚੋਂ ਕੱਢ ਲਊਂਗੀ ਇੰਨੇ ਕੁ ਪੈਸੇ। ਅਤੇ ਤੁਹਾਨੂੰ ਵੀ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਕੁੜੀਆਂ ਦਾ ਦਿਲ ਆ ਜਿਹੜਾ ਸ਼ਾਇਦ ਬਿਜ਼ਨਸ ਵਾਲੀ ਚੀਜ਼ 'ਚ ਔਖਾ। ਜੀ, ਮੈਨੂੰ ਲੱਗਦਾ ਤਾਂ ਹੁੰਦਾ, ਜਿਵੇਂ ਮੈਂ ਆਪਣੀ ਗੱਲ ਕਰਾਂ, ਹੈ ਨਾ, ਅਤੇ ਮੈਨੂੰ ਪਹਿਲਾਂ ਵੀ ਸਟਾਰਟਿੰਗ 'ਚ ਇੱਦਾਂ ਲੱਗਦਾ ਸੀ ਕਿ ਮੈਂ ਪੈਸੇ ਜਿਵੇਂ ਅਸੀਂ ਪਲੈਨ ਕੀਤਾ ਪਹਿਲਾਂ ਹਸਬੈਂਡ, ਹੈ ਨਾ, ਮੈਨੂੰ ਕਾਰ ਲੈ ਕੇ ਦੇ ਰਹੇ ਸੀਗੇ ਉਹ, ਤਾਂ ਮੈਂ ਸੋਚਿਆ, ਮੈਂ 2 ਦਿਨ ਸੋਚਦੀ ਰਹੀ, ਉਹ ਮੈਨੂੰ ਕਹਿੰਦੇ ਰਹੇ ਵੀ, ਹੈ ਨਾ, 10 ਆਪਾਂ ਜਿੱਦਾਂ ਵੀ ਲੈ ਲਈਏ ਕਾਰ, ਇਹ ਕਾਰ ਲੈ ਲਈਏ, ਹੈ ਨਾ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ, ਮੈਂ ਸੋਚ ਰਹੀ ਹਾਂ, ਹੈ ਨਾ, ਵੀ ਮੈਂ ਆਪਣਾ ਸਟੋਰ ਬਣਾਵਾਂ, ਹੈ ਨਾ। ਅਤੇ ਉਹ ਉਹਨਾਂ ਨੇ ਮੈਨੂੰ ਵਧੀਆ, ਹੈ ਨਾ, ਉਹਨਾਂ ਨੂੰ ਵੀ ਵਧੀਆ ਲੱਗਿਆ ਸੁਣ ਕੇ, ਹੈ ਨਾ, ਕਹਿੰਦੇ ਵੀ ਚਲੋ ਠੀਕ ਆ। ਮੈਨੂੰ ਲੱਗ ਰਿਹਾ ਸੀਗਾ ਵੀ ਮੈਂ ਕਾਰ ਤਾਂ ਚਲੋ ਬਾਅਦ 'ਚ ਵੀ ਲੈ ਸਕਦੀ ਹਾਂ, ਹੈ ਨਾ, ਮੈਂ ਆਪਣੇ ਬਿਜ਼ਨਸ ਤੋਂ ਵੀ ਪੈਸਾ ਲਾ ਰਹੇ ਹਾਂ, ਉਹ 'ਚੋਂ ਵੀ ਕਾਰ ਲੈ, ਉਹਦੇ 'ਚੋਂ ਵੀ ਕਾਰ ਲੈ ਸਕਦੀ ਹਾਂ, ਪਰ ਮੈਂ ਕਾਰ ਤੋਂ ਬਿਜ਼ਨਸ ਨਹੀਂ ਕਰ ਸਕਦੀ ਨਾ। ਹਾਂ, ਮੈਨੂੰ ਇਹੀ ਲੱਗਦਾ ਸੀਗਾ, ਪਰ ਫਿਰ ਮੈਂ ਸੋਚਿਆ ਵੀ ਰਿਸਕ ਹੀ ਲੈਣਾ, ਜਦੋਂ ਆਪਾਂ ਕਾਰ 'ਤੇ ਕਿਉਂ ਰਿਸਕ ਲਈਏ, ਆਪਾਂ ਬਿਜ਼ਨਸ 'ਤੇ ਲਈਏ, ਹੈ ਨਾ। ਤਾਂ ਫਿਰ ਮੈਨੂੰ ਲੱਗਦਾ ਸੀਗਾ ਵੀ ਨਹੀਂ, ਆਪਾਂ ਨੂੰ ਬਿਜ਼ਨਸ ਹੀ ਕਰਨਾ ਚਾਹੀਦਾ। ਚਲੋ ਜ਼ਰੂਰੀ ਨਹੀਂ ਆ ਕਿ ਹਰ ਬੰਦਾ ਬਿਜ਼ਨਸ 'ਤੇ ਇੰਨੇ ਹੀ ਪੈਸੇ ਲਾਵੇ, ਤਾਂ ਆਪਾਂ ਸਟਾਰਟਿੰਗ 0 ਤੋਂ ਵੀ ਕਰ ਸਕਦੇ ਹਾਂ। ਜਿਵੇਂ ਮੈਂ ਪਹਿਲਾਂ 3 ਸਾਲ ਕੁਛ ਵੀ ਇਨਵੈਸਟਮੈਂਟ ਤਾਂ ਮੈਂ ਕੋਈ ਕੀਤੀ ਨਹੀਂ, ਮੈਂ ਇੱਦਾਂ ਆਰਡਰ ਦੇ ਹੀ ਕਰਦੀ ਸੀ, ਜੋ ਵੀ ਆਪਣਾ ਮਾਰਜਨ ਹੁੰਦਾ ਸੀ ਆਪਾਂ ਰੱਖਦੇ ਸੀ, ਹੈ ਨਾ। ਅਤੇ ਤਾਂ ਆਪਾਂ ਜਿੱਦਾਂ ਵੀ ਆ, ਤਾਂ ਇਹਦੇ ਵਿੱਚ ਕੋਈ ਨਹੀਂ ਹੁੰਦਾ ਕਿ ਹਾਂ ਆਪਾਂ ਵੈਸੇ ਰਿਸਕ ਲੈਣਾ ਚਾਹੀਦਾ, ਮੈਨੂੰ ਲੱਗਦਾ। ਅਤੇ ਬਾਕੀ ਚਲੋ ਲੋਸ ਪ੍ਰੋਫਿਟ ਤਾਂ ਉਹ ਤਾਂ ਬਾਅਦ ਦੀਆਂ ਗੱਲਾਂ ਨੇ, ਆਪਾਂ ਨੂੰ ਕੀ ਰਿਜ਼ਲਟ ਆਉਂਦੇ ਨੇ ਉਹਦੇ। ਤੇ ਮੈਨੂੰ ਨਹੀਂ ਲੱਗਦਾ ਵੀ ਇਦਾਂ ਸੋਚਣਾ ਚਾਹੀਦਾ ਕਿ ਆਪਾਂ ਨੂੰ ਲੱਗਦਾ ਵੀ ਆਪਾਂ ਨਾ ਕੁੜੀਆਂ ਨੂੰ ਅਕਲ ਬਹੁਤ ਘੱਟ ਹੁੰਦੀ ਹੈ। ਜਿਹੜੇ ਦੇਖੋ ਆ ਜਿਹੜੇ ਆਪਾਂ ਨੂੰ ਵਿਆਹ 'ਚ ਗਹਿਣੇ ਦਿੱਤੇ ਜਾਂਦੇ ਆ, ਜੀ, ਇੱਕ ਤਰ੍ਹਾਂ ਨਾ ਉਹ ਕੁੜੀ ਦੀ ਉਹ ਪੂੰਜੀ ਹੁੰਦੀ ਆ ਵੀ ਜਿਹੜੀ ਔਖੇ ਵੇਲੇ ਕੰਮ ਆਉਣ ਵਾਲੀ ਆ, ਹੈ ਨਾ। ਗਹਿਣੇ ਇਸ ਲਈ ਨਹੀਂ ਹੁੰਦੇ ਕਿ ਮੈਂ ਹਰ ਵਿਆਹ 'ਚ ਪਾ ਕੇ ਜਾ ਰਹੀ ਹਾਂ, ਦਿਖਾ ਰਹੀ ਹਾਂ, ਜਾਂ ਮੈਂ ਰੋਜ਼ ਉਹਨਾਂ ਨੂੰ ਪਾ ਰਹੀ ਹਾਂ, ਹੈ ਨਾ। ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਇਹੀ ਕਹਿੰਦੇ ਹੁੰਦੇ ਸੀਗੇ ਵੀ ਗਹਿਣਾ ਗੱਟਾ ਕੁੜੀ ਦੇ ਔਖ ਵੇਲੇ ਕੰਮ ਆਉਣ ਵਾਲੀ ਚੀਜ਼ ਹੁੰਦੀ ਆ, ਹੈ ਨਾ। ਮੈਂ ਖੁਦ ਦੇਖਿਆ ਆਪਣੇ ਪਰਿਵਾਰਾਂ 'ਚ ਵੀ ਜਦੋਂ ਜ਼ਮੀਨਾਂ ਲੈਂਦੇ ਹੁੰਦੇ ਆ ਤਾਂ ਸਭ ਤੋਂ ਅਖੀਰ 'ਤੇ ਜਿਹੜੀ ਚੀਜ਼ ਕਿ ਵਰਤੀ ਜਾ ਸਕਦੀ ਉਹ ਲੇਡੀਜ਼ ਦੇ ਗਹਿਣੇ ਹੁੰਦੇ ਆ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਅਸੀਂ ਤਾਂ ਬਸ ਇੰਨੇ ਕੁ ਤਾਂ ਸਾਡੇ ਕੋਲ ਗਹਿਣੇ ਹੀ ਹੁੰਦੇ ਆ ਕਿ ਅਸੀਂ ਬਿਜ਼ਨਸ ਕਰ ਸਕਦੇ ਹਾਂ, ਹੈ ਨਾ, ਪਰ ਅਸੀਂ ਨਹੀਂ ਕਰਦੇ ਹਾਂ। ਸਾਨੂੰ ਹਮੇਸ਼ਾ ਇਹੀ ਰਹਿੰਦੀ ਹੈ ਵੀ ਇਹ ਸਾਰੀ ਚੀਜ਼ ਮੇਰੀ ਹੁਣ ਜਾਂ ਸਹੁਰਿਆਂ ਦੀ ਆ ਜਾਂ ਪੇਕਿਆਂ ਦੀ ਆ। ਜੀ ਜੀ। ਜਦ ਅਸੀਂ ਕੋਈ 4 ਲੱਖ ਰੁਪਏ ਵੀ ਆਪਣੇ ਕਿਸੇ ਕਿੱਤੇ 'ਤੇ ਲਵਾਉਂਦੇ ਹਾਂ, ਸਾਡੇ ਦਿਮਾਗ ਇਹੀ ਹੁੰਦਾ ਤਾਂ ਹਾਏ ਮੈਂ ਤਾਂ ਸਹੁਰਿਆਂ ਦੇ ਪੈਸੇ ਲਵਾਉਣੀ ਪਈ ਆ, ਮਤਲਬ ਪੇਕਿਆਂ ਦੇ ਪੈਸੇ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਜ਼ਿੰਦਗੀ 'ਚ ਮਹਿਸੂਸ ਕਰਨਾ ਵੀ ਤੁਹਾਡਾ ਕੋਈ ਆਪਣਾ ਵੀ ਪੈਸਾ, ਤਾਂ ਤੁਹਾਡੇ ਕੋਲ ਕੋਈ ਕਿੱਤਾ ਜਾਂ ਨੌਕਰੀ ਹੋਣੀ ਲਾਜ਼ਮੀ। ਜੀ, ਇਹ ਨਾ ਸੋਚੋ ਕਿ ਸਹੁਰੇ ਬੜੇ ਅਮੀਰ ਨੇ ਤਾਂ ਮੈਂ ਕੁਛ ਨਹੀਂ ਕਰਨਾ। ਜੀ ਜੀ। ਕਿਉਂਕਿ ਚਲੋ ਇਹ ਨਹੀਂ ਆ ਕਿ ਦੇਖੋ ਖਾਣ ਪਾਉਣ ਨੂੰ ਤਾਂ ਸਭ ਨੂੰ ਹੀ ਮਿਲਣਾ, ਮਿਲਣਾ ਹੀ, ਹੈ ਨਾ, ਕਿਸੇ ਨੂੰ ਵੱਧ ਮਿਲਣਾ, ਕਿਸੇ ਨੂੰ ਘੱਟ ਮਿਲਣਾ, ਜਿਵੇਂ ਦੀ ਅਗਲੇ ਦੀ ਫੈਮਿਲੀ ਆ ਉਹਦੇ ਅਕੋਰਡਿੰਗ ਸਭ ਨੂੰ ਮਿਲਣਾ ਹੀ ਆ, ਹੈ ਨਾ। ਪਰ ਠੀਕ ਆ, ਆਪਾਂ ਕੁਛ ਕਰ ਰਹੇ ਹਾਂ,
ਆਪਾਂ ਮਤਲਬ ਉਹ ਵੱਡੀ ਗੱਲ ਹੁੰਦੀ ਆ ਹਨਾ ਕਿ ਆਪਾਂ ਕੁਛ ਕਰ ਰਹੇ ਹਾਂਗੇ, ਚਾਹੇ ਉਹਦੇ ਵਿੱਚੋਂ ਆਪਾਂ ਨੂੰ ਕਿੰਨਾ ਜ਼ਿਆਦਾ ਪ੍ਰੋਫਿਟ ਘੱਟ ਹੋ ਰਿਹਾ ਵੱਧ ਹੋ ਰਿਹਾ ਹਨਾ। ਦੇਖੋ ਕੋਈ ਵੀ ਚੀਜ਼ ਆ ਮੈਨੂੰ ਨਹੀਂ ਲੱਗਦਾ ਵੀ ਜੇ ਆਪਾਂ ਨੂੰ ਕਿਸੇ ਢੰਗ ਤਰੀਕੇ ਨਾਲ ਕਰਾਂਗੇ ਕਿ ਆਪਾਂ ਨੂੰ ਲੋਸ ਦੇ ਕੇ ਜਾਊਗੀ। ਲੋਸ ਤਾਂ ਕੋਈ ਚੀਜ਼ ਨਹੀਂ ਦਿੰਦੀ ਹੁੰਦੀ, ਬੇਸ਼ੱਕ ਆਪਾਂ ਨੂੰ ਉਹਦੇ 'ਚੋਂ ਪ੍ਰੋਫਿਟ ਨਾ ਹੋਵੇ ਪਰ ਲੋਸ ਵੀ ਨਹੀਂ ਮੇਰੇ ਹਿਸਾਬ ਨਾਲ ਕਿਸੇ ਚੀਜ਼ 'ਚੋਂ ਹੁੰਦਾ ਹੈ ਨਾ। ਤਾਂ ਮਤਲਬ ਕੁੜੀਆਂ ਨੂੰ ਮੈਨੂੰ ਨਹੀਂ ਲੱਗਦਾ ਵੀ ਇੰਨਾ ਸੋਚਣਾ ਚਾਹੀਦਾ ਅਤੇ ਕੰਮ ਕਰਨਾ ਚਾਹੀਦਾ ਹੈ ਨਾ, ਜਿਹੜਾ ਵੀ ਕੰਮ ਆਉਂਦਾ ਗਾ ਜਿੱਦਾਂ ਵੀ ਆ, ਅਤੇ ਕਿਸੇ ਵੀ ਮਚੇ ਨਹੀਂ ਮਹਿਸੂਸ ਕਰਨਾ ਚਾਹੀਦਾ ਵੀ ਨਹੀਂ ਮੈਨੂੰ ਤਾਂ ਕੱਲ੍ਹ ਨੂੰ ਕੋਈ ਕੀ ਕਹੂਗਾ ਹੈ ਨਾ, ਮੇਰਾ ਸਟੇਟਸ ਕੀ ਆ। ਜੀ 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 ਕਿ ਮੈਂ ਤਾਂ ਲੋਕ ਕਹਿਣਗੇ ਅੱਛਾ ਇਹਨੂੰ ਕੀ ਲੋੜ ਪੈ ਗਈ ਕੰਮ ਕਰਨ ਦੀ ਹੈ ਨਾ, ਅਤੇ ਬੜੇ ਲੋਕ ਸੋਚਦੇ ਵੀ ਆ। ਮੈਨੂੰ ਪਤਾ ਇਹ ਬਹੁਤ ਸੁਣਨਾ ਪੈਂਦਾ, ਲੋਕੀ ਕਹਿ ਦਿੰਦੇ ਤੇ ਇਹ ਕਿਹੜੀ ਭੁੱਖੀ ਮਰਦੀ ਬਈ, ਹਾਂ ਵੀ ਇਹਨੂੰ ਕੰਮ ਕਰਨ ਦੀ ਲੋੜ ਪੈ ਗਈ ਹੈ ਨਾ। ਤੇ ਉਹੀ ਜਿਵੇਂ ਆਪਾਂ ਨੇ ਪਹਿਲਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਕਿ ਸਾਰੇ ਮੈਨੂੰ ਵੀ ਪਹਿਲਾਂ ਸਟਾਰਟਿੰਗ 'ਚ ਐਵੇਂ ਕਹਿੰਦੇ ਸੀਗੇ ਹੈ ਨਾ ਵੀ ਆਪਣਾ ਬੱਚਾ ਸਾਂਭੇ ਤਾਂ ਆਪਣਾ ਘਰ ਦੇਖੇ ਵੀ ਇਹਨੂੰ ਕੀ ਲੋੜ ਆ ਕੰਮ ਕਰਨ ਦੀ ਇਹਨੂੰ, ਪਰ ਨਹੀਂ ਮੈਨੂੰ ਨਹੀਂ ਲੱਗਦਾ ਸਿਰਫ ਆਪਾਂ ਪੈਸੇ ਕਰਕੇ ਕੰਮ ਕਰਦੇ ਹਾਂ, ਆਪਣੇ ਸ਼ੌਂਕ ਵੀ ਹੁੰਦੇ ਨੇ ਹੈ ਨਾ। ਆਪਾਂ ਨੇ ਆਪਣੇ ਆਪ ਨੂੰ ਵੀ ਕੋਈ ਜਵਾਬ ਦੇਣਾ ਹੁੰਦਾ ਗਾ ਕਿ ਮੈਂ ਕੀ ਕਰ ਰਹੀ ਹਾਂ ਹੈ ਨਾ। ਤੁਸੀਂ ਦੇਖੋ ਆਹ ਵੀ ਕਿੱਡੀ ਮਤਲਬ ਮਾੜੀ ਸ਼ੈ ਆ ਵੀ ਜੇ ਜਵਾਕ ਹੋ ਗਿਆ ਤਾਂ ਮਤਲਬ ਚਾਹੇ 10 ਜਵਾਕ ਹੋਣ ਪਿਓ ਕੰਮ ਕਰ ਸਕਦਾ ਹੈ ਨਾ, ਮਤਲਬ ਪਿਓ ਤੇ ਕੋਈ ਨਹੀਂ ਹੈਗਾ ਵੀ ਤੂੰ ਆਪਣੇ ਨਿਆਣੇ ਨੂੰ ਸਾਂਭ ਵਿਹਲਾ ਬਹਿ ਕੇ ਹੈ ਨਾ, ਤੇ ਮਾਂ ਤੇ ਕਿੱਡਾ ਬੋਝ ਆ ਵੀ ਅੱਛਾ ਇੱਕ ਨਿਆਣਾ ਵੀ ਆ ਤਾਂ ਤੂੰ ਇਹ ਆਪਣੇ ਨਿਆਣਾ ਨਹੀਂ ਸਾਂਭ ਸਕਦੀ, ਇਹ ਕਿੱਥੇ ਤੁਰੀ ਫਿਰਦੀ ਆ, ਇਹਨੂੰ ਕੀ ਲੋੜ ਪਈ ਆ ਹੈ ਨਾ। ਤੇ ਆਪਾਂ ਕਹਿੰਦੇ ਨਾ ਕੁੜੀਆਂ ਫੈਸਲੇ ਨਹੀਂ ਲੈ ਸਕਦੀਆਂ ਜ਼ਿੰਦਗੀ ਦੇ, ਇਸੇ ਲਈ ਨਹੀਂ ਲੈ ਸਕਦੀਆਂ ਕਿਉਂਕਿ ਜਦੋਂ ਇਕਨੋਮਿਕਲੀ ਤੁਹਾਡੇ ਕੋਲ ਕੁਛ ਹੈ ਹੀ ਨਹੀਂ ਗਾ ਹੈ ਨਾ, ਤੁਸੀਂ ਫੈਸਲਾ ਕਿਹੜੇ ਮਤਲਬ ਕਿਹੜੀ ਜ਼ਮੀਨ ਦੇ ਸਿਰ ਤੇ ਲੈ ਲਓਗੇ ਕਿ ਮੇਰੇ ਤਾਂ, ਮੈਂ ਤਾਂ ਜੀ ਬਹੁਤ ਸਟਰੋਂਗ ਆ, ਮੇਰੇ ਕੋਲ ਤਾਂ ਆਪਣਾ ਹੈਗਾ ਗੁਜ਼ਾਰੇ ਜੋਗਾ ਹੈ ਨਾ, ਤੇ ਬਹੁਤ ਚੰਗੀ ਗੱਲ ਆ। ਤੇ ਨਾਲੇ ਕੁੜੀਆਂ ਤਾਂ ਕੁੜੀਆਂ ਨੂੰ ਆਦਤ ਹੁੰਦੀ ਆ ਵੀ ਉਹਨਾਂ ਨੂੰ ਪੇਕਿਓ ਸੰਧਾਰਾ ਵੀ ਮਿਲੇ ਉਹ ਵੀ ਉਹਨੇ ਸਹੁਰਿਆਂ 'ਚ ਲਿਆ ਕੇ ਵੰਡਣਾ ਹੈ ਨਾ, ਚਾਹੇ ਉਹ 1,000 ਰੁਪਏ ਵੀ ਹੋਵੇ ਉਹਨੇ ਉਹ ਵੀ ਉੱਥੇ ਲਿਆ ਕੇ ਵਰਤਣਾ। ਹਾਂਜੀ, ਤੇ ਜੋ ਕੰਮ ਕਰ ਰਹੀ ਆ ਉਹ ਪੈਸਾ ਤਾਂ ਕਿੰਨਾ ਉਸ ਪਰਿਵਾਰ ਨੂੰ ਹੈਲਪ ਕਰਦਾ ਹੈ ਨਾ। ਮੈਨੂੰ ਲੱਗਦਾ ਕਿ ਅੱਲਾ ਇਹ ਨਹੀਂ ਕਿ ਤੁਸੀਂ ਅਲਾਓ ਕਰਨਾ ਜਾਂ ਨਹੀਂ ਕਰਨਾ, ਇਹ ਤਾਂ ਹਰ ਬੰਦੇ ਦਾ ਹੱਕ ਆ ਵੀ ਉਹ ਆਪਣੀ ਪਸੰਦ ਦਾ ਕੰਮ ਕਰੇ। ਜੀ ਤੁਸੀਂ ਖੁਸ਼ ਹੋ ਹੁਣ? ਜੀ ਮੈਂ ਬਹੁਤ ਖੁਸ਼ ਹਾਂ ਹੈ ਨਾ। ਮੈਂ ਮਤਲਬ ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਵੱਧ ਖੁਸ਼ੀ ਕੋਈ ਹੋ ਸਕਦੀ ਹੈ ਕਿ ਆਪਾਂ ਆਪਣੇ ਹਿਸਾਬ ਨਾਲ ਆਪਣਾ ਕੰਮ ਕਰ ਰਹੇ ਹਾਂ, ਜੋ ਮਤਲਬ ਆਪਣੇ ਸ਼ੌਂਕ ਨੇ ਹੈ ਨਾ, ਆਪਣੇ ਸ਼ੌਂਕ ਆਪਣੇ ਹਿਸਾਬ ਨਾਲ ਪੂਰੇ ਕਰ ਰਹੇ ਹਾਂ, ਤਾਂ ਮੈਂ ਤਾਂ ਬਹੁਤ ਖੁਸ਼ ਹਾਂ। ਜਿਹੜੀਆਂ ਕੁੜੀਆਂ ਹੋਰ ਸੋਚਦੀਆਂ ਹੁੰਦੀਆਂ ਨੇ ਨਾ ਕਿ ਮੈਂ ਕੋਈ ਕੰਮ ਨਹੀਂ ਕਰਦੀ, ਮੈਨੂੰ ਵੀ ਬੜੇ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਕੁੜੀਆਂ ਮੈਸੇਜ ਕਰਦੀਆਂ, ਭੈਣੇ ਅਸੀਂ ਕੋਈ ਕੰਮ ਨਹੀਂ ਕਰਦੀਆਂ, ਸਾਨੂੰ ਦੱਸੋ ਅਸੀਂ ਕੀ ਕੰਮ ਕਰ ਸਕਦੇ ਹਾਂ ਹਨਾ। ਤੇ ਉਹਨਾਂ ਨੂੰ ਤੁਹਾਡਾ ਕੁਛ ਕਹਿਣ ਨੂੰ ਜੀ ਕਰਦਾ ਹੈ ਵੀ ਤੁਸੀਂ ਚਲੋ ਇੱਕ ਸੂਟ ਤੋਂ ਹੀ ਸ਼ੁਰੂ ਕਰ ਲਓ? ਜੀ ਉਹੀ ਕਹਿ ਰਹੀ ਹਾਂ ਮੈਂ, ਕੋਈ ਵੀ ਬਿਜ਼ਨਸ ਆ ਜਿਵੇਂ ਆਪਾਂ ਨੂੰ ਕੁਛ ਵੀ ਲੱਗਦਾ, ਤਾਂ ਜਿਹੜੀਆਂ ਕੁੜੀਆਂ ਜਿੱਦਾਂ ਘਰੇ ਰਹਿੰਦੀਆਂ ਨੇ ਨਹੀਂ ਬਾਹਰ ਜਾ ਸਕਦੀਆਂ, ਚਲੋ ਜਿਨ੍ਹਾਂ ਨੂੰ ਤਾਂ ਇਹ ਆ ਕਿ ਇੱਕ ਸੂਟ ਤੋਂ ਵੀ ਆਪਾਂ ਕਹਿ ਰਹੇ ਹਾਂ ਜਿੱਦਾਂ ਮੈਂ ਸਟਾਰਟਿੰਗ ਕੀਤੀ ਹੈ ਨਾ, ਆਪਾਂ ਕਰ ਸਕਦੇ ਹਾਂ। ਅਤੇ ਬਾਕੀ ਹੋਰ ਵੀ ਬਹੁਤ ਸਾਰੇ ਕੰਮ ਨੇ, ਜਿੱਦਾਂ ਆਪਾਂ ਪਹਿਲਾਂ ਇਹ ਅਚਾਰ ਵਾਲਾ ਕੀਤਾ ਸੀਗਾ ਹੈ ਨਾ, ਬੜੇ ਲੋਕ ਜਿੱਦਾਂ ਆਪਣੇ ਪਹਿਲਾਂ ਪਿੰਡਾਂ 'ਚ ਹੁੰਦਾ ਹੀ ਸੀਗਾ ਕਿ ਘਰਾਂ 'ਚ ਮੱਝਾਂ ਰੱਖੀਆਂ ਹੁੰਦੀਆਂ ਸੀ, ਦੁੱਧ ਪਾ ਪਾ ਕੇ ਕਿੰਨੇ ਪੈਸੇ ਜੋੜ ਲੈਂਦੀਆਂ ਸੀ, ਜੋੜ ਲੈਂਦੀਆਂ ਸੀਗੀਆਂ, ਤਾਂ ਉਹ ਵੀ ਇੱਕ ਉਹਨਾਂ ਨੂੰ ਆਪਣੇ ਆਪ 'ਚ ਹੀ ਹੁੰਦਾ ਗਾ ਕਿ ਹਾਂ ਠੀਕ ਆ ਆਪਾਂ ਕੰਮ ਕਰ ਰਹੇ ਹਾਂ ਹੈ ਨਾ। ਤਾਂ ਕੋਈ ਵੀ ਕੰਮ ਆ ਮੈਨੂੰ ਤਾਂ ਲੱਗਦਾ ਵੀ ਸਭ ਨੂੰ ਕੰਮ ਕਰਨਾ ਚਾਹੀਦਾ, ਕੰਮ ਵੱਡਾ ਛੋਟਾ ਉਹ ਕੁਛ ਵੀ ਮੈਟਰ ਨਹੀਂ ਕਰਦਾ, ਕਿਉਂਕਿ ਅੱਜ ਆਪਾਂ ਇੱਕ ਕਰ ਰਹੇ ਹਾਂ, ਇੱਕ ਕਿਸੇ ਦਾ ਸੂਟ ਬਣਾ ਰਹੇ ਹਾਂ ਹੈ ਨਾ, ਕੱਲ੍ਹ ਨੂੰ ਆਪਾਂ 4 ਬਣਾ ਕੇ ਦੇਵਾਂਗੇ ਤੇ ਉਹ 4 ਕੋਈ ਦੇਖੂਗਾ, ਆਪਾਂ ਨੂੰ ਹੋਰ 8 ਆਉਣਗੇ ਹੈ ਨਾ। ਤਾਂ ਮੈਨੂੰ ਨਹੀਂ ਲੱਗਦਾ, ਆਪਾਂ ਨੂੰ ਸਟਾਰਟਿੰਗ ਕਰਨੀ ਚਾਹੀਦੀ ਆ ਤੇ ਕੰਮ ਤੇ ਆਪਣੇ ਆਪ ਜਦੋਂ ਆਪਾਂ ਕਿਸੇ ਵਧੀਆ ਉਹਦੇ ਨਾਲ ਨੀਤ ਨਾਲ ਕੰਮ ਕਰਦੇ ਹਾਂ ਤਾਂ ਉਹ ਸਫਲ ਹੁੰਦਾ ਹੀ ਹੁੰਦਾ।
ਤੇ ਮੈਨੂੰ ਤਾਂ ਥੋੜਾ ਇਮਾਨਦਾਰੀ ਨਾਲ ਵੀ ਕਰਨਾ ਚਾਹੀਦਾ। ਇਹ ਨਹੀਂ ਵੀ ਅੱਜ ਤੁਸੀਂ ਤੁਹਾਡੇ ਤੋਂ ਕੋਈ ਇੱਕ ਬਣਾ ਰਿਹਾ ਉਹਦੇ ਚ ਤੁਸੀਂ ਉਹਦੀ ਇੰਨੀ ਛਿੱਲ ਲਾ ਦੋ ਵੀ ਮੁੜ ਕੇ ਤੁਹਾਡੇ ਤੱਕ ਆਵੇ ਨਾ। ਜੀ ਜੀ ਜੀ। ਤੇ ਜੇ ਤੁਸੀਂ ਚੰਗਾ ਕਰਕੇ ਦੇ ਰਹੇ ਹੋ ਕਿਸੇ ਹੋਰ ਨੂੰ ਵੀ ਦੱਸੇਗਾ ਕਿ ਮੈਂ ਫਲਾਣੀ ਜਗ੍ਹਾ ਤੋਂ ਚੀਜ਼ ਬਣਾਈ ਆ, ਤੇ ਕੱਲ ਨੂੰ ਤੁਹਾਡੇ ਨਾਲ ਹਮੇਸ਼ਾ ਲਈ ਜੁੜਿਆ ਵੀ ਰਹੂਗਾ। ਮਤਲਬ ਆਪਦੇ ਕਿੱਤੇ ਚ ਵੀ ਤੁਸੀਂ ਇਮਾਨਦਾਰ ਹੋਣੇ ਚਾਹੀਦੇ। ਜੀ ਜੀ ਹਾਂ, ਉਹ ਤੇ ਸਭ ਤੋਂ ਵੱਡੀ ਗੱਲ ਆ ਕਿ ਹਨਾ ਆਪਾਂ ਇਮਾਨਦਾਰ ਹੋਣਾ ਤਾਂ। ਤੇ ਉਹੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਕੋਈ ਆਪਾਂ ਨੂੰ ਜ਼ਿੰਮੇਵਾਰੀ ਦਿੰਦਾ ਤਾਂ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਨੂੰ ਪੈਸੇ, ਆਪਾਂ ਨੂੰ ਮਾਰਜਨ ਘੱਟ ਰਹਿ ਰਿਹਾ, ਵੱਧ ਰਹਿ ਰਿਹਾ, ਆਪਾਂ ਉਹ ਨਹੀਂ ਸੋਚਦੇ। ਆਪਾਂ ਸੋਚਦੇ ਹਾਂ ਕਿ ਆਪਾਂ ਕੰਮ ਵਧੀਆ ਬਣਾ ਕੇ ਦਈਏ, ਹਨਾ, ਕਿ ਬੰਦੇ ਨੇ ਆਪਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤਾਂ ਆਪਾਂ ਕੰਮ ਵਧੀਆ ਬਣਾ ਕੇ ਦਈਏ। ਸਾਡੀ ਤਾਂ ਪਹਿਲਾਂ ਹੀ ਇਹੀ ਹੁੰਦੀ ਹੈਗੀ ਹਨਾ ਸੋਚ ਕੇ ਆਪਾਂ ਵਧੀਆ ਹੀ ਕਰੀਏ। ਤੇ ਉਦਾਂ ਮਾਨਸਿਕ ਤੌਰ ਤੇ ਕੀ ਫਰਕ ਲੱਗਦਾ ਹੁਣ ਵੀ ਜਦੋਂ ਆਪਾਂ ਘਰੇ ਵਿਹਲੇ ਰਹਿੰਦੇ ਹੁੰਦੇ ਸੀ ਉਦੋਂ ਤੋਂ ਤੇ ਹੁਣ ਤੱਕ? ਮੈਨੂੰ ਲੱਗਦਾ ਵੀ ਜਿਹੜਾ ਕੰਮ ਵਾਲਾ ਸਟ੍ਰੈਸ ਆ ਨਾ ਉਹ ਬਹੁਤ ਵਧੀਆ। ਅੱਛਾ ਹਾਂ, ਜਿਹੜਾ ਵਿਹਲਿਆਂ ਵਾਲਾ ਸਟ੍ਰੈਸ ਆ ਨਾ ਉਹ ਤਾਂ ਆਪਣਾ ਹੁੰਦਾ ਗਾ, ਜਿੱਦਾਂ ਕਿਸੇ ਕਿਸੇ ਦੇ ਜੋ ਟੈਨਸ਼ਨ ਕੱਢ ਲਈ ਜੀ 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 ਨਹੀਂ ਵਿਹਲੇ ਤਾਂ ਇੱਕ ਰਿਸ਼ਤੇਦਾਰ ਨੂੰ ਲਾ ਕੇ ਦੂਸਰੇ ਰਿਸ਼ਤੇਦਾਰ ਨਾਲ ਗੱਲ ਕਿਹਦੇ ਬਾਰੇ ਕੀ ਗੱਲ ਕੀਤੀ ਹਨਾ। ਤਾਂ ਜਦੋਂ ਆਪਾਂ ਵਿਹਲੇ ਹੁੰਦੇ ਹਾਂ ਆਪਣਾ ਇਸ ਸਾਈਡ ਦਿਮਾਗ ਬਹੁਤ ਜਾਂਦਾ, ਪਰ ਜਦੋਂ ਆਪਾਂ ਨੂੰ ਕੰਮ ਹੁੰਦਾ ਨਾ ਤਾਂ ਫਿਰ ਆਪਾਂ ਨੂੰ ਹੁੰਦਾ ਗਾ ਵੀ ਨਹੀਂ ਆਪਾਂ ਨੂੰ ਆਪਣੇ ਕੰਮ ਦਾ ਹੀ ਸਟ੍ਰੈਸ ਬਹੁਤ ਆ ਜਾ ਹਨਾ, ਆਪਾਂ ਨੇ ਆਪਣੇ ਕੰਮ ਵੱਲ ਹੀ ਦੇਖਣਾ, ਆਪਾਂ ਉੱਧਰ ਬਿਜ਼ੀ ਹੋ ਜਾਂਦੇ ਹਾਂ। ਤੇ ਤਾਂ ਮੈਨੂੰ ਲੱਗਦਾ ਵੀ ਇਹ ਸਟ੍ਰੈਸ ਜ਼ਿਆਦਾ ਵਧੀਆ ਕੰਮ ਵਾਲਾ, ਤਾਂ ਆਪਾਂ ਨੂੰ ਕੰਮ ਵਾਲਾ ਸਟ੍ਰੈਸ ਹੀ ਰੱਖਣਾ ਚਾਹੀਦਾ ਹੈ ਨਾ। ਕੰਮ ਵਾਲੇ ਸਟ੍ਰੈਸ ਤਾਂ ਇਹ ਹੁੰਦਾ ਵੀ ਫਿਰ ਤਾਂ ਬੰਦਾ ਰਾਜ਼ੀ ਖੁਸ਼ੀ ਵਾਲੇ ਫੋਨ ਚੱਕਣੇ ਵੀ ਛੱਡ ਦਿੰਦਾ ਨਾ, ਚੁਗਲੀਆਂ ਵਾਲੇ ਤਾਂ ਬੜੀ ਦੂਰ ਦੀ ਗੱਲ ਹੈ, ਇਹ ਤਾਂ ਮਤਲਬ ਹੁਣ ਵਕਤ ਹੀ ਨਹੀਂ ਹੈਗਾ ਚੁਗਲੀਆਂ ਲਈ। ਜੀ ਜੀ ਜੀ। ਤੁਸੀਂ ਵਧੀਆ ਆਪਣੇ ਮਤਲਬ ਆਪਣੇ ਹਿਸਾਬ ਨਾਲ ਤੁਹਾਨੂੰ ਠੀਕ ਮਹਿਸੂਸ ਹੋ? ਹਾਂਜੀ ਹਾਂਜੀ ਹਾਂ, ਮੈਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਨਾ। ਚਲੋ ਮਤਲਬ ਜਿਸ ਹਿਸਾਬ ਨਾਲ ਆਪਾਂ ਸੋਚਦੇ ਹਾਂ ਹਨਾ, ਸੋਚਦੇ ਤਾਂ ਆਪਾਂ ਬਹੁਤ ਕੁਛ ਹਾਂ। ਜਿੱਦਾਂ ਮੈਂ ਪਹਿਲਾਂ ਔਨਲਾਈਨ ਕਰਦੀ ਸੀ, ਮੈਨੂੰ ਇਹ ਸੀਗਾ ਵੀ ਮੇਰਾ ਆਪਣਾ ਸਟੋਰ ਹੋਵੇ ਹਨਾ, ਤੇ ਹੁਣ ਉਹ ਬਣ ਗਿਆ। ਹੁਣ ਮੈਂ ਸੋਚਦੀ ਹਾਂ ਵੀ ਨਹੀਂ ਇਸ ਤੋਂ ਵੀ ਜ਼ਿਆਦਾ ਗੱਡੀ ਵੀ ਲਊਂਗੀ, ਹਾਂ ਨਹੀਂ ਇਸ ਤੋਂ ਜ਼ਿਆਦਾ ਮੇਰਾ ਇੱਦਾਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ ਹਨਾ। ਤੇ ਉਹ ਤਾਂ ਚਲੋ ਆਪਾਂ ਨੂੰ ਹੁੰਦਾ ਹੀ ਆ ਹਨਾ, ਜਦੋਂ ਆਪਾਂ ਕੰਮ ਵਧਾਉਣੇ ਵੱਧਦਾ ਵੱਧਦਾ ਜਾਂਦਾ ਵੀ ਇੱਦਾਂ ਕਰੀਏ ਇੱਦਾਂ ਕਰੀਏ, ਪਰ ਠੀਕ ਆ ਮੇਨ ਆਪਾਂ ਨੂੰ ਜਿੰਨਾ ਕੁ ਵੀ ਆਪਣਾ ਹੈਗਾ ਹਨਾ, ਆਪਾਂ ਨੂੰ ਉਨੇ ਕੁ ਵੀ ਖੁਸ਼ ਰਹਿਣਾ ਚਾਹੀਦਾ। ਤੇ ਕੰਮ ਤਾਂ ਦੇਖੋ ਬੰਦੇ ਦਾ ਕਰਮ ਹੈ, ਕੰਮ ਤਾਂ ਕਰਨਾ ਹੀ ਆ। ਤੇ 4 ਘੰਟੇ ਆਪਾਂ ਵੱਧ ਸੌਂ ਲਏ ਘੱਟ ਸੌਂ ਲਏ ਉਹਦੇ 'ਚ ਤਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਹਨਾ। ਬੜੇ ਲੋਕੀ ਜਿਵੇਂ ਹੁਣ ਸਵੇਰ ਦਾ ਕੰਮ ਕੀਤਾ ਤੇ ਦੁਪਹਿਰ 'ਚ ਸੌਂ ਲਏ, ਉੱਠ ਕੇ ਸ਼ਾਮ ਦਾ ਕੰਮ ਕੀਤਾ, ਸ਼ਾਮ ਨੂੰ ਫਿਰ ਸੌਂ ਲਏ, ਤੇ ਰਾਤ ਨੂੰ ਮੇਰੇ ਵਰਗਾ ਪਾਸੇ ਮਾਰੀ ਜਾਂਦਾ ਹੁੰਦਾ ਵੀ ਹੁਣ ਕੀ ਕਰਨੀ ਦੁਨੀਆ ਜੀ। ਫਿਰ ਉਹੀ ਗੱਲ, ਫਿਰ ਟੈਨਸ਼ਨ ਕੱਢ ਲਿਆਈਦੀ ਹੈ ਕਿਤੋਂ ਵੀ, ਅੱਛਾ ਫਿਰ ਆਪਾਂ ਸੋਚ, ਹਾਂ ਫਿਰ ਬੰਦਾ ਪੈ ਕੇ ਸੋਚਦਾ ਵੀ ਨਹੀਂ ਅੱਛਾ ਦਿਨ 'ਚ ਇੱਦਾਂ ਰਿਹਾ, ਆਹ ਰਿਸ਼ਤੇਦਾਰ ਨੂੰ ਫੋਨ ਕਰਨਾ ਸੀ, ਅੱਜ ਮੈਂ ਇਹ ਕਰਨਾ ਸੀ, ਅੱਜ ਮੈਂ ਉਹ ਕਰਨਾ ਸੀ। ਤਾਂ ਮੈਨੂੰ ਲੱਗਦਾ ਵਧੀਆ ਜਿਹੜੇ ਲੋਕੀ ਕੰਮ ਕਰਦੇ ਨੇ, ਤੇ ਕੰਮ ਤਾਂ ਹਰ ਬੰਦੇ ਨੂੰ ਕਰਨਾ ਹੀ ਚਾਹੀਦਾ। ਰਿਸ਼ਤੇਦਾਰ ਸਪੋਰਟ ਕਰਦੇ ਹੁੰਦੇ ਆ ਵੀ, ਰਿਸ਼ਤੇਦਾਰ ਆਰਡਰ ਕਰਦੇ ਹੁੰਦੇ ਆ ਕਿ ਬਾਹਰ ਲਈ ਜ਼ਿਆਦਾ ਕਰਦੇ ਹੁੰਦੇ? ਰਿਸ਼ਤੇਦਾਰ ਨਹੀਂ, ਜਿੱਦਾਂ ਸਟਾਰਟਿੰਗ ਤਾਂ ਮੈਂ ਰਿਸ਼ਤੇਦਾਰਾਂ ਤੋਂ ਹੀ ਕੀਤੀ ਸੀਗੀ ਹਨਾ, ਤੇ ਬਟ ਬਹੁਤ ਸਾਰੇ ਹੁੰਦੇ ਆ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਹਨਾ, ਬਹੁਤ ਸਾਰੇ ਹੁੰਦੇ ਆ ਜਿਹੜੇ ਮਤਲਬ ਉਹਨਾਂ ਨੇ ਆਪਣੇ ਤਾਂ ਸਾਹਮਣੇ ਨਹੀਂ ਕੁਛ ਕਹਿਣਾ ਹੁੰਦਾ ਪਰ ਪਿੱਛੋਂ ਵੀ ਨਹੀਂ ਇਹਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਬਾਕੀ ਚਲੋ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਨਾ, ਉਹਦੇ ਅਕੋਰਡਿੰਗ ਬੰਦਾ ਸੋਚਦਾ ਤੇ ਉਹਦੇ ਅਕੋਰਡਿੰਗ ਹੀ ਬੰਦਾ ਦੂਸਰੇ ਨੂੰ ਕਹਿੰਦਾ। ਜੇ ਹੁਣ ਆਪਾਂ ਕਿਸੇ ਨੂੰ ਨਹੀਂ ਕਵਾਂਗੇ ਕਿ ਕੋਈ ਕੰਮ ਨਾ ਕਰੋ, ਮੈਨੂੰ ਤਾਂ ਇਹ ਲੱਗਦਾ ਵੀ ਕੰਮ ਕਰਨਾ ਚਾਹੀਦਾ, ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ, ਜੋ ਮਰਜ਼ੀ ਆ ਕੰਮ ਕਰੋ ਬਸ, ਹਨਾ। ਤੇ ਪਰ ਆਪਣੀ ਆਪਣੀ ਸੋਚ ਆ, ਚਲੋ ਰਿਸ਼ਤੇਦਾਰ ਤਾਂ ਤੁਹਾਨੂੰ ਪਤਾ ਹੀ ਆ, ਸਭ ਦੇ ਕੋਈ ਚੰਗੇ ਹਾਂ ਕੋਈ ਮਾੜੇ ਹਨਾ ਹੁੰਦੇ ਹੀ ਆ। ਨਹੀਂ ਤੁਸੀਂ ਬਹੁਤ ਆਪਣੇ ਇਸ ਕੰਮ ਨੂੰ ਵਧਾਓ ਤੇ ਬੜੀਆਂ ਕੁੜੀਆਂ ਨੇ ਜਿਹੜੀਆਂ ਹੋਰ ਤੁਹਾਡੇ ਤੋਂ ਸਿੱਖਣ, ਹਨਾ।
ਤੇ ਬਹੁਤ ਵਧੀਆ ਰਿਸਪੈਕਟ ਵਾਲਾ ਕੀਤਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਖੁਸ਼ੀ ਹੈ ਕਿ ਅਸੀਂ ਕਰ ਰਹੇ ਹਾਂ ਕੁਛ ਕਰ ਰਹੇ ਹਾਂ। ਤੇ ਜਿਵੇਂ ਮੈਂ ਪਹਿਲਾਂ ਕਿਹਾ ਬਹੁਤ ਸਾਰੀਆਂ ਕੁੜੀਆਂ ਸਵਾਲ ਪੁੱਛਦੀਆਂ ਹੁੰਦੀਆਂ ਨੇ ਕਿ ਅਸੀਂ ਕੀ ਕਰ ਸਕਦੇ ਹਾਂ, ਉਹਨਾਂ ਨੇ ਬੜੀਆਂ ਸੋਹਣੀਆਂ 3-4 ਗੱਲਾਂ ਕਹੀਆਂ ਕਿ ਕੋਈ ਵੀ ਕੰਮ ਜਿਹੜਾ ਤੁਹਾਨੂੰ ਆਉਂਦਾ ਹੈ, ਜਿਵੇਂ 2-3 ਉਦਾਹਰਨਾਂ ਵੀ ਅਸੀਂ ਤੁਹਾਨੂੰ ਦਿੱਤੀਆਂ ਕਿ ਕਿਸੇ ਨੇ ਘਰੇ ਅਚਾਰ ਪਾਉਣ ਵਾਲਾ ਕੰਮ ਸ਼ੁਰੂ ਕੀਤਾ ਹੋਇਆ, ਤੇ ਬਹੁਤ ਸਾਰੀਆਂ ਕੁੜੀਆਂ ਇਹੀ ਬੁਟੀਕ ਦਾ ਕੰਮ ਕਰਦੀਆਂ ਨੇ। ਉਹਦੇ ਲਈ ਵਾਕਈ ਤੁਹਾਨੂੰ ਕਿਸੇ ਵੱਡੇ ਸੈਟਅਪ ਦੀ ਜ਼ਰੂਰਤ ਨਹੀਂ ਹੁੰਦੀ, ਤੁਸੀਂ 1-2 ਸੂਟਾਂ ਤੋਂ ਵੀ ਕਿ ਹਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਤੁਹਾਡੇ ਪਾਇਆ ਸੂਟ ਪਸੰਦ ਆਉਂਦਾ ਤੇ ਤੁਸੀਂ ਉੱਥੋਂ ਵੀ ਸ਼ੁਰੂਆਤ ਕਰ ਸਕਦੇ ਹੋ, ਕੋਈ ਬਹੁਤ ਤੁਸੀਂ ਲੱਖਾਂ ਰੁਪਏ ਨਹੀਂ ਖਰਚਣੇ ਹੁੰਦੇ। ਤੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ ਕਿ ਕੋਰੋਨਾ ਟਾਈਮ ਨਾ ਬੜੇ ਏਦਾਂ ਦੇ ਪੇਜ ਬਣੇ ਸੀਗੇ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਕਿ ਜਿਹਨਾਂ ਕੁੜੀਆਂ ਨੇ ਘਰੇ ਬੈਠ ਕੇ ਏਦਾਂ ਹੀ ਥੋੜੀਆਂ ਜਿਹੀਆਂ ਚੀਜ਼ਾਂ ਸੇਲ ਕਰਨੀਆਂ ਸ਼ੁਰੂ ਕੀਤੀਆਂ ਸੀ, ਉਹ ਸਿਰਫ ਉਸ ਵਕਤ ਦੀ ਜ਼ਰੂਰਤ ਨਹੀਂ ਸੀ, ਹੁਣ ਵੀ ਤੁਸੀਂ ਏਦਾਂ ਕਰ ਸਕਦੇ ਹੋ। ਅੱਜ ਕੱਲ੍ਹ ਇਹ ਬੜੇ ਪਲੇਟਫਾਰਮ ਨੇ ਜਿਹਨਾਂ ਤੇ ਬਹੁਤ ਛੇਤੀ ਤੁਹਾਨੂੰ ਗਾਹਕ ਨੇ ਜਿਹੜੇ ਉਹ ਮਿਲ ਜਾਂਦੇ ਨੇ, ਤੇ ਤੁਸੀਂ ਜ਼ਰੂਰ ਏਦਾਂ ਦਾ ਕੰਮ ਕਰੋ। ਤੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਜਿੰਨੇ ਮਰਜ਼ੀ ਤੁਸੀਂ ਅਮੀਰ ਪਰਿਵਾਰ ਦੇ ਵਿੱਚੋਂ ਆਏ ਹੋ ਜਾਂ ਜਿੰਨੇ ਮਰਜ਼ੀ ਅਮੀਰ ਪਰਿਵਾਰ ਦੇ ਵਿੱਚ ਕੁੜੀਆਂ ਵਿਆਹੀਆਂ ਗਈਆਂ ਨੇ, ਪਰ ਜਿਹੜਾ ਆਪਣਾ ਕਿੱਤਾ ਨਾ ਉਹ ਤੁਹਾਨੂੰ ਮੈਂਟਲੀ ਤੇ ਫਿਜ਼ੀਕਲੀ ਦੋਨਾਂ ਤਰ੍ਹਾਂ ਨਾਲ ਸੈਟਿਸਫਾਈ ਰੱਖਦਾ। ਤੇ ਬਾਕੀ ਜਿਹੜੀ ਕਹਿੰਦੇ ਹੁੰਦੇ ਆ ਕਿ ਆਪਣੇ ਜੇਬ 'ਚ ਪਏ ਪੈਸੇ ਨੂੰ ਖਰਚਣ ਦਾ ਜਿਹੜਾ ਲੁਤਫਾ ਨਾ ਉਹ ਵੱਖਰਾ ਹੀ ਹੁੰਦਾ ਕਿਸੇ ਤੋਂ ਮੰਗਣ ਨਾਲੋਂ। ਕਦੇ ਵੀ ਤੁਸੀਂ ਆਪਣਾ ਏਟੀਐਮ ਸਕਰੈਚ ਕਰਕੇ ਕੋਈ ਚੀਜ਼ ਖਰੀਦ ਕੇ ਦੇਖਿਓ, ਤੁਹਾਨੂੰ ਵੱਖਰੀ ਖੁਸ਼ੀ ਹੋਊਗੀ। ਤੇ ਉਮੀਦ ਹੈ ਕਿ ਬੜੀਆਂ ਸਾਰੀਆਂ ਕੁੜੀਆਂ ਇਸ ਚੀਜ਼ ਤੋਂ ਸਿੱਖਣਗੀਆਂ ਕਿ ਕੋਈ ਵੀ ਕਿੱਤਾ ਕਰੋ ਉਹਨੂੰ ਕਦੇ ਵੀ ਆਪਣੇ ਸਟੇਟਸ ਤੇ ਨਾ ਲਾਗੂ ਕਰੋ ਵੀ ਮੈਂ ਤਾਂ ਕਰ ਨਹੀਂ ਸਕਦੀ ਜੀ, ਮੇਰਾ ਤਾਂ ਬਹੁਤ ਵੱਡਾ ਹਾਈ ਫਾਈ ਸਟੇਟਸ ਹੈ। ਨਹੀਂ, ਕੁੜੀਆਂ ਕੋਲੇ ਤਾਂ ਆਪਣੀ ਆਮਦਨ ਆ ਜਿਹੜੀ ਉਹ ਲਾਜ਼ਮੀ ਹੋਣੀ ਚਾਹੀਦੀ ਆ। ਅਗਲੀ ਵਾਰ ਆਪਾਂ ਫਿਰ ਕਿਸੇ ਹੋਰ ਨਾਲ ਮਿਲਾਂਗੇ। ਸਤਿ ਸ਼੍ਰੀ ਅਕਾਲ।